ਤਾਂ ਨੂੰ ਇਹ ਲੱਗਦਾ ਕਿ ਕੋਈ ਕਨਸਪੀਰੇਸੀ ਹੋ ਸਕਦੀ ਹੈ ਕਿ ਆਪਣੇ ਯੂਥ ਨੂੰ ਬੇਵਕੂਫ ਬਣਾਉਂਦੇ ਹੂੰ ਤੇ ਆਪਣੇ ਯੂਥ ਨੂੰ ਗਲਤ ਸਾਈਡ ਤੇ ਲਾਉਣ ਦੇ ਕੱਲੇ ਮਾਰਕ ਚੱਕ ਅਸਤੀਫਾ ਦਫ਼ਤਰ ਦੇ ਵਿੱਚ ਜਾ ਕੇ ਛਾਲ ਦੇ ਅਸਤੀਫਾ ਹੈ ਚੱਲਾ ਜੇ ਮੈਂ ਚੱਲਾ ਜੇ ਓ ਮਾਈ ਗਾਡ ਜਿੱਦਾਂ ਕਹਿਣਾ ਇੰਡੀਆ ਦੋ ਦੋ ਇੰਡੀਆ ਦੇਖਦੇ ਆ ਇੱਕ ਸਾਈਡ ਤਰੱਕੀ ਕਰਦਾ ਵੀ ਦੇਖਦਾ ਤੇ ਇੱਕ ਸਾਈਡ ਜਿਹੜੇ ਆ ਰੋਲੇ ਬਣਦੇ ਉਹ ਵੀ ਦੇਖਦਾ ਫੇਰ ਮਾਰਕੀਟ ਆਉਂਦੀ ਆ ਮੈਂ ਜੋਨ ਲੱਗਾ ਭਰਾਵਾ ਮੈਂ ਪਾਈਆਂ ਵੀ ਚੱਪਲ ਆ ਫਰਾ ਤੁਰਿਆ ਜਾਵਾਂ ਬਾਲੀ ਗੰਦੀ ਸੀ ਹਨਾ ਵੀ ਲੋਕਾਂ ਦੀਆਂ ਚੀਕਾਂ ਕੜਾਉਂਦੀਆਂ ਤੇ ਫੇਰ ਮੈਨੂੰ ਉਦੋਂ ਲੱਗਾ ਮੈਂ ਕਹਾ ਯਾਰ ਵੀ ਆਹ ਕੰਮ ਹੋ ਸਕਦਾ ਹਨਾ ਵੀ ਮੈਂ ਜਿੱਦਾਂ ਟਰੈਵਲ ਕਰਦਾ ਜਾਂ ਉਹ ਕਰਦੇ ਨਹੀਂ ਕਹਿੰਦੇ ਕਿ ਯਾਰ ਬਿਜ਼ਨਸ ਆਈਡੀਆਜ਼ ਨੇ ਬਿਜ਼ਨਸ ਨੂੰ ਕਰਦਾ ਨਹੀਂ ਹੈ ਫਿਰ ਆ YouTube ਕਿਹੜੇ ਚੱਕਰਾਂ 'ਚ ਪਿਆ ਹੈ ਹਾਂ ਤੇ ਹੁਣ ਪਿੰਡੂ ਕੈਨੇਡੀਅਨ ਦੀ ਤੂੰ ਕਿੱਡੀ ਵਧੀਆ ਐਗਜ਼ਾਮਪਲ ਦਿੱਤੀ ਹੁਣ ਉਹ ਵੀ ਬੰਦਾ ਕੋਈ ਬਹੁਤਾ ਬਹੁਤੇ ਕੰਮ ਖੋਲਣ ਲੱਗਿਆ ਸੋਚਦਾ ਨਹੀਂਗਾ ਨਹੀਂ ਨਹੀਂ ਆਪਾਂ ਮਹਾਰਾਜ 15 ਲੱਖ ਰੁਪਈਆ ਲਾਦਾ ਦਫ਼ਤਰ ਦੇ ਉੱਤੇ ਮੈਂ ਨਾ ਜਦੋਂ ਵੀ ਇਟਲੀ ਵਾਲਿਆਂ ਨਾਲ ਗੱਲ ਕਰਾਂ ਉਹਨੇ ਇਮੇਜ ਨਾ ਉਹ ਤੁਹਾਡੀ ਇੱਕ ਬਣਾਈ ਹੋਈ ਤਗੜੀ ਐਜ਼ ਅ ਬਿਜ਼ਨਸਮੈਨ ਉਹਨੇ ਹਮੇਸ਼ਾ ਇਤੈ ਹੀ ਕਹਿਣਾ ਕਿ ਯਾਰ ਉਹ ਬੰਦੇ ਨੂੰ ਥੋੜੀ ਚੈਨਲ ਤੇ ਆਪਾਂ ਪਹੁੰਚ ਚੁੱਕੇ ਆ ਏ ਠੀਕ ਹੈ ਤੇ ਇਹ ਹੁਣ ਆਹ ਚਲੋ ਮੈਂ ਟਿਕ ਓਵਰ ਕਰਦਾ ਆ ਆਓ ਨਾ ਹੁਣ ਤੂੰ ਕੋਈ ਵੀ ਟਾਪਿਕ ਵੀਰ ਮੇਰਾ ਛੇੜਲਾ ਵਟ ਏਵਰ ਆਹ ਠੀਕ ਆ ਹੁਣ ਪਹਿਲਾ ਕੁਸ਼ਣ ਹੈ ਕਿ ਮੈਂ ਤੁਹਾਡੀ ਉਹ ਹਿੰਦੀ ਚ ਸਵਾਲ ਵਾਲੀ ਦੇਖਦਾ ਪਿਆ ਸੀ ਪੋਸਟ ਉਹਦੇ ਬਾਰੇ ਮੈਂ ਕਮੈਂਟ ਕਰਨ ਲੱਗਾ ਹਾਂ ਪੁੱਛਣਾ ਹੈ ਕਿ ਉਹਨੂੰ ਪੁੱਛਿਓ ਕਿ ਸੈਕਸੀ హెయిਰ ਕੱਟ ਦਾ ਕੀ ਰੀਜ਼ਨ ਸੀ ਜਦਾਂ ਦੇਖਾਇਆ ਸੀ ਤਾਂ ਦੇ ਤੂ ਉਹਦੇ ਘਰੇ ਤੂ ਵੇਖਿਆ ਇੱਕ ਉਹਦਾ ਉਹਨੇ ਸਾਈਡ ਤੋਂ ਟੇਡਾ ਕੀਤਾ ਸੀ ਲੋਕੀ ਦੇ ਇਦਾਂ ਪਾਉਂਦੇ ਹੁੰਦੇ ਸੀ ਨਾ ਪਿੱਛੋਂ ਗੁੱਤ ਜੀ ਸਿੱਧੀ ਐ ਲਿਆਉਂਦੇ ਹੁੰਦੇ ਸੀ ਹਾਂ ਤੂ ਵੇਖੀ ਇਹਦੀ ਇੱਕ ਇੱਕ హెయిਰ ਕੱਟ ਵੇਖਿਆ ਇਹਦਾ ਇਹਨੇ ਪਿੱਛੋਂ ਉਹੜੀ ਗੁੱਤ ਜੀ ਇਹਦਾ ਟੇਢੀ ਲੈ ਗਿਆ ਸੀ ਮੈਂ ਉਹ ਮੋਹਾਕ ਹੀ ਦੇਖੀ ਉਹਦੀ ਮੈਂ ਤਨੂੰ ਆ ਰੋਗ ਜਿਆਦ ਨੋ ਮੈਂ ਇਤਨੇ ਮੈਂ ਬਖੋਣਾ ਤਨੂੰ ਹੰਡਿਆ ਬੜੀ ਕੁੱਤੀ ਆ ਟਮ ਆ ਆ ਰੋਗ ਜਿਆਦ ਮੈਂ ਤਨੂੰ ਕਾਪੀ ਦੇ ਭਾਗੇ ਹੋਣਾ ਆ ਯਾਨੀ ਕਿ ਲੋਕੀ ਨਾ ਇਦਾਂ ਦੀ ਬਣਾਉਂਦੇ ਹੁੰਦੇ ਸੀ ਹਣਾ హెయిਰ ਕੱਟ ਜਾ ਪਿੱਛੇ ਆਪਣੀ ਗੁੱਤ ਜੀ ਇਦਾਂ ਨੈਰੋ ਜੀ ਕਰ ਦਿੰਦੇ ਹੁੰਦੇ ਸੀ ਨਾ ਦੀ ਤੇ ਸਾਈਡਾਂ ਤੇ ਜੀਰੋ ਮਸ਼ੀਨ ਲਵਾ ਲਈ ਦੇ ਹੁੰਦੇ ਇਹਨੇ ਪਤਾ ਕੀ ਕੀਤਾ ਸੀ ਇਹਨੇ ਇਹ ਬਣਾਈ ਸੀ ਆ ਥਲੜੇ ਪਾੜ ਦੇ ਵਿੱਚ ਵੇਖੀ ਹੈਣਾ ਇਹਨੇ ਇਦਾਂ ਦੀ ਇਹਨੇ ਇਹ ਸਾਈਡ ਨੂੰ ਕੰਨ ਜੀ ਤੋਂ ਲੱਗ ਗਿਆ ਸੀ ਤੇ ਕੋਈ ਦੁਨੀਆ ਦੇ ਵਿੱਚ ਕੋਈ ਇਦਾਂ ਦਾ ਨਹੀਂ ਸੀ ਕੋਈ ਕਿਸੇ ਨੇ ਨਹੀਂ ਸੀ ਬਣਾਇਆ ਵੀ ਇਹ ਕੋਈ ਫੈਸ਼ਨ ਆ ਬਸ ਕਹਿੰਦਾ ਦੁਨੀਆ ਸਿੱਧੀ ਰਖਾਉਂਦੀ ਕਹਿੰਦਾ ਮੈਂ ਪੁੱਠੀ ਰਖਾਉਣੀ ਕਹਿੰਦਾ ਮੈਂ ਟੇਢੀ ਕਰਾਉਣੀ ਇਹ ਫਨ ਸ਼ਾਨ ਵਾਸਤੇ ਹੀ ਕਰਦਾ ਭਾਜੀ ਹਾਂ ਉਦਾਂ ਹੀ ਬਸ ਯਾਰ ਇਹਨੂੰ ਪਤਾ ਨਹੀਂ ਕੀ ਆ ਜਿੱਦਾਂ ਕੋਈ ਨਸ਼ਾ ਹੁੰਦਾ ਨਾ ਕਿਸੇ ਨੂੰ ਗੋਲੀਆਂ ਖਾਣ ਦਾ ਇਹਨੂੰ ਪਤਾ ਨਹੀਂ ਲੋਕਾਂ ਕੋਲ ਬੇਜਤੀ ਕਰਾ ਕੇ ਮਜ਼ਾ ਆਉਂਦਾ ਹੀ ਆ ਜਾਣ ਕੇ ਭਰਾਵਾ ਇਹੋ ਜਿਹੇ ਪੁੱਠੇ ਕੰਮ ਕਰਾਉਂਦਾ ਵੀ ਲੋਕੀ ਮੈਨੂੰ ਪਾਗਲ ਕਹਿਣ ਆਹੋ ਨਾ ਬਖਰੀ ਜਿਹੀ ਸ਼ਖਸੀਅਤ ਹੈ ਵੀ ਤੇ ਰਿਐਲਿਟੀ ਦੇ ਵਿੱਚ ਕਿੰਨਾ ਕੁ ਸੀਰੀਅਸ ਹੈ ਇਹੰਦੀ ਸਵਾਲ ਕਿ ਜੋ ਵੀਡੀਓਜ਼ ਦੇ ਵਿੱਚ ਉਹ ਹੀ ਚੀਜ਼ ਹੈ ਨਹੀਂ ਨਹੀਂ ਬਹੁਤ ਡਿਫਰੈਂਟ ਆ ਉਹ ਹਾਂ ਉਹ ਲੋਕਾਂ ਨੇ ਉਹ ਅਸਲ ਦੇ ਵਿੱਚ ਜਿਹੜੇ ਪੂਰਾ ਹੋ ਨਹੀਂ ਨਹੀਂ ਮਤੂਆ ਸਰਦੇ ਉਸ ਕੋਈ ਸਟੋਰੀ ਤੁਹਾਨੂੰ ਯਾਦ ਆਈ ਹੋਏਗੀ ਉਹ ਸਟੋਰੀ ਦੱਸੋ ਫਿਰ ਮੈਨੂੰ ਨਹੀਂ ਨਹੀਂ ਸਟੋਰੀ ਨਹੀਂ ਯਾਦ ਆ ਗਈ ਮੈਨੂੰ ਪਤਾ ਨਾ ਯਾਰ ਅਸਲ ਦੇ ਵਿੱਚ ਕੀ ਜੀਣਾ ਵੀ ਉਹ ਉਹ ਬਹੁਤ ਡਿਫਰੈਂਟ ਆ ਹਨਾ ਉਹਨੇ ਰਿਐਲਿਟੀ ਨਾਲੋਂ ਹਨਾ ਉਹ ਯਾਰ ਅਸਲ ਦੇ ਵਿੱਚ ਉਹਨੇ ਮਿਹਨਤ ਬੜੀ ਕੀਤੀ ਹੈ ਨਾ ਵੀ ਉਹਨੇ ਉਹ ਮੈਂ ਤਾਂ ਦੇ ਸੈਂਸ ਵੀ ਕਦੀ ਇੱਥੋਂ ਉੱਥੇ ਮੂਵ ਹੋ ਗਿਆ ਬੈਟਰ ਮੈਂਟਲੀ ਕਦੀ ਉੱਥੇ ਹੋ ਗਿਆ ਹੁਣ ਉਹ ਫਾਈਨਲੀ ਨੈਟ ਤੇ ਆ ਗਿਆ ਨੈਟ ਦੇ ਉਹ ਉਹ ਨੂੰ ਆਉਣਾ ਵਾਸਤੇ ਜਦਾਂ ਕਹਿਣਾ ਹੁੰਦਾ ਵੀ ਉਹਦੇ ਫੇਸਬੁੱਕ ਤੇ ਪੇਜ ਪੂਜ ਜਾਂਦੇ ਸੀ ਉਤੋਂ ਹੀ ਮੈਂ ਕਰਜਾ ਕੀਤਾ ਸੀ ਉਹਨੂੰ ਵੀ ਤੂੰ ਉੱਤੇ ਆ ਜਾ ਤੇ ਉਹ ਮੈਂ ਤਾਂ ਇਹ ਸੋਚਿਆ ਸੀ ਵੀ ਇਹ ਇਦਾਂ ਹੀ ਰਹੂਗਾ ਪਰ ਉਹਨੇ ਜਿਹੜੀ ਆਪਾਂ ਸ਼ੁਰੂ ਚ ਗੱਲ ਕੀਤੀ ਨਾ ਕਿ ਲੋਕੀ ਕੀ ਕਰਦੇ ਆ ਵੀ ਲੋਕਾਂ ਨੇ ਵੇਖਿਆ ਵੀ ਆਪਾਂ ਮੈਜੋਰਟੀ ਨੂੰ ਪਲੀਜ਼ ਕਰਨਾ ਮੈਜੋਰਟੀ ਨੂੰ ਖੁਸ਼ ਕਰਨਾ ਤੇ ਆਪਾਂ ਆਪਣਾ ਕੰਮ ਕੱਢਣਾ ਆਪਾਂ view ਲੈਣੇ ਲਾਈਕ ਲੈਣੇ ਸੋ ਉਹ ਕੀ ਕਰਦਾ ਵਾ ਉਹਦਾ ਕੰਮ ਏ ਇਦਾਂ ਹੀ ਆ ਵੀ ਹਨਾ ਥੋੜਾ ਜਿਹਾ ਵੀ ਉਹ ਵੇਖਦਾ ਯਾਰ ਵੀ ਓਕੇ ਯਾਰ ਜੇ ਦੁਨੀਆ ਇਹ ਸੁਣਨਾ ਚਾਹੁੰਦੀ ਹੈ ਉਹ ਹੀ ਸੁਣਾਉਣੀ ਹੈ ਠੀਕ ਆ ਉਹ ਨਵਜੀ ਪਛਾਣੀ ਆ ਤੇ ਹੁਣ ਉਹ ਤੇ ਉਦਾਂ ਤੇ ਉਹ ਹਾਂਜੀ ਸੌਰੀ ਸੌਰੀ ਨਹੀਂ ਨਹੀਂ ਮੈਂ ਉਹੀ ਲੱਗਾ ਹਾਂ ਕਹਿਣ ਵੀ ਉਦਾਂ ਤੇ ਵੀ ਉੱਪਰ ਉਹ ਰਹਿ ਨਹੀਂ ਹੁੰਦਾ ਉਹ 4-5 ਵੀਡੀਓ ਹੋਈਆਂ ਪਾ ਗਏ ਨੇ ਇੱਕ ਦੋ ਆਪਣੀ ਪੜਾਹ ਜੀ ਕਾਢ ਹੀ ਲੈਣੀ ਦੀ ਬਾਅਦ ਚ ਫੇਰ ਉਹ ਲੋਕਾਂ ਨੂੰ ਫੇਰ 4-5 ਉਹਨਾਂ ਦੇ ਜਣੀਆਂ ਸੁਣਨਾ ਚਾਹੁੰਦੇ ਗੱਲ ਉਹ ਹੀ ਪਾਉਂਦਾ ਫੇਰ ਵੀ ਓਕੇ ਓਕੇ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਆ ਗਈ ਆ ਗਈ ਤੁਹਾਡੇ ਵੀ ਜੋ ਸੁਣਨਾ ਚਾਹੁੰਦੇ ਉਹ ਹੀ ਲੱਗਾ ਸੁਣਾਉਣ 4-5 ਨੇ ਪਾ ਗਏ ਮਲਮ ਪੱਟੀ ਕਰ ਜਾਣੀ ਬਾਅਦ ਚ ਨੇ ਇੱਕ ਫੇਰਾ ਫੜੀ ਪਾ ਜਾਣੀ ਸੋ ਉਹਦਾ ਇਹ ਕੰਮ ਹਾਂ ਹਾਂ ਠੀਕ ਤੇ ਹੁਣ ਤੁਸੀਂ ਇੰਡੀਆ ਆਏ ਹੋ ਤੇ ਮਾਹੌਲ ਹਾਂ ਹਾਂ ਕਿਉਂਕਿ ਮੈਂ ਬਾਹਰ ਬੈਠਾ ਮੈਂ ਜਾਨਣਾ ਚਾਹੁੰਦਾ ਕਿ ਇਹ ਉਹਨਾਂ ਹੀ ਸੀਰੀਅਸੇ ਮਾਹੌਲ ਜਿੱਦਾਂ ਇੰਟਰਨੈਟ ਤੇ ਦੇਖਦਾ ਹੈ ਕਿ ਜਾਂ ਰਿਅਲਿਟੀ ਦੇ ਵਿੱਚ ਉਦਾਂ ਦੀ ਕੋਈ ਚੀਜ਼ ਨਹੀਂ ਕਿ ਲੋਕੀ ਜਸ ਰੈਗੂਲਰ ਚੀਜ਼ਾਂ ਆਪਣਾ ਨਾਰਮਲ ਕਮਾਕਾਰਾਂ ਦੇ ਜਾਂਦੇ ਨੇ। ਅ ਨਹੀਂ ਨਹੀਂ ਉਹ ਯਾਰ ਅਸਲ ਦੇ ਵਿੱਚ ਨੈਟ ਤੇ ਹੀ ਜ਼ਿਆਦਾ ਹੁੰਦਾ ਹਨਾ ਤੁਸੀਂ ਪਿੰਡ ਆਉ ਹਣਾ ਤੁਸੀਂ ਪਿੰਡ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਆ ਹੁਣ ਮੈਨੂੰ ਨੈਟ ਦੇ ਉੱਤੇ ਕਹਿਣ ਵਾਲੇ ਬਹੁਤੇ ਹੁਣ ਜਿਹੜੀ ਆਪਾਂ ਪਿੱਛੇ ਵੀਡੀਓ ਕਰਕੇ ਹਟੇ ਆ ਮੈਨੂੰ ਕਈਆਂ ਨੇ ਕਹਿ ਦੇਣਾ ਕਾਮਰੇਡ ਆ ਇਹ ਫਲਾਣਾ ਵਾ ਟੀਂਗ ਆ ਹਣਾ ਵੀ ਹੁਣ ਤਾਂ ਅੱਜਕੱਲ ਜਦੋਂ ਕਾਮਰੇਡ ਗਾਲੀ ਬਣ ਗਈ ਆ ਪਹਿਲੇ ਵੇਲੇਾਂ ਚ ਕਾਮਰੇਡ ਉਹਨਾਂ ਨੂੰ ਆਂਦੇ ਹੁੰਦੇ ਸੀ ਜਿਹੜੇ ਗੋਰਿਆਂ ਨਾਲ ਲੜ ਕੇ ਕਾਲੇ ਪਾਣੀਆਂ ਦੇ ਸਜਾਵਾਂ ਕੱਟਣ ਜਾਂਦੇ ਹੁੰਦੇ ਸੀ ਤੇ ਚਲੋ ਵਟ ਐਵਰ ਹਨਾ ਤੇ ਹੁਣ ਉਹ ਲੋਕਾਂ ਵਾਸਤੇ ਮੈਂ ਉਹ ਆ ਵਿਹਣਾ ਉਹ ਨੈਟ ਦੀ ਦੁਨੀਆ ਹੋ ਗਈ ਜਿਹੜੇ ਮੇਰੇ ਪਿੰਡ ਦੇ ਰਹਿਣ ਵਾਲੇ ਉਹਨਾਂ ਨੂੰ ਪਤਾ ਮੈਂ ਕੌਣ ਤੇ ਇਦਾਂ ਹੀ ਮੈਨੂੰ ਪਿੰਡ ਵਾਲਿਆਂ ਦਾ ਸਾਰਿਆਂ ਦਾ ਪਤਾ ਹਨਾ ਕੌਣ ਕਿੱਦਾਂ ਆ ਤੇ ਵੀ ਯਾਰ ਇੱਥੇ ਉਹ ਨਹੀਂ ਨੈਟ ਨਾਲ ਉਹ ਤਾਂ ਫਰਕ ਹੀ ਹੁੰਦਾ ਵਾ ਹੁਣ ਮੈਂ ਕੱਲ ਇੱਥੇ ਤੈਨੂੰ ਅਖਣਿਆ ਜਿਹੜਾ ਸਾਡੇ ਉਧਰੋਂ ਬਜ਼ੁਰਗ ਉੱਠ ਕੇ ਆਏ ਪਾਕਿਸਤਾਨ ਚੋਂ ਤੇ ਜਿਹੜੇ ਜਾਂਦੇ ਆ ਤੇ ਮੈਂ ਉਹ ਦੱਸਣ ਲੱਪੈ ਵੀ ਮੈਂ ਕਿਹਾ ਵੀ ਹੋਇਆ ਹੀ ਤੁਹਾਡੇ ਨਾਲ ਵੀ ਵੱਡ ਟੋਕਾ ਉਹ ਕਹਿੰਦੇ ਵੀ ਨਹੀਂ ਸਾਡੇ ਆਪਣੇ ਪਰਿਵਾਰ ਨਾਲ ਨਾਲ ਨਹੀਂ ਹੋਈ ਪਰ ਅਸੀਂ ਵੇਖੀ ਬੜੀ ਹੀ ਰਾਵਾਂ ਦੇ ਵਿੱਚ ਇਹੋ ਚੀਜ਼ ਵੀ ਵੱਡ ਟਕ ਹੁੰਦੀ ਤੇ ਦੱਸਣਾ ਵੀ ਫਲਾਣੀ ਥਾਂ ਵੀ ਇਦਾਂ ਲੋਕੀ ਵੱੜ ਤੇ ਫਲਾਣੇ ਪਿੰਡ ਵਾਲੇ ਆ ਕੇ ਪੈ ਗਏ ਤੇ ਕਹਿੰਦੇ ਵੀ ਜਦਨ ਸਟਾਰਟ ਹੋਇਆ ਜਿਹੜਾ ਰੌਲਾ ਰੱਪਾ ਜੈਂ ਕਹਿੰਦਾ ਅਸੀਂ ਆਪਣੇ ਖੇਤਾਂ 'ਚ ਚਰੀ ਵੜਨ ਡੈ ਸੀ ਤੇ ਸਾਨੂੰ ਆ ਕੇ ਵੀ ਮੁਸਲਮਾਨਾਂ ਦੇ ਦੋਵਾਂ ਤਨ ਪਰਿਵਾਰਾਂ ਨੇ ਕਿਹਾ ਵੀ ਇਹ ਛੱਡੋ ਚਰੀ ਨੂੰ ਤੇ ਘਰੇ ਜਾਓ ਤੇ ਕੰਮ ਵੱਧ ਗਿਆ ਵਾ ਤੇ ਨਿਕਲ ਚੱਲੋ ਹਨਾ ਵੀ ਸਾਡੀ ਤੁਹਾਡੇ ਨਾਲ ਵੀ ਬਣਦੀ ਆ ਤੇ ਆਪਾਂ ਤੁਹਾਨੂੰ ਅਗਾਹ ਕਰਨਾ ਆਏ ਆ ਤੇ ਕਹਿੰਦੇ ਫੇਰ ਅਸੀਂ ਇਦਾਂ ਹੀ ਵੀ ਅਸੀਂ ਜਿਹੜੇ ਦੱਸਿਆ ਉਹਨਾਂ ਨੇ ਮੈਨੂੰ ਨਾਮ ਹੀ ਜਿਆਦਾ ਕਹਿੰਦੇ ਵੀ ਆ ਇੱਕ ਕਹਿੰਦਾ ਵੀ ਆਪਣੇ ਉੱਥੇ ਘਰੇ ਸਾਡੇ ਕਹਿੰਦੇ ਕਿ ਜਲਾਹ ਜਲਾਹ ਹੁੰਦਾ ਸੀ ਤੇ ਸਹਾਬੂਦੀ ਨੇ ਕਹਿੰਦੇ ਉਹਦਾ ਨਾਮ ਸੀ ਤੇ ਉਹ ਸਾਫ ਸਫਾਈ ਜੇ ਕਰਦਾ ਹੁੰਦਾ ਸੀ ਵੀ ਉਹ ਆਪਣੇ ਘਰਾਂ ਦੇ ਵਿੱਚ ਤੇ ਕਹਿੰਦਾ ਮੈਨੂੰ ਅਸੀਂ ਸੱਦਿਆ ਤੁਹਾਨੂੰ ਅਸੀਂ ਆਪਣੀਆਂ ਵੀ ਕਰਤਾ ਸਾਰਾ ਕੁਝ ਹੈਂਡਓਵਰ ਵੀ ਭਾਈ ਓਕੇ ਅਸੀਂ ਚੱਲੇ ਆ ਹਨਾ ਵੀ ਪਤਾ ਨਹੀਂ ਸ਼ਾਇਦ ਮੁੜੀਏ ਕਿ ਨਾਮ ਮੁੜੀਏ ਤੇ ਕਹਿੰਦੇ ਅਸੀਂ ਆ ਗਏ ਤੇ ਫਿਰ ਕਹਿੰਦੇ ਵੀ ਸਾਨੂੰ ਇੱਕ ਮੈਨੂੰ ਯਾਦ ਨਹੀਂ ਕਿਹੜਾ ਕਹਿੰਦੇ ਕੋਈ ਨਾਲਾ ਪੈਂਦਾ ਸੀ ਤੇ ਉਹਦੇ ਨਾਲੇ ਦੇ ਉੱਤੋਂ ਇੱਕ ਹੀ ਕਹਿੰਦਾ ਰਾਹ ਸੀ ਜਾਣ ਨੂੰ ਤੇ ਉੱਥੇ ਡੱਕ ਡੱਕ ਰੱਖਣ ਡਏ ਸੀ ਮੁਸਲਮਾਂ ਵੀ ਉਹ ਡੱਕਦੇ ਸੀ ਵੀ ਅਸੀਂ ਗਾਂ ਨਹੀਂ ਜਾਣ ਦੇਣਾ ਤੇ ਜਿਹੜਾ ਕੋਈ ਛੋਟਾ ਹੁੰਦਾ ਸੀ ਗਰੁੱਪ ਪੰਜਾਂ ਦਾ ਹਾਲਾ ਉਹਨੂੰ ਵੱਡ ਬੁੱਡ ਦਿੰਦੇ ਸੀ ਜੇ ਕੋਈ 50 100 ਜਾਨਾ ਇਕੱਠਾ ਜਾਂਦਾ ਸੀ ਤੇ ਉਹ ਉੱਥੇ ਵੀ ਉਹਨੂੰ ਬਾਹ ਛੱਡਦੇ ਸੀ ਉਹਨੂੰ ਜਾਣ ਹੀ ਨਹੀਂ ਦਿੰਦੇ ਸੀ ਫਿਰ ਉਹ ਕਹਿੰਦੇ ਵੀ ਆਪਣੇ ਗਰੁੱਪ ਦੇ ਵਿੱਚ ਇੱਕ ਆਪਣਿਆਂ ਚੋਂ ਸੀ ਕੋਈ ਉਹ ਵੀ ਇਧਰੋਂ ਕਾਲੇ ਪਾਣੀ ਦੀ ਸਜ਼ਾ ਈ ਕੱਟ ਕੇ ਆਇਆ ਸੀ ਤੇ ਕਹਿੰਦੇ ਵੀ ਉਧਰੋਂ ਜਿਹੜਾ ਜਿਹੜੇ ਮੁਸਲਮ ਗਰੁੱਪ ਨੇ ਨਾਕਾ ਲਾਇਆ ਸੀ ਨਾ ਉਹਦੇ ਉੱਪਰ ਨਾਲੇ ਦੇ ਉੱਪਰ ਜਿਹੜੇ ਪੁਲ ਦੇ ਉੱਤੇ ਕਬਜ਼ਾ ਕੀਤਾ ਸੀ ਉਧਰੋਂ ਵੀ ਕਹਿੰਦਾ ਵੀ ਇੱਕ ਐਸਾ ਬੰਦਾ ਸੀ ਜਿਹੜਾ ਉਹਦੇ ਨਾਲ ਸਜ਼ਾ ਕੱਟ ਕੇ ਆਇਆ ਸੀ ਕਾਲੇ ਪਾਣੀ ਦੇ ਵਿੱਚੋਂ ਤੇ ਉਹ ਕਹਿੰਦੇ ਉਹਨਾਂ ਨੇ ਦੋਵਾਂ ਨੂੰ ਇੱਕ ਦੂਜੇ ਨੂੰ ਸਿਹਾਨ ਲਿਆ ਤੇ ਉਹ ਸਿਹਾਨਣ ਕਰਕੇ ਕਹਿੰਦਾ ਵੀ ਆਪਣਾ ਗਰੁੱਪ ਉਹਨਾਂ ਨੇ ਸਾਰਾ ਹੀ ਪਾਰ ਕਰਵਾ ਦਿੱਤਾ ਸੀ ਤੇ ਆਪਾਂ ਕਹਿੰਦੇ ਫੇਰ ਅਸੀਂ ਇੱਧਰ ਪਿੰਡ ਮਾਝੇ ਵਾਲ ਹਨਾ ਕਹਿੰਦੇ ਅਸੀਂ ਕਰਿਆਲੇ ਆ ਇੱਧਰ ਪਿੰਡ ਉੱਥੇ ਇਕੱਠੇ ਹੋਏ ਫੇਰ ਸਾਰੇ ਕਹਿੰਦਾ ਫੇਰ ਕਰਿਆਲੇ ਤੋਂ ਫੇਰ ਇੱਧਰ ਨੂੰ ਆ ਗਏ ਤੇ ਉਹਨਾਂ ਨੂੰ ਮੈਂ ਪੁੱਛਣ ਡਿਆ ਸੀ ਮੈਂ ਕਿਹਾ ਵੀ ਤੁਸੀਂ ਇੰਨੀ ਕਤਲੋਕਾਰਤ ਦੇਖੀ ਹੈ ਹਨਾ ਉਹ ਸਾਰੀਆਂ ਗੱਲਾਂ ਦੱਸਣ ਵੀ ਆ ਜਿਹੜੀ ਰੀਅਲ ਗੱਡੀ ਵੱਡੀਆਂ ਗਈਆਂ ਕੀ ਹੋਇਆ ਤੇ ਮੈਂ ਕਿਹਾ ਵੀ ਵੀ ਹੁਣ ਇਮੇਜਿਨ ਕਰੋ ਮੈਂ ਕਿਹਾ ਵੀ ਆਪਣਾ ਪੰਜਾਬ ਫੇਰ ਵੰਡਿਆ ਜਾਵੇ ਤੇ ਮੈਂ ਕਿਹਾ ਵੀ ਮਾਈਗ੍ਰੇਸ਼ਨ ਸਟਾਰਟ ਹੋਵੇ ਯੂਪੀ ਤੋਂ ਇੱਧਰ ਨੂੰ ਤੇ ਹਨਾ ਵੀ ਯੂਪੀ ਵਾਲੇ ਸਿੱਖ ਇੱਧਰ ਆਉਣ ਜਾਂ ਉਹ ਹੋਣ ਤੇ ਮੈਂ ਕਿਹਾ ਤੁਸੀਂ ਕੀ ਤਹਾਡੇ ਖਿਆਲਾਂ ਕੀ ਹੋਵੇ ਉਹ ਤੇ ਉਹ ਅਖੰਡ ਇਹ ਕਹਿੰਦਾ ਰੱਬ ਕਰੇ ਕਹਿੰਦਾ ਲੋਕਾਂ ਨੇ ਵੇਖਿਆ ਨਹੀਂ ਕਿ ਕਹਿੰਦਾ ਉਹਨਾਂ ਨੇ ਉਹ ਚੀਜ਼ ਕਹਿੰਦਾ ਵੀ ਇਹ ਚੀਜ਼ ਕਦੀ ਨਹੀਂ ਹੋਣੀ ਚਾਹੀਦੀ ਵੀ ਨਹੀਂ ਕਹਿੰਦਾ ਵੀ ਸਿਆਣਪ ਨਹੀਂ ਇਹ ਚੀਜ਼ ਕਹਿੰਦਾ ਵੀ ਲੋਕਾਂ ਨੂੰ ਪਤਾ ਨਹੀਂਗਾ ਵੀ ਉਹ ਕੀ ਮੰਗਣਦੇ ਆ ਵੀ ਕੀ ਹੁੰਦਾ ਵਾ ਵੀ ਜਦੋਂ ਇਹ ਚੀਜ਼ਾਂ ਹੁੰਦੀਆਂ ਵਾ ਜਦੋਂ ਮੁਲਕ ਬਣਦਾ ਜਾਂ ਵੰਡਿਆ ਜਾਂਦਾ ਉਦੋਂ ਚੀਜ਼ਾਂ ਕੀ ਹੁੰਦੀਆਂ ਹਮ ਭਾਈ ਉਹ ਫਿਰ ਉਹ ਹੀ ਕੋਈ ਬਜ਼ੁਰਗਾ ਹਨਾ ਹਾਂਜੀ ਹਾਂ ਉਹ ਗੁਰੂ ਘਰ ਜਾਣ ਵਾਲੇ ਬਜ਼ੁਰਗਾ ਵੀ ਆਪਾਂ ਇਹ ਵੀ ਨਹੀਂ ਆ ਸਕਦੇ ਵੀ ਵੀ ਹਨਾ ਵੀ ਸ਼ਾਇਦ ਕਿਉਂਕਿ ਮਨ ਨੂੰ ਨੈੱਟ ਤੇ ਲੱਗਦਾ ਵੀ ਵੀ ਓਕੇ ਜਿਹੜਾ ਵੀ ਸਿੱਖਾ ਉਹਦਾ ਉਹਦੇ ਆਸਤੇ ਖਾਲਿਸਤਾਨ ਨੂੰ ਜਾਂ ਜਿਹੜੀਆਂ ਚੀਜ਼ਾਂ ਨੂੰ ਸਪੋਰਟ ਕਰਨਾ ਲਾਜ਼ਮੀ ਆ ਤੇ ਉਹ ਸ਼ਾਇਦ ਹਨਾ ਉਹਨੂੰ ਪਰ ਨਹੀਂ ਇੱਥੇ ਮジョਰਿਟੀ ਆ ਹਨਾ ਹੁਣ ਸਿਆਣੇ ਬਿਆਣੇ ਬਾਬੇ ਆ ਉਹ ਕਹਿੰਦੇ ਵੀ ਨਹੀਂ ਇਹ ਚੀਜ਼ ਗਲਤ ਆ ਤੇ ਕੁਝ ਸਿਆਣੇ ਬਿਆਣੇ ਕਈ ਸਮਝਦੇ ਆ ਕਈ ਨਿਆਣੇ ਉਹ ੜੀ ਚੀਜ਼ ਨੂੰ ਸਪੋਰਟ ਕਰਦੇ ਆ ਨਿੱਕੇ ਨਿੱਕੇ ਹੀ ਹਨਾ ਕਿਉਂਕਿ ਉਹਨਾਂ ਨੂੰ 2 ਜ਼ਿਆਦਾ ਚੀਜ਼ਾਂ ਉਹ ਫੈਂਸੀ ਜੀਆਂ ਲੱਗਦੀਆਂ ਜਿਹੜੀਆਂ ਚੀਜ਼ ਹਾਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਹਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਕਟਿਵ ਆ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਫਿਲਮੀਆਂ ਲੱਗਦੀਆਂ ਆ ਫੈਂਸੀਆਂ ਲੱਗਦੀਆਂ ਉਹਨਾਂ ਨੂੰ ਉਹ ਉਹਨੂੰ ਸੱਚ ਮੰਨ ਕੇ ਤੇ ਉਹਦੇ ਪਿੱਛੇ ਲੱਗਦੇ ਆ ਤੁਹਾਨੂੰ ਵੀ ਲੱਗਦਾ ਕਿ ਕੋਈ ਕਨਸਪੀਰੇਸੀ ਹੋ ਸਕਦੀ ਆ ਕਿ ਆਪਣੇ ਯੂਥ ਨੂੰ ਬੇਵਕੂਫ ਬਣਾਉਣ ਦੀ ਹੂੰ ਤੇ ਆਪਣੇ ਯੂਥ ਨੂੰ ਗਲਤ ਸਾਈਡ ਤੇ ਲਾਉਣ ਦੀ ਕਿ ਆਪਣੇ ਯੂਥ ਕੋਈ ਸਾਂਸਾ ਕੁਝ ਹਰੇਕ ਬੰਦਾ ਪੋਲਿਟਿਕਸ ਦੀ ਹੀ ਗੱਲ ਕਰਦਾ ਰਵੇ ਕੱਲ ਮੈਂ ਇੱਕ ਬੜਾ ਵਧੀਆ ਆਰਗੂਮੈਂਟ ਸੁਣਿਆ ਸੀ ਕਿਸੇ ਦਾ ਇੱਦਾਂ ਹੀ ਉਹਨੇ ਬੜੀ ਵਧੀਆ ਗੱਲ ਕੀਤੀ ਉਹ ਕਹਿੰਦਾ ਵੀ ਹਨਾ ਵੀ ਉਹਨੇ ਕਿਹਾ ਵੀ ਵੀ ਇਹ ਬਹੁਤ ਵੱਡੀ ਬਿਸ਼ਾਇਦ ਇਹਦੇ ਵਿੱਚ ਜਿਹੜੇ ਐਸਲੇ ਜਿਹੜੇ ਪਿਆਦੇ ਹਨਾ ਵੀ ਜਿਹੜੇ ਐਸਲੇ ਮੇਨ ਕਰੈਕਟਰ ਨੇ ਇਹ ਸਾਰੇ ਰੋਲੇ ਦੇ ਵਿੱਚ ਉਹ ਸ਼ਾਇਦ ਕਿਸੇ ਵੱਲੋਂ ਬਿਸ਼ਾਈ ਨਾ ਗਏ ਹੁਣ ਪਰ ਬੀਜੇਪੀ ਨੇ ਆਪਣੇ ਆਸਤੇ ਬੜੇ ਵਧੀਆ ਤਰੀਕੇ ਨਾਲ ਵਰਤ ਜਾਣੇ ਆ ਉਹ ਕਹਿੰਦੇ ਵੀ ਸ਼ਾਇਦ 2024 ਦੇ ਵਿੱਚ ਵੀ ਬੀਜੇਪੀ ਹਰਦੀ ਆ ਵੀ ਹਨਾ ਵੀ ਸ਼ਾਇਦ ਹਰ ਜੇ ਵੈਸੇ ਨਾਰਮਲ ਸਿਨੈਰੀਓ ਦੇ ਵਿੱਚ ਪਰ ਜੇ ਪੰਜਾਬ ਦੇ ਵਿੱਚ ਕਹਿੰਦੇ ਇਹ ਕੰਮ ਹੋ ਗਿਆ ਗਰਮਾ ਹੋ ਗਿਆ ਮਾਹੌਲ ਮੜੀਆਂ ਮੋਟੀਆਂ ਹਨਾ ਵੀ ਗੋਲੀਆਂ ਗਾਲੀਆਂ ਚੱਲਣ ਲੱਪੀਆਂ ਹਜੇ ਕੰਮ ਹੋਣ ਲੱਪੇ ਹਨ ਤੇ ਜਦੋਂ ਇਹ ਇਹ ਕੰਮ ਹੋਣ ਲੱਪਿਆ ਤਾਂ ਫਿਰ ਉਹ ਕਹਿੰਦੇ ਵੀ ਸ਼ਾਇਦ ਉਹ ਇੱਕ ਪੰਜਾਬ ਨੂੰ ਇੱਕ ਇੱਕ ਇਦਾਂ ਦਾ ਪੀਸ ਸ਼ੋਅ ਕਰਨਗੇ ਵੀ ਇੱਥੇ ਇੱਥੇ ਕਾਬੂ ਪਾ ਕੇ ਥੋੜਾ ਬਹੁਤ ਵੀ ਦੇਖੋ ਵੀ ਹੋਰਾਂ ਗਵਰਨਮੈਂਟ ਨਹੀਂ ਸਾਮ੍ਹ ਸਕਦੀ ਇੰਡੀਆ ਦੇ ਵਿੱਚ ਖਲਾਰਾ ਪੈ ਜਾਊਗਾ ਇੰਡੀਆ ਡਿਵਾਈਡ ਹੋ ਜਾਊਗਾ ਇਦਾਂ ਦੇ ਵੀ ਅਸੀਂ ਹੀ ਇੱਕ ਸੇਵੀਅਰ ਆ ਇੰਡੀਆ ਦੇ ਉਹੜੇ ਨਾਂ ਤੇ ਸ਼ਾਇਦ ਕਹਿੰਦੇ ਵੀ 2024 ਦੇ ਵਿੱਚ ਉਹ ਫੇਰ ਵੋਟਾਂ ਇੰਡੀਆ ਪਰ ਦੇ ਵਿੱਚੋਂ ਲੈ ਜਾਣ ਵੀ ਇਹ ਜੋ ਵੀ ਬਣ ਰਿਹਾ ਬੀਜੇਪੀ ਦੇ ਆਸਤੇ ਫੇਵਰੇਬਲ ਆ ਇਹ ਸਿਨੈਰੀਓ ਹੂੰ ਸੋ ਹੁਣ ਉਹ ਪਤਾ ਨਹੀਂ ਵੀ ਉਹ ਇਹਦੇ ਵਿੱਚ ਉਹਦੇ ਵਿੱਚ ਵੀ ਉਹ ਕਿੰਨੀ ਰਿਅਲ ਗੱਲ ਕਹਿੰਦੇ ਨਾ ਅੱਗ ਚ ਕਿਉਂ ਪਾਉਣ ਵਾਲਾ ਹਨਾ ਵੀ ਹਾਂ ਉਹ ਚ ਪਾ ਰਹੇ ਆ ਕਿ ਨਹੀਂ ਕਰ ਰਹੇ ਜਾਂ ਕੀ ਹੋ ਰਿਹਾ ਆਈ ਡੋਟ ਨੋ ਕੀਤਾ ਦੀ ਨਾ ਵੀਡੀਓਜ਼ ਦੇਦਾ ਪਏ ਤੇ ਪੋਡਕਾਸਟ ਹੜਾ ਨਾ ਨਾ ਹੀ ਆ ਤੂੰ ਵੀ ਨਵਾਂ ਚੈਨਲ ਕਿਉਂ ਨਹੀਂ ਸ਼ੁਰੂ ਕੀਤਾ ਕਾਦੋਂ ਉਹੀ ਸਾਬੀ ਦੇ ਉੱਤੇ ਹੀ ਕਿਉਂ ఐ థింక్ 10 ਤਰ੍ਹਾਂ ਦੇ ਕਿ ਵੀਲੌਗਸ ਵੀ ਹੋ ਗਿਆ ਫਿਰ ਅੱਡੀ ਗੱਲ ਬਾਤ ਵੀ ਹੁੰਦੀ ਹੈ ਹਾਂ ਯਾਰ ਹੈ ਤਾਂ ਸ਼ੁਰੂ ਕੀਤਾ ਹੈ ਹਨਾ ਹਾਂ ਦੋ ਤਿੰਨ ਚੀਜ਼ਾਂ ਲਾ ਲਾ ਵੀ ਸ਼ਾਇਦ ਇੱਕ ਡਰਜਾ ਕਹਿ ਲਾ ਹਨਾ ਇਹ ਚੀਜ਼ ਵਾਕਈ ਤੂੰ ਕਹਿ ਲਾ ਮੈਨੂੰ ਇਹ ਚੀਜ਼ ਲੱਗੀ ਕਿ ਯਾਰ ਵੀ 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 ਜੇ ਮੈਂ ਕੱਲਾ ਪੋਡਕਾਸਟ ਪਾਉਣ ਲੱਪਿਆ ਤੇ ਮੇਬੀ ਮੇਰੇ ਕੋ ਕੰਟੀਨਿਊ ਪੋਡਕਾਸਟ ਨਾ ਪਾ ਹੋਵੇ ਪੋਡਕਾਸਟ ਵਾਲਾ ਚੈਨਲ ਵੀ ਐਕਟਿਵ ਨਾ ਰਵੇ ਤੇ ਮੈਂ ਵਲੌਗ ਵਾਲੇ ਚੈਨਲ ਤੇ ਇਸ ਕਰਕੇ ਪਾ ਰਿਹਾ ਹਾਂ ਕਿਉਂਕਿ ਯਾਰ ਮੇਰਾ ਵਲੌਗ ਜੇ ਪਾਉਣ ਨੂੰ ਬਹੁਤਾ ਜੀ ਨਹੀਂ ਕਰਦਾ ਹੁੰਦਾ ਹੂੰ ਤੇ ਜੇ ਉਹ ਵਲੌਗ ਆਸਤੇ ਰੱਖਾਂ ਤਾਂ ਮੇਰੇ ਕੋਲ ਉੱਤੇ ਕੰਟੀਨਿਊ ਵਲੌਗ ਵੀ ਨਹੀਂ ਪੈਣੇ ਮੇਰੇ ਟਾਈਮ ਕਰਕੇ ਨਹੀਂ ਜੇ ਸਾਹ ਹਾਂ ਪਾਈ ਤੁਸੀਂ ਵੀਡੀਓਜ਼ ਛਾਪਦੇ ਹੋ ਆਈ ਥਿੰਕ ਤੁਸੀਂ ਬਹੁਤ ਜ਼ਿਆਦਾ ਡੈਡੀਕੇਟਿਡ ਹੋ ਕਿ ਤੁਹਾਡਾ ਇੱਕ ਜਾਂ ਦੋ ਦਿਨ ਬਾਅਦ ਪੋਡਕਾਸਟ ਵੀ ਆ ਜਾਂਦਾ ਹੈ ਵਿੱਚ ਫਿਰ ਵੀ ਵਲੌਗ ਵੀ ਆ ਜਾਂਦਾ ਹੈ ਆਈ ਥਿੰਕ ਤੁਸੀਂ ਸਸਟੇਨ ਕਰ ਸਕਦੇ ਹੋ ਜੇ ਤੁਸੀਂ ਨਵਾਂ ਚੈਨਲ ਵੀ ਸ਼ੁਰੂ ਕਰ ਦਿੱਤੇ ਚੱਲ ਕੋਈ ਨਾ ਹੁਣ ਉਹੀ ਸਾਬੀ ਚੱਲੀ ਜਾਊਗਾ ਕੋਈ ਨਹੀਂ ਦਾ ਜੋ ਵੀ ਹੋਣਾ ਆਪਾਂ ਘੜਾ ਇੱਥੇ ਹੌਲੀ ਹੌਲੀ ਕੀ ਕਹਿੰਦੇ ਹੁੰਦੇ ਕਾਰਵਾਨ ਵੱਡਾ ਹੁੰਦਾ ਜਾਊਗਾ ਵੇਖੀ ਜਾਊਗੀ ਨਹੀਂ ਤੇ ਇੱਥੇ ਹੀ ਰਹਿ ਗਏ ਇਸੇ ਕੇ ਲੈਵਲ ਤੇ ਮਰ ਮੁੱਕ ਜਾਊਗਾ ਵੇਖੀ ਜਾਊਗੀ ਮੈਂ ਅਸਲ ਵਿੱਚ ਮੇਰੀ ਨਹੀਂ ਇਹੀ ਸੀ ਮੈਨੂੰ ਇਹ ਸੀ ਕਿ ਚੱਲ ਮੈਂ ਇੱਕੋ ਤੇ ਹੀ ਕਰੀ ਜਾਣਾ ਤੇ ਵੀ ਉੱਤੇ ਉਹਦੇ ਉੱਪਰ ਵੀ ਉਹੀ ਸਪੇਸ ਜੀ ਨਾ ਰਹੂਗੀ ਹਨਾ ਵੀ ਕਦੀ ਬਲੌਗ ਆ ਗਿਆ ਕਦੀ ਪੌਡਕਾਸਟ ਆ ਗਿਆ ਤਾਂ ਕਵਰ ਜਾਂਦਾ ਰਹੂਗਾ ਹੂੰ ਮੈਂ ਨਾ ਜਦੋਂ ਵੀ ਇਟਲੀ ਵਾਲਿਆਂ ਨਾਲ ਗੱਲ ਕਰਾਂ ਉਨੇ ইমেজਨਾ ਬਹੁਤ ਆਡੀ ਇੱਕ ਬਣਾਈ ਹੋਈ ਤਗੜੀ ਐਜ਼ ਅ ਬਿਜ਼ਨਸਮੈਨ ਉਹਨੇ ਹਮੇਸ਼ਾ ਇਦਾਂ ਹੀ ਕਹਿਣਾ ਕਿ ਯਾਰ ਉਹ ਬੰਦੇ ਨੂੰ ਥੋੜੀ ਇਹ ਚੀਜ਼ ਦੀ ਲੋੜ ਹੈ ਉਹ ਫੇਰ ਵੀ ਮੇਰੇ ਨਾਲ ਗੱਲ ਕਰਦਾ ਬੜੀ ਮਹਾਨਤ ਆ ਉਹ ਬੰਦੇ ਦੀ ਕਹਿੰਦੇ ਉਹ ਭਾਜੀ ਇੱਥੇ ਇਟਲੀ ਵੀ ਆਇਆ ਹੈ ਨਾ ਤੇ ਉਹਨਾਂ ਨੇ ਮੈਨੂੰ ਬੜੇ ਆਈਡੀਆਜ਼ ਦੇਣੇ ਨਾ ਆ ਵੀ ਕਰ ਲਾ ਆ ਵੀ ਕਰ ਲਾ ਆ ਵੀ ਕਰ ਲਾ ਉਹ ਬੰਦੇ ਨੂੰ ਕੀ ਲੋੜ ਮੈਂ ਦੱਸਾਂ ਵੀ ਪਰ ਫੇਰ ਵੀ ਉਹ ਬੰਦਾ ਦੱਸਦਾ ਤੇ ਤੁਹਾਡਾ ਉਹ ਵੀ ਮੈਂ ਦੇਖਿਆ ਸੀ ਇੱਕ ਵੀਡੀਓ ਦੇਖਦਾ ਪਿਆ ਕਿ ਤੁਸੀਂ ਲਾਸਟ ਟਾਈਮ ਜਦੋਂ ਇੰਡੀਆ ਸੀ ਨਾ ਤੇ ਤੁਸੀਂ ਸ਼ਾਇਦ ਕੁਝ ਕੰਝ ਵੀ ਬਣਾਉਂਦਾ ਸੀਗਾ ਤੇ ਉਹਨੂੰ ਤੁਸੀਂ ਦੱਸਿਆ ਨਾ ਕਿ ਆਹ ਚੀਜ਼ਾਂ ਹੋਰ ਕਰ ਲਾ ਮੈਂ ਤੈਨੂੰ ਸਪੋਰਟ ਕਰਦਾ ਵਗੈਰਾ ਵਗੈਰਾ ਹਾਂ ਤੇ ਹੁਣ ਮੈਨੂੰ ਦੱਸੋ ਤੁਹਾਡੀ ਬਿਜ਼ਨਸ ਸਾਈਡ ਆਫ ਥਿੰਗਸ ਤੁਸੀਂ ਬੋ ਕਾਟਰ ਵੀਲ ਕਰਦੇ ਹੋ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਇੱਕ ਮਾਸਟਰ ਕਲਾਸ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਗਰ ਤੁਸੀਂ ਉਦਾਂ ਉਹ ਨਹੀਂ ਪਹਿਲੀ ਗੱਲ ਇਹ ਹੈ ਪਹਿਲੀ ਗੱਲ ਪਤਾ ਕੀ ਚੱਕਰ ਆ ਮੈਂ ਇਸੇ ਕਰਕੇ ਨਹੀਂ ਕਰਦਾ ਕਿਉਂਕਿ ਬਿਜ਼ਨਸ 'ਚ ਮੇਰਾ ਕੱਦ ਹੈਗਾ ਐਡਾ ਇੰਨਾ ਉਹ ਲੋਕਾਂ ਨੂੰ ਲੱਗਦਾ ਐਡਾ ਉਹ ਰਿਐਲਿਟੀ ਨਹੀਂ ਹੈਗੀ ਹਨਾ ਵੀ ਆਪਾਂ ਕੋਈ ਬਹੁਤੇ ਫੰਨੇਖਾਂ ਤਾਂ ਹੈ ਨਹੀਂਗੇ ਜਿੰਨਾ ਕੰਮ ਯਾਰ ਹੁਣ ਆ ਤੁਹਾਡੇ ਖਾਸ ਕਰਕੇ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਹਨਾ ਯੂਐਸ ਯੂਕੇ ਕੈਨੇਡਾ ਜਿੱਥੇ ਇਥੇ ਆਪਣੇ ਪੰਜਾਬੀ ਕਿੰਨੇ ਗਏ ਯਾਰ ਕੱਡੇ ਕੱਡੇ ਤਕੜੇ ਬਿਜ਼ਨਸਮੈਨ ਹਨਾ ਆਪਾਂ ਤੇ ਉਹਦੇ ਹਿਸਾਬ ਨਾਲ ਕੁਝ ਵੀ ਹੈ ਨਹੀਂਗੇ ਤੇ ਆਪਾਂ ਤੇ ਆਲਰੇਡੀ ਥੱਕੇ ਪਏ ਆ ਜਿੰਨਾ ਕੰਮ ਕਰਕੇ ਹੀ ਹਨਾ ਮੈਨੂੰ ਤੇ ਇਹੀ ਹੁੰਦਾ ਯਾਰ ਬੱਸ ਹਨਾ ਵੀ ਬਹੁਤ ਆ ਯਾਰ ਹੋਰ ਨਹੀਂ ਕਰਨਾ ਹਨਾ ਤੇ ਬਿਜ਼ਨਸ ਦੇ ਵਿੱਚ ਹਾਂ ਵੀ ਕੁਝ ਕੁ ਚੀਜ਼ਾਂ ਸਿੱਖੀਆਂ ਵਾ ਉਹ ਉਹ ਮੈਨੂੰ ਲੱਗਦਾ ਹੁੰਦਾ ਵੀ ਮੂਲ ਮੰਤਰ ਹਨਾ ਬਿਨੈਸ ਦੇ ਵਿੱਚ ਅੱਗੇ ਵਧਣ ਦਾ ਉਹ ਮੂਲ ਮੰਤਰ ਇਹ ਹੋਈ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਤੇ ਜੋ ਵੀ ਜੇ ਤੁਹਾਡੇ ਕੋਈ ਕੁਝ ਸ਼ੇਅਰ ਕਰਨ ਨੂੰ ਚੰਗਾ ਵਾ ਤੇ ਉਹ ਲੋਕਾਂ ਨਾਲ ਸ਼ੇਅਰ ਕਰੀ ਚੱਲੋ ਵੀ ਡਰ ਨਾ ਪਾਲੋ ਕਿ ਮੈਂ ਸ਼ਾਇਦ ਇਹ ਦੱਸਤਾ ਤੇ ਸ਼ਾਇਦ ਮੈਂ ਖਤਮ ਹੋ ਜਾਊਂਗਾ ਨਹੀਂ ਇਹ ਇਹ ਚੀਜ਼ ਜੋ ਤੁਸੀਂ ਸੋਚਦੇ ਹੋ ਨਾ ਕਿ ਮੇਰਾ ਮੇਰਾ ਕੱਦ ਬਹੁਤ ਛੋਟਾ ਆ ਮੈਂ ਪਿੰਡੂ ਕਿਨੇ ਟਿਉਂ ਦੇਖਦਾ ਹੁੰਦਾ ਕਿ ਉਹ ਬਹੁਤ ਆਈਡੀਆਸ प्रपोज कर देना कि आह भी कर लो पंजा इदा करना चाहिए तो मैं मैं hmm. मैं ये जरूर फील करना कि शायद अपना पंजाबी एज ए कम्यूनिटी अपना एक्सपोजर इन्ना ज़्यादा नहीं है बिजनेस वाल मैं अपने आप ना कि आई एम समार्ट टू नो कि मैं कितने हाँ बट आई एम नॉट समार्ट इनफ टू गैट आउट ऑफ दिस नाइन टू फाइव जॉब क्योंकि मेरा हम टीचा यही है, hmm. है कि हाउ टू गैट ऑफ दिस लाइक अठ घंटे मैं किसी काम कर दा है? ਉਹ ਚੀਜ਼ ਚੋਂ ਮੈਂ ਕਿੱਦਾਂ ਨਿਕਲਾਂ ਤੇ ਅਗਰ ਮੈਂ ਇੱਥੇ ਆ ਗਏ ਇੰਨਾ ਐਕਸਪੋਜ਼ਰ ਹੋਣ ਦੇ ਕਾਰਨ ਮੈਂ ਫਿਗਰ ਆਊਟ ਨਹੀਂ ਕਰ ਪਾ ਰਿਹਾ ਤੇ ਆਈ ਥਿੰਕ ਅਗਰ ਤੁਸੀਂ ਕੋਸ਼ਣਾ ਕੋਸ਼ ਮੜਾ ਮੜਾ ਦੱਸਿਆ ਕਰੋਗੇ ਤੁਹਾਡਾ ਭਾਵੇਂ ਛੋਟਾ ਬਿਜ਼ਨਸ ਬਿਜ਼ਨਸ ਭਾਜੀ ਡਿਪੈਂਡ ਕਰਦਾ ਕਿ ਉਹ ਦੱਸ ਸਕੇਲ ਡਿਪੈਂਡ ਨਹੀਂ ਕਰਦਾ ਕਿੰਨਾ ਤਗੜਾ ਹੈ ਕਿੰਨਾ ਛੋਟਾ ਹੁਣ ਮੈਂ ਆਪਣੀ ਕੰਪਨੀ ਨੂੰ ਕਹੀ ਜਾਵਾਂ ਕਿ ਆ ਮੇਰੀ ਕੰਪਨੀ ਬੜੀ ਛੋਟੀ ਹੈ ਕਿਉਂਕਿ ਐਪਲ ਬਹੁਤ ਤਗੜੀ ਕੰਪਨੀ ਹੈ ਤੇ ਮੇਰੀ ਕੰਪਨੀ ਬਹੁਤ ਛੋਟੀ ਹੈ ਤੇ ਉਹ ਫੇ ਕੰਪੈਰੀਜ਼ਨ ਨਹੀਂ ਨਾ ਕਰਨਾ ਚਾਹੀਦਾ ਤੇ ਕਰ ਤੁਹਾਡੇ ਦਿਮਾਗ 'ਚ ਇਹ ਹੈ ਕਿ ਆਹ ਨਹੀਂ ਉਹ ਬਿਜ਼ਨਸ ਤੇ ਬਿਜ਼ਨਸ ਹੀ ਆ। ਹੂੰ ਤੇ ਮੈਂ ਫੀਲ ਕਰਦਾ ਹਾਂ ਕਿ ਯਾਰ ਮੈਂ ਕਦੀ ਕਦੀ ਤੁਹਾਡੇ ਨਾਲ ਗੱਲ ਕਰਾਂ ਜਾਂ ਦੇਖਾਂ ਭਾਜੀ ਕਿਦਾਂ ਸ਼ੁਰੂ ਕੀਤਾ ਸੀ ਸਾਰਾ ਤੁਸੀਂ ਕਿ ਥੋੜਾ ਸਾਨੂੰ ਵੀ ਆਈਡੀਆ ਦੋ ਹੁਣ ਤੁਹਾਡੇ ਕੋਲ ਚੈਨਲ ਇੰਨਾ ਤਗੜਾ ਲੋਕੀ ਤੁਹਾਨੂੰ ਸੁਣਦੇ ਵੀ ਹੋਣਗੇ। ਹਾਂ ਤੇ ਕਿਤੇ ਨਾ ਕਿਤੇ ਉਹ ਕਦੀ ਨਾ ਚੀਜ਼ ਹੁੰਦਾ ਨਾ ਕਿ ਚੀਜ਼ ਕਲਿੱਕ ਕਰ ਜਾਂਦੀ ਹੈ। ਕਿ ਤੁਸੀਂ ਕਹਿੰਦੇ ਹੋ ਕਿ ਮੇਬੀ ਕਿਸੇ ਨਾ ਕਿਸੇ ਨੂੰ ਕਿਸੇ ਨੂੰ ਲੋੜ ਚਾਹੀਦੀ ਹੋਊਗੀ ਲੋੜ ਕਿ ਕਿਸ ਕੋਈ ਪੁਆਇੰਟ 'ਤੇ ਤੁਹਾਡਾ ਕਲਿੱਕ ਕਰ ਜਵੇ। ਡੋਨਟ ਯੂ ਥਿੰਕ ਸੋ ਹਾਂ ਹਾਂ ਹੁੰਦਾ ਹੀ ਆ ਇਹ ਤੇ ਚੀਜ਼ਾਂ ਯਾਰ ਮੇਨ ਬਿਜ਼ਨਸ ਜਿਹੜਾ ਵੀ ਬਿਜ਼ਨਸ ਤੇ ਉਹ ਹੀ ਕਰ ਸਕਦਾ ਯਾਰ ਜਿਹੜਾ ਰਿਸਕ ਲੈ ਸਕਦਾ ਹਨਾ ਪਹਿਲੀ ਚੀਜ਼ ਇਹ ਆ ਜਿਹੜਾ ਜੋਬ ਟੂ ਜਦੋਂ ਆਪਾਂ ਬਿਜ਼ਨਸ ਦੇ ਵਿੱਚ ਓਡੀ ਸ਼ਿਫਟ ਕਰਨਾ ਹੁੰਦਾ ਨਾ ਉਹ ਕਦੀ ਵੀ ਸਿਕਿਉਰ ਨਹੀਂ ਉਹ ਹੁੰਦੀ ਉਹ ਉਹ ਓਡੀ ਸ਼ਲਾਂਗ ਉਹ ਆਪਾਂ ਕਹੀਏ ਨਾ ਵੀ ਉਹ ਆਓ ਆਪਾਂ ਉਦੋਂ ਹੀ ਚੇਂਜ ਕਰਨਾ ਜਦੋਂ ਮੈਨੂੰ 100% ਹੋ ਗਿਆ ਉਹ ਉਹ ਕਦੀ ਨਹੀਂ ਹੋਣੀ ਤੁਹਾਨੂੰ ਆਲਵੇਜ਼ ਉਹ ਰਿਸਕ ਰੱਖ ਕੇ ਹੀ ਅੱਗੇ ਤੁਰਨਾ ਪੈਣਾ ਵੀ ਜਿਹੜਾ ਮੈਂ ਕੰਮ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਾਇਦ ਇਹ ਫੇਲ ਵੀ ਹੋ ਜਾਏ ਜਿਹੜਾ ਬਸ ਬਿਜ਼ਨਸਮੈਨ ਆਈ ਥਿੰਕ ਜਿਹੜਾ ਸਮਾਰਟ ਤਾਂ ਸਮਾਰਟਨੈਸ ਤਾਂ ਬਾਅਦ ਚ ਆਉਂਦੀ ਹੈ ਪਹਿਲਾਂ ਇਸ ਚ ਬਰੇਵਰੀ ਆਉਂਦੀ ਹੈ ਵੀ ਤੁਸੀਂ ਉਹਨੇ ਇੱਕ ਬਾਦਰ ਹੋਮ ਉਹਦਾ ਰਿਸਕ ਲੈਣ ਵਾਸਤੇ ਹਣਾ ਰਿਸਕ ਲੈਣਾ ਪੈਂਦਾ ਵੀ ਤੁਹਾਨੂੰ ਲੱਗੇ ਜਿੱਦਾਂ ਫੋਰ ਐਗਜ਼ਾਮਪਲ ਮੈਂ ਪਹਿਲਾਂ ਵੀ ਸੀ ਰੈਸਟੋਰੈਂਟ ਜਦੋਂ ਇਹ ਵੀ ਜਿਵੇਂ ਛੱਡ ਗਿਆ ਉਹ ਬੰਦ ਹੋ ਗਿਆ ਮੇਰਾ ਰੈਸਟੋਰੈਂਟ ਬਾਅਦ ਦੇ ਵਿੱਚ ਫੇਰ ਮੈਂ ਜੌਬ ਤੇ ਲੱਗ ਗਿਆ ਤੇ ਜੌਬ ਮੈਂ ਫਿਰ ਉਦੋਂ ਹੀ ਛੱਡੀ ਜਦੋਂ ਮੈਨੂੰ ਇੱਕ ਮੁੰਡਾ ਕਨਵਿੰਸ ਕਰ ਲਾ ਪਿਆ ਕਿ ਭਾਜੀ ਆਪਾਂ ਯਾਰ ਰੈਸਟੋਰੈਂਟ ਖੋਲਹੀਏ ਪਹਿਲਾਂ ਮੈਂ ਨਾਂ ਨੁੱਕਰ ਕਰੀ ਜਾਵਾਂ ਹਣਾ ਮੇਰਾ ਜੀਤ ਬੜਾ ਕਰੇ ਪਰ ਮੈਨੂੰ ਫਿਰ ਲੋਕਾਂ ਨੇ ਮੈਂ ਕਿਹਾ ਮੈਨੂੰ ਕਹਿਣਾ ਯਾਰ ਤੂੰ ਕਦੀ ਕੋਸ਼ਿਸ਼ ਭੱਜ ਜਾਣਾ ਕਦੀ ਕੋਸ਼ਿਸ਼ ਕਰ ਲੈਣਾ ਤੇ ਮੈਂ ਉਹਦੇ ਕਰਕੇ ਨਾਂ ਨੁੱਕਰ ਜੀ ਕਰਦਾ ਫਿਰ ਮੈਂ ਦਿਮਾਗ 'ਚ ਇਹ ਗੱਲ ਖੜ ਗਈ ਸੀ ਮੈਂ ਕਿਹਾ ਯਾਰ ਵੀ ਜਿੱਥੇ ਮੈਂ ਕੰਮ ਕਰਨ ਡਿਆ ਹੁਣ ਇੱਥੇ ਇਹਨਾਂ ਨੇ ਮੈਨੂੰ ਇਸ ਤੋਂ ਪਰੇ ਨਹੀਂ ਮੈਨੂੰ ਤਨਖਾਹ ਦੇਣੀ ਵੀ ਬਸ ਇੱਥੇ ਮੈਂ ਖੜ ਗਿਆ ਵਾਂ ਦੈਟਸ ਇਟ ਇਸ ਤੋਂ ਅੱਗੇ ਮੈਂ ਜੇ ਇਤਨਾਏ ਕੰਪਨੀ ਦੇ ਵਿੱਚ ਮੈਂ ਫੋਰਐਵਰ ਜੌਬ ਕਰਨੀ ਆ। ਹੂੰ। ਵੀ ਨਾ ਉਹਨਾਂ ਨੇ ਮੈਨੂੰ ਸਾਰੀ ਉਮਰ ਇੱਥੇ ਰੱਖਣਾ ਹੀ ਆ। ਵੀ ਇਹਨਾਂ ਨੇ ਜਦੋਂ ਮੈਨੂੰ ਕੱਢਿਆ ਤਾਂ ਮੈਨੂੰ ਫੇਰ ਕਿਸੇ ਹੋਰ ਜਗ੍ਹਾ ਜਾ ਕੇ ਹੋਰ ਰੈਸਟੋਰੈਂਟ ਤੇ ਮੈਨੂੰ ਉੱਥੋਂ ਫੇਰ ਮਿਨਿਮਮ ਸੈਲਰੀ ਤੋਂ ਸਟਾਰਟ ਕਰਨਾ ਪੈਣਾ। ਤੇ ਫਿਰ ਮੈਂ ਕਹਾ ਯਾਰ ਓਕੇ ਲੈਨੇ ਆ ਰਿਸਕ ਦੇਖੀ ਜਾਊਗੀ ਹਨਾ। ਤੇ ਉਹ ਰਿਸਕ ਕੀ ਆ ਯਾਰ ਚੀਜ਼ਾਂ ਇੱਕ ਸੰਗ ਸ਼ਰਮ ਥੋੜੀ ਜੀ ਬਾਹਰਲੇ ਮੁਲਕਾਂ ਦੇ ਵਿੱਚ ਹਨਾ ਵੀ ਬੰਦਾ ਮਟਾਲੇ ਆਪਣੀ ਹਨਾ ਕੰਮਕਾਰ ਕਰਨ ਦੀ। ਇੱਕ ਸੰਗ ਸ਼ਰਮ ਜੀ ਆਪਣੇ ਲੋਕਾਂ ਨੂੰ ਮੈਂ ਹੁਣ ਅਸੀਂ ਮੈਂ ਇਹਦੀ ਨਾ ਜਿੱਦਾਂ ਅਸੀਂ ਕਹੀਦਾ ਮੈਂ ਤੇ ਜਿਵੇਂ ਕੱਪੜੇ ਵੇਚਣ ਦਾ ਸਟਰੀਟ ਜੌਬ ਜੀ ਹੁੰਦੀ ਆ ਕੱਪੜੇ ਜੇ ਵੇਚਣ ਦੀ ਜਿਹੜੀਆਂ ਸਟਰੀਟ ਮਾਰਕੀਟਾਂ ਲੱਗਦੀਆਂ ਹੁੰਦੀਆਂ ਉਹਦੇ ਚ ਮੈਂ ਪਹਿਲਾਂ ਕਿਸੇ ਨਾਲ ਕੱਪੜੇ ਵੇਚਦਾ ਰਿਆ ਮੈਂ ਵਿੱਚੋਂ ਜੇ ਫ੍ਰੀ ਹੋ ਗਿਆ ਫਿਰ ਮੈਂ ਆਪ ਹੀ ਉਹ ਐਂਗਲ ਜੇ ਲਿਆ ਕੇ ਉੱਤੇ ਵੀ ਮੈਂ ਆਪ ਹੀ ਆਪਣੇ ਕੱਪੜੇ ਬਜਾਰੋਂ ਲਿਆ ਕੇ ਉਹ ਵੀ ਵੇਚਦੇ ਰਹਿ ਵੀ ਇਦਾਂ ਦੇ ਕੰਮ ਜੇ ਕਰਦੇ ਰਹਿ ਉਹ ਕਿਤੇ ਨਾ ਕਿਤੇ ਮੇਬੀ ਸ਼ਾਇਦ ਹੋਵੇ ਵਿੱਚ ਹਨਾ ਉਹ ਚੀਜ਼ ਹੁਣ ਮੈਂ ਬਿਜ਼ਨਸ ਖੋਲਣ ਲੱਗਿਆ ਨਹੀਂ ਮੈਂ ਬਹੁਤਾ ਟਾਈਮ ਨਹੀਂ ਲਾਉਂਦਾ ਹੁੰਦਾ ਮੈਂ ਕੋਈ ਬਹੁਤ ਹੀ ਜੇ ਸਲਾਮਾਂ ਜੀ ਨਹੀਂ ਜਦੋਂ ਮੈਂ ਕਦੇ ਸਲਾਮਾਂ ਚ ਪਾਵਾਂ ਫੇਰ ਉਹ ਕੰਮ ਹੁੰਦਾ ਨਹੀਂਗਾ ਮੈਨੂੰ ਹੁੰਦਾ ਵੀ ਜੇ ਕੋਈ ਮੈਨੂੰ ਆਈਡੀਆ ਆ ਗਿਆ ਤੇ ਮੈਨੂੰ ਹੁੰਦਾ ਵੀ ਓਕੇ ਬਸ ਕਰ ਲਿਆ ਬਸ ਹੁਣ ਕਰ ਲੈਣਾ ਦੈਟਸ ਇਟ ਹਨਾ ਬਸ ਵੀ ਜੋ ਵਧੀਆ ਲੱਗ ਗਿਆ ਹਨਾ ਤੇ ਉਹ ਕਰ ਲੈਣਾ ਹੁਣ ਵੀ ਮੈਂ ਇੱਥੇ ਭਰਾਵਾ ਇੰਡੀਆ ਆਇਆ ਇੱਕ ਬਿਜ਼ਨਸ ਹੀ ਸਟਾਰਟ ਜਾਂ ਲੱਗਾ ਕਰਨ ਉਹ ਮੈਨੂੰ ਵੀ ਬੜਾ ਸੋਚ ਸਮਝ ਕੇ ਵੀ ਮੈਨੂੰ ਲੱਗਾ ਹੁਣ ਮੈਂ ਕਰਨ ਉਸ ਮੈਂ ਅਗਲੇ ਹਫਤੇ ਤੋਂ ਸ਼ੁਰੂ ਕਰਨਾ ਉਹ ਹੈ ਤੇ ਇਮੀਗ੍ਰੇਸ਼ਨ ਦੇ ਰਿਲੇਟਡ ਹੀ ਆ ਤੇ ਉਹ ਵੀ ਇਥੋਂ ਲੋਕਾਂ ਦੇ ਵਿੱਚੋਂ ਹੀ ਉਪਜਿਆ ਮੈਨੂੰ ਕਾਲਾਂ ਆਉਂਦੀਆਂ ਹੁੰਦੀਆਂ ਸੀ ਇਹੋ ਜਿਹੀਆਂ ਕਿਉਂਕਿ ਮੈਂ ਬਾਹਰ ਇੱਧਰ ਉੱਧਰ ਘੁੰਮਦਾ ਰਹਿਣਾ ਸੀ ਤੇ ਬਾਹਰਲੇ ਮੁਲਕਾਂ ਬਾਰੇ ਐਪੀਸੋਡ ਜੇ ਕਰਨ ਲੱਪੇਆ ਮਾੜੇ ਮੋਟ ਹਨਾ ਦੱਸਣ ਲੱਪੇਆ ਵੀ ਇੱਥੇ ਕੀ ਹਿਸਾਬ ਆ ਉੱਥੇ ਕੀ ਹਿਸਾਬ ਆ ਤੇ ਉਹ ਲੋਕੀ ਇਨਕੁਆਇਰੀ ਕਰਦੇ ਸੀ ਜਦੋਂ ਲੋਕੀ ਇਨਕੁਆਇਰੀ ਕਰਦੇ ਸੀ ਤੇ ਉਹ ਕਹਿੰਦੇ ਸੀ ਸਾਡੇ ਏਜੰਟ ਨੇ ਸਾਨੂੰ ਆਹ ਕਿਹਾ ਹਮ ਸਾਡੇ ਏਜੰਟ ਨੇ ਆਹ ਕਿਹਾ ਤੋ ਮੈਂ ਕਹਿੰਨਾ ਨਹੀਂ ਯਾਰ ਵੀ ਇੰਨਾ ਜ਼ਿਆਦਾ ਝੂਠ ਛੱਡੀ ਤੁਰੇ ਜਾਂਦੇ ਆ ਹਨਾ ਵੀ ਉੱਥੇ ਬੈਠੇ ਏਜੰਟ ਨੇ ਫਿਰ ਜਦੋਂ ਇੰਨੇ ਪਾਲਾਂ ਟੈਂਡ ਕਰਨ ਹਾਂਜੀ ਸੌਰੀ ਨਾ ਨਾਸ ਦਾਸ ਦਾਸ ਤੋਂ ਹੁਣ ਮੈਨੂੰ ਵੀ ਨਾ ਬੜੇ ਮੈਸੇਜ ਇਦਾਂ ਦੇ ਹੁੰਦੇ ਆ ਹੁਣ ਲੱਗਦਾ ਕਿ ਸ਼ਾਇਦ ਮੈਂ ਨਿਊਜ਼ੀਲੈਂਡ ਆ ਨਾ ਤੇ ਮੈਨੂੰ ਸ਼ਾਇਦ ਨਿਊਜ਼ੀਲੈਂਡ ਦੀ ਹਰੇਕ ਚੀਜ਼ ਦਾ ਪਤਾ ਹੋਏਗਾ ਪਰ ਮੈਂ ਬਹੁਤ ਡਰਦਾ ਕਿਸੇ ਨੂੰ ਸਲਾਹ ਦੇਣ ਲੱਗਾ ਮੇਰਾ ਆਨਸਰ ਇਹ ਹੁੰਦਾ ਕਿ ਮੈਂ ਕੁਆਲੀਫਾਈਡ ਨਹੀਂ ਹੈਗਾ ਹਾਂ ਹਾਂ ਨਹੀਂ ਨਹੀਂ ਇਹ ਤੇ ਚੀਜ਼ ਹੈਗੀ ਆ ਹੁਣ ਇਹ ਤੇ ਚੀਜ਼ ਇਦਾਂ ਹੀ ਆ ਬੀ ਟੋਟਲੀ ਪਤਾ ਤੇ ਨਹੀਂ ਹੁੰਦਾ ਪਰ ਚੱਲ ਬੰਦਾ ਪਤਾ ਕਰ ਲੈਂਦਾ ਬੰਦੇ ਦੀ ਹੋਵੇ ਹੁਣ ਮੈਨੂੰ ਵੀ ਹੁਣ ਕਈ ਕਈ ਵੱਖ ਉਹ ਜੀਆਂ ਕੰਟਰੀਆਂ ਦੇ ਫਾਰ ਇਗਜ਼ਾਮਪਲ ਉਹਨਾਂ ਮੈਨੂੰ ਕੈਨੇਡਾ ਦਾ ਕੋਈ ਪੁੱਛਣ ਲਾਪੇ ਵੀ ਸਾਰੇ ਹੁਣ ਮੈਨੂੰ ਤਾਂ ਮੋٹے ਮੋٹے ਉਹਨਾਂ ਦੇ 4-5 ਲੌਸ ਬਾਰੇ ਹੀ ਪਤਾ ਵੀ ਉੱਥੇ ਕਿੱਦਾਂ ਜਾਇਆ ਜਾ ਸਕਦਾ ਕਿੱਦਾਂ ਪੱਕੇ ਹੋਇਆ ਜਾ ਸਕਦਾ ਹਨਾ ਹਾਂ ਹੁਣ ਮੇਰੇ ਕੋਈ ਕੈਨੇਡਾ ਦਾ ਪਤਾ ਕਰਨਾ ਆਊਗਾ ਤੇ ਪਰ ਮੈਂ ਉਹਨੂੰ ਐਵੇਂ ਹੀ ਛੱਡਣ ਨੂੰ ਵੀ ਹਾਂ ਕੋਈ ਅੱਜ ਆਵੇ ਮੇਰੇ ਕੋ ਹਣਾ 50 ਸਾਲ ਦਾ ਆਜੇ ਹਨਾ ਭਾਜੀ ਆਪਾਂ ਪੀਆਰ ਲੈਣੀ ਮੈਂ ਹਣਾ ਦਵਾ ਦਾਂਗੇ ਕੋਈ ਚੱਕਰ ਹੀ ਨਹੀਂ ਹਨਾ ਏਜੰਟ ਜੋ ਕਰ ਦ ਮੈਂ ਉਹ ਨਹੀਂ ਕਰੂੰਗਾ ਮੈਂ ਭਰਾਵਾ ਫੋਨ ਕਰਕੇ ਚੰਗੀ ਤਰ੍ਹਾਂ ਉੱਥੋਂ ਦੇ ਇਮੀਗ੍ਰੇਸ਼ਨ ਲਾਇਰ ਨਾਲ ਗੱਲ ਕਰ ਲੂੰਗਾ ਉਹ ਤਾਂ ਪਤਾ ਕਰ ਲੂੰਗਾ ਵੀ ਭਰਾਵਾ ਆ ਯੂ ਆ ਬੰਦੇ ਦੀ ਆ ਉਹਦੀ ਕੁਆਲੀਫਿਕੇਸ਼ਨ ਹੀ ਆ ਚੀਜ਼ਾਂ ਹੀ ਹੋ ਸਕਦਾ ਕਿ ਨਹੀਂ ਸੋ ਇਹੋ ਹੀ ਮੈਨੂੰ ਲੱਗਾ ਮੈਨੂੰ ਇਹ ਵੀ ਬਿਜ਼ਨਸ ਲੱਗਾ ਫਿਰ ਮੈਂ ਕਿਹਾ ਯਾਰ ਜੇ ਮੈਨੂੰ ਇੰਨੀਆਂ ਕਾਲਾਂ ਆ ਰਹੀਆਂ ਵਾ ਮੈਨੂੰ ਟਾਈਮ ਵੀ ਦੇਣਾ ਪਿਆ ਰਿਹਾ ਵਾਈ ਨਾਟ ਲੈਟਸ ਡੂ ਇਟ ਹਨਾ ਤੇ ਮੈਂ ਇਥੇ ਇਮੀਗ੍ਰੇਸ਼ਨ ਇੱਕ ਮੁੰਡੇ ਨਾਲ ਰਲ ਕੇ ਲੋਕਲ ਦੇ ਨਾਲ ਕੰਸਲਟੈਂਸ ਕੰਸਲਟੈਂਸੀ ਜੀ ਖੋਲ ਰਿਆ ਵਾਂ ਤੇ ਉਹਦੇ ਵਿੱਚ ਲੀਗਲੀ ਤਰੀਕੇ ਨਾਲ ਕੁਝ ਕੁ ਹੈਗੇ ਮੈਂ ਕੁਝ ਕੁ ਵੇ ਜਾਣਦਾ ਵਾਂ ਕੁਝ ਕੁ ਮੇਰੇ ਨੋਨ ਹੈਗੇ ਆ ਮੈਂ ਕਿਹਾ ਆਪਾਂ ਕਰਾਂਗੇ ਥੋੜਾ ਹੀ ਕਰਨਾ ਵਾ ਬਹੁਤਾ ਨਹੀਂ ਕਰਨਾ ਕਰਨਾ ਥੋੜਾ ਵਾ ਤੇ ਪਰ ਕਰਨਾ ਉਹ ਜੈਨੂਨ ਹੀ ਆ ਹਾਂ ਵੀ ਇਥੇ ਆਫਿਸ ਹੀ ਬਣਾਓਗੇ ਜਾਂ ਸਿਰਫ ਆਨਲਾਈਨ ਹੀ ਤੁਸੀਂ ਸੋਚਦੇ ਹੋ ਇਹ ਬਿਜ਼ਨਸ ਦਾ ਨਹੀਂ ਨਹੀਂ ਆਪਾਂ ਮਹਾਰਾਜ 15 ਲੱਖ ਰੁਪਈਆ ਲਾਤਾ ਦਫ਼ਤਰ ਦੇ ਉੱਤੇ ਹਾਏ ਨੇ ਪਹਿਲੇ ਤੇ ਬਹੁਤ ਬਹੁ ਵਧਾਈਆਂ ਬਹੁਤ ਸ਼ੁਕਰੀਆ ਵੀਰ ਮਰਾ ਤੇਰੇ ਪਹਿਲੇ ਤੇ ਤੇ ਪ੍ਰੋਮੋਸ਼ਨ ਹੋ ਗਈ ਆਪਣੇ ਬਿਜ਼ਨਸ ਦੀ ਆ ਨਹੀਂ ਨਹੀਂ ਵਧੀਆ ਵਧੀਆ ਕਰਨੀ ਵੀ ਚਾਹੀਦੀ ਹੈ ਯਾ ਆਪਣੇ ਬੰਦੇ ਦਾ ਫਾਇਦਾ ਕੀ ਹੋਇਆ ਫਿਰ ਅ ਹ ਸੋ ਮੇਨ ਆਈਡੀਆ ਜਿਹੜਾ ਤੂੰ ਬਿਜ਼ਨਸ ਦਾ ਗੱਲ ਕਰਨ ਰਿਹਾ ਹੈ ਨਾ ਬਿਜ਼ਨਸ ਤਾਂ ਇਦਾਂ ਹੀ ਆ ਯਾਰ ਬੰਦੇ ਨੂੰ ਕੀ ਕਹਿੰਦੇ ਹੁੰਦੇ ਹਨਾ ਵੀ ਉਹ ਵੀ ਵਿੱਚ ਜਦੋਂ ਬੰਦਾ ਮੇਰੇ ਖਾਲਾ ਮੌਕੇ ਲੱਭਣ ਲੱਪੈਂਦਾ ਨਾ ਮੈਂ ਕਿਹੜੀ ਚੀਜ਼ ਤੋਂ ਕਮਾ ਸਕਦਾ ਉਹਨੂੰ ਉਹਦੇ ਵਿੱਚੋਂ ਦੇਖਣੇ ਲੱਪੈਂਦੇ ਯਾਰ ਮੈਂ ਓਕੇ ਯਾਰ ਇਤੋਂ ਵੀ ਪੈਸਾ ਕਮਾ ਸਕਦਾ ਇਤੋਂ ਵੀ ਕਮਾ ਸਕਦਾ ਇਤੋਂ ਵੀ ਕਮਾ ਸਕਦਾ ਹਨਾ ਉਹ ਇਦਾਂ ਬਹੁਤ ਕੁਝ ਹੋ ਜਾਂਦਾ ਹੁਣ ਹੁਣ ਫੋਰ ਐਗਜ਼ਾਮਪਲ ਅਹੀਂ ਹੁਣ ਰੈਸਟੋਰੈਂਟ ਖੋਲ ਖੋਲਦੇ ਆ ਹਨਾ ਹੁਣ ਮੇਰੇ ਕੋ ਸੱਚ ਪੁੱਛੇ ਮੈਂ ਇਦਾਂ ਨਹੀਂ ਮੇਰੇ ਕੋ ਬਹੁ ਲੋਕੇਸ਼ਨਾਂ ਆ ਮਾ ਸਪੇਨ ਦੇ ਵਿੱਚ ਹੀ ਵੀ ਜਿੱਥੇ ਮੈਨੂੰ ਪਤਾ ਵਾ ਵੀ ਇੱਥੇ ਮੈਂ ਰੈਸਟੋਰੈਂਟ ਮੈਨੂੰ ਉਹ ਲੋਕੇਸ਼ਨ ਵੀ ਮੇਰੇ ਕੋ ਹੈਗੀ ਆ ਮੇਰੇ ਕੋ ਸੈਟਅਪ ਵੀ ਹੈਗਾ ਵਾ ਹਨਾ ਸਾਰਾ ਕੁਝ ਹੈਗਾ ਹੁਣ ਮੈਂ ਸੋਚਦਾ ਰਹੀਨਾ ਮੈਂ ਥੋੜਾਕ ਮੇਰੇ ਦਿਮਾਗ 'ਚ ਇਹ ਚੱਲਦਾ ਰਹਿੰਦਾ ਕਿ ਮੈਂ ਫਰੈਂਚਾਈਜ਼ੀ ਸਿਸਟਮ ਸ਼ੁਰੂ ਕਰ ਦੇਣਾ ਵੀ ਮੈਂ ਥੋੜਾ ਜਿਹਾ ਵਿਹਲਾ ਹੋ ਜਾ ਵੀ ਆਪਾਂ ਭਾਈ ਲੋਕੀ ਕਿਉਂਕਿ ਮੈਨੂੰ ਬਹੁਤ ਇਦਾਂ ਦੇ ਫੋਨ ਆਉਂਦੇ ਵਕ ਵਕਈ ਕੰਟਰੀਆਂ ਦੇ ਵਿੱਚੋਂ ਜਿਹੜੇ ਕਹਿੰਦੇ ਭਾਜੀ ਸਾਡੇ ਕੋਲ ਲੱਖ ਡਾਲਰ ਹੈਗਾ ਵਾ ਲੱਖ ਡਾਲਰ ਕਿਤੇ ਇਨਵੈਸਟ ਕਰਵਾ ਦਿਓ ਹਣਾ ਲੱਖ ਡਾਲਰ ਤੁਸੀਂ ਕਿਤੇ ਰੈਸਟੋਰੈਂਟ ਦਾ ਹਿੱਸਾ ਪਵਾ ਦਿਓ ਲੋਕਾਂ ਨੂੰ ਪਤਾ ਨਹੀਂ ਵੀ ਮੇਰੇ ਤੇ ਯਕੀਨ ਆ ਜਾਂ ਕੀ ਚੱਕਰ ਹਣਾ ਵੀ ਯਕੀਨ ਕਰ ਲੈਂਦੇ ਕਿਸੇ ਨਾ ਕਿਸੇ ਤਰੀਕੇ ਤੋਂ ਮੈਨੂੰ ਇਹ ਜਿਹੇ ਕਾਲਾਂ ਆਉਂਦੀਆਂ ਵਾ ਤੇ ਪ੍ਰੈਸ਼ਰ ਨਹੀਂ ਫੀਲ ਕਰਦੇ ਮੈਂ ਸੋਚਦਾ ਵੀ ਹੁੰਦਾ ਯਾਰ ਹਾਂ ਮੈਂ ਭਰਾ ਭਾਈ ਇਸੇ ਗੱਲ ਨੂੰ ਇੱਕ ਦੋ ਇੱਕ ਦੋ ਮੈਂ ਆਪਣੇ ਨੂੰ ਆਲਵੇਜ਼ ਕਹਿਣਾ ਰਹਿਣਾ ਆਲਵੇਜ਼ ਆਪਣੇ ਨੂੰ ਸਮਝਾਉਂਦਾ ਰਹਿਣਾ ਸਭੀ ਦੁਨੀਆ ਇੱਧਰ ਦੀ ਇੱਧਰ ਹੋ ਜੇ ਕੱਲ ਨੂੰ ਮਾੜਾ ਟਾਈਮ ਹੀ ਆ ਗਿਆ ਕਦੀ ਸਾਲਾ ਪੈਸੇ ਪਿੱਛੇ ਨਹੀਂ ਝੂਠੇ ਪੈਣਾ ਹਨ ਵੀ ਇਹੜੀ ਹੋਰ ਜਿੱਦਾਂ ਮਰਜ਼ੀ ਇਹ ਵੀ ਕਦੀ ਕਿਸੇ ਅੱਗੇ ਝੂਠੇ ਨਹੀਂ ਪੈਣਾ ਹਨ ਸੋ ਉਹ ਪ੍ਰੈਸ਼ਰ ਜਾਂ ਹੁੰਦਾ ਵਾ ਤੇ ਹੁਣ ਮੈਂ ਇਹੀ ਸੋਚਦਾ ਰਹਿਣਾ ਵਾਂ ਕਿਉਂਕਿ ਜਦੋਂ ਇਹੀਆਂ ਕੱਲਾਂ ਆਉਂਦੀਆਂ ਫਿਰ ਮੈਂ ਸੋਚਦਾ ਓਕੇ ਵੀ ਪੈਸਾ ਲੋਕਾਂ ਕੋ ਹੈਗਾ ਵਾ ਇੱਕ ਬਿਜ਼ਨਸ ਦਾ ਸੈਟਅਪ ਮੇਰੇ ਕੋ ਹੈਗਾ ਵਾ ਆਪਾਂ ਕੰਬਾਈ ਮਰਜੀ ਕਰ ਦੋ। ਕੁਝ ਪਰਸੈਂਟ ਹਾਂ ਆਪਾਂ ਹਾਂ ਆਪਾਂ ਆਪਣਾ ਪਰਸੈਂਟੇਜ ਲੈ ਲਿਆ ਕਰਾਂਗੇ। ਹਾਂ ਤੇ ਪਹਿਲਾ ਜਦੋਂ ਪਹਿਲਾ ਰੈਸਟੋਰੈਂਟ ਹੀ ਸੀਗਾ ਤੁਹਾਡਾ 메ਨ ਜਿਹੜਾ ਬਿਜ਼ਨਸ ਸੀਗਾ। ਆ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਨਹੀਂ ਸਭ ਤੋਂ ਪਹਿਲਾਂ ਆਪਾਂ ਕੱਪੜੇ ਹੀ ਵੇਚੇ ਆ। ਹਾਂ ਠੀਕ ਤੇ ਹੁਣ 메ਨ ਜਿਹੜਾ ਆ ਪ੍ਰਾਇਮਰੀ ਬਿਜ਼ਨਸ ਰੈਸਟੋਰੈਂਟ ਹੋ ਗਿਆ। ਕਿੰਨਾ ਔਖਾ ਹੈ ਬਾਜੀ? ਉਹ ਰੈਸਟੋਰੈਂਟ ਹੀ ਹਾਂ। ਕਿੰਨਾ ਔਖਾ ਹੈ ਰੈਸਟੋਰੈਂਟ? ਉਹ ਯਾਰ ਕੁਛ ਨਹੀਂ ਔਖਾ ਨਹੀਂਗਾ ਇਹ ਕਦੀ ਹਾਂ ਇਹ 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 ਇਦਾਂ ਦਾ ਹੀ ਆ ਇਹ ਜਦੋਂ ਸੌਖਾ ਚੱਲੀ ਜਾਂਦਾ ਬੜਾ ਕੰਟੀਨਿਊਸ ਸਮੂਥ ਚੱਲੀ ਜਾਂਦਾ ਰਹਿੰਦਾ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਦੁਨੀਆ ਘੁੰਮੀ ਜਾਓ ਭਾਵੇਂ ਹੂੰ ਕੁਝ ਟਾਈਮ ਇਹੋ ਜਿਹਾ ਆਉਂਦੇ ਆ ਜਿੱਥੇ ਤੁਹਾਨੂੰ ਫਿਰ ਬਹੁਤ ਟੈਨਸ਼ਨ ਦੇਣ ਦੀ ਲੋੜ ਪੈਂਦੀ ਹੈ ਜਿਹੜੇ ਕੰਮ ਨੂੰ ਫਿਰ ਤੁਹਾਨੂੰ 2-2 4-4 ਮਹੀਨੇ ਤੁਸੀਂ ਕਹਿੰਦਾ ਮਤਲਬ ਤੁਹਾਡੇ 16-16 18-18 ਘੰਟੇ ਵੀ ਤੁਹਾਨੂੰ ਦੇਣੇ ਪੈਂਦੇ ਆ ਹੂੰ ਇਦਾਂ ਦਾ ਹੁੰਦਾ ਵਾ ਹਾਂ ਸੋ ਇਦਾਂ ਵੀ ਇੱਕ ਮੈਂ ਚੀਜ਼ ਬੜੀ ਨੋਟਿਸ ਕੀਤੀ ਕਿ ਤੁਸੀਂ ਬਹੁਤ ਐਕਟਿਵ ਰਹਿੰਦੇ ਹੋ ਆਪਣੀ ਟਰੈਵਲਿੰਗ ਦੇ ਵਿੱਚ ਹੂੰ ਕਿ ਅੱਜ ਮੈਂ ਕੈਨੇਡਾ ਮੈਂ ਫੇਰ ਕੈਨੇਡਾ ਜਾ ਰਿਹਾ ਅੱਜ ਮੈਂ ਇੱਥੇ ਜਾ ਰਿਹਾ ਵਾ ਤੇ ਉੱਥੇ ਜਾ ਰਿਹਾ ਇਹ ਬਿਜ਼ਨਸ ਹੁੰਦੀ ਹੈ ਵਿਜ਼ਿਟ ਜਾਂ ਸਿਰਫ ਉਦਾਂ ਹੀ ਘੁੰਮਣ ਫਿਰਨੇ ਯਾਰਾਂ ਦੋਸਤਾਂ ਕਰਕੇ ਨਹੀਂ ਮੋਸਟਲੀ ਮੋਸਟ ਮੋਸਟਲੀ ਤੇ ਯਾਰ ਕੋਮਣੀ ਹੁੰਦਾ ਵਾ ਜਿਵੇਂ ਹੁਣ ਚੱਲਾ ਇੰਡੀਆ ਆਇਆ ਹਣਾ ਇਹ ਦੋਵੇਂ ਚੀਜ਼ਾਂ ਹੋ ਜਾਣੀਆਂ ਕੰਮ ਵੀ ਹੋ ਜਾਣਾ ਤੇ ਘੁੰਮਣ ਵੀ ਹੋ ਜਾਣਾ ਕੈਨੇਡਾ ਵੀ ਰੀਜ਼ਨ ਥੋੜਾ ਜਿਹਾ ਬਿਜ਼ਨਸ ਹੀ ਹੈ ਨਾ ਕਿਉਂਕਿ ਉੱਥੇ ਮੈਨੂੰ ਵੀ ਇੱਕ ਦੋ ਜਣੇ ਇਦਾਂ ਹੀ ਸੀ ਇੱਕ ਦੋ ਜਣੇ ਹੈਗੇ ਸੀ ਜਿਹੜੇ ਮੈਨੂੰ ਰੈਸਟੋਰੈਂਟ ਦਾ ਜਾਣਦੇ ਸੀ ਵੀ ਸਾਡੇ ਨਾਲ ਰੜ ਕੇ ਇੱਥੇ ਰੈਸਟੋਰੈਂਟ ਦਾ ਕਰ ਲਾ ਇਹ ਇੱਕ ਇੱਕ ਰੀਜ਼ਨ ਹੋ ਵੀ ਸੀ ਸੋ ਮਿਕਸਿਆ ਰੀਜ਼ਨ ਹੁੰਦਾ ਵਾ ਹਾਂ ਪਰ ਮੇਨਲੀ ਜੇ ਨਹੀਂ ਕਿ ਜਾਂ ਇਹ ਕਹਿ ਲਾ ਵੀ ਘੁੰਮਣ ਦੇ ਘੁੰਮਣ ਦੇ ਬਹਾਨੇ ਕੋਈ ਬਿਜ਼ਨਸ ਦਾ ਬਹਾਨਾ ਲੱਭ ਲਈਦਾ ਹਣਾ ਵੀ ਆਪਣੇ ਆਪ ਨੂੰ ਐਵੇਂ ਹੀ ਸ਼ਾਂਤ ਜਾ ਕਰਨ ਵਿਚਾਰ ਕੋਈ ਨਾ ਆਪਾਂ ਕੰਮ ਵੀ ਕਰਨ ਚੱਲੇ ਆ ਤੇ ਪਰ ਮੈਂ ਪਿਓਰ ਹਾਂ ਪਰ ਮੈਨੂੰ ਐਵੇਂ ਆਖਾਂ ਕੁਝ ਕੁ ਟਰੈਵਲ ਮੈਂ ਜਸਟ ਅ ਫਾਰ YouTube ਵੀ ਕੀਤੇ ਆ ਵੀ ਕੁਝ ਕੁ ਵੀ ਓਕੇ ਯਾਰ ਵੀ ਜੇ ਮੈਨੂੰ ਲੱਗ ਕੀ ਇਦਾਂ ਦੇਖ ਰਿਹਾ ਹੈ ਹਣਾ ਵੀ ਓਕੇ ਯਾਰ ਇਹ ਵੱਖ-ਵੱਖ ਕੰਟਰੀਆਂ ਜਾਂਦਾ ਵਾ ਇਦਾਂ ਵਾ ਤੇ ਫਿਰ ਕਹਿਰੀ ਹੁੰਦਾ ਓਕੇ ਯਾਰ ਵੀ ਆਪਾਂ ਨੇ ਕੋਈ ਹੈਗਾ ਟਾਈਮ ਹਨਾ ਓਕੇ ਹੋ ਆਉਣੇ ਆ ਨਾਲੇ ਉੱਥੋਂ ਕੁਝ ਵੀਡੀਓ ਬਣਾ ਲਾਂਗੇ ਆਪਣੇ YouTube ਤੇ ਪਾ ਲਾਂਗੇ ਕਿਉਂਕਿ ਅ ਬੇਨਾਂ ਸਾਰੇ ਇਦਾਂ ਹੀ ਹੁੰਦੇ ਆ ਨਾ ਕਿ ਹੁਣ ਮੈਂ ਇਦਾਂ ਤਾਂ ਨਹੀਂ ਕਹਿ ਸਕਦਾ ਕਿ ਮੈਂ ਰੈਸਟੋਰੈਂਟ ਖੋਲ ਕੇ ਮੈਂ ਅੱਖਾਂ ਵੀ ਪਹਿਲਾਂ ਲੋਕੀ ਮੇਰੇ ਕੋ ਆਉਣਗੇ ਮੈਨੂੰ ਪੈਸੇ ਦੇਣਗੇ ਤੇ ਮੈਂ ਫਿਰ ਸੌਦਾ ਲਿਆਉਣਾ ਪਹਿਲਾਂ ਮੈਨੂੰ ਸੌਦਾ ਲਿਆਉਣਾ ਹੀ ਪੈਣਾ ਵਾ ਪਹਿਲਾਂ ਮੈਂ ਸੌਦਾ ਲੈ ਕੇ ਆਉਂਗਾ ਬਣਾਉਂਗਾ ਕੋਈ ਸਬਜ਼ੀ ਵੇਚੂੰਗਾ ਤੇ ਫਿਰ ਲੋਕਾਂ ਨੇ ਮੈਨੂੰ ਪੈਸਾ ਦੇਣਾ ਸੋ ਉਹ ਵੀ ਇਹ ਮੈਨੂੰ ਇਦਾਂ ਹੀ ਲੱਗਾ ਕਿ ਯਾਰ ਓਕੇ ਕੋਈ ਕੰਟੈਂਟ ਤਾਂ ਕ੍ਰੀਏਟ ਕਰੀਏ ਪੈਸੇ ਖਰਚ ਕੇ ਹਨਾ ਚਾਹੇ ਜਿੱਦਾਂ ਮਰਜੀ ਤੇ ਉਹ ਆਪਾਂ ਕੰਟੈਂਟ ਕ੍ਰੀਏਟ ਕਰੀਏ ਤੇ ਲੋਕੀ ਦੇਖਣਗੇ ਹਾਂ ਤੇ ਘਰ ਦੇ ਨਹੀਂ ਕਹਿੰਦੇ ਕਿ ਯਾਰ ਬਿਜ਼ਨਸ ਆਈਡੀਆਜ਼ ਨੇ ਬਿਜ਼ਨਸ ਨੂੰ ਕਰਦਾ ਵੀ ਐ ਫੇਰ ਆ YouTube ਕਿਹੜੇ ਚੱਕਰਾਂ 'ਚ ਪਿਆ ਆ ਹਾਂ ਕਹਿੰਦੇ ਆ ਮੇਰੇ ਨਾਲ ਦੇ ਆਂਦੇ ਆ ਹੁਣ ਆਹੋ ਮੇਰੇ ਕਹਿੰਦੇ ਆ ਕਈ ਤੇ ਇੰਨਾ ਚੱਕਰਾਂ 'ਚ ਵੀ ਉਹਦਾ ਦੇ ਟੌਪਿਕ ਲੱਭਣੇ ਬੜੇ ਕੰਟਰੋਵਰਸਲ ਬਣਾ ਉੱਦਾਂ ਨੌਰਾ ਮਾੜਾ ਮੋਟਾ ਹਾਂ ਮੈਨੂੰ ਮੈਨੂੰ ਆਹ ਹੀ ਨਾ ਚੱਲ ਆਪਾਂ ਨੂੰ ਇਦਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਚੰਗੀਆਂ ਲੱਗਦੀਆਂ ਤੇ ਮੈਨੂੰ ਮੈਂ ਇੰਜਜੋਏ ਕਰਦਾ ਇਹਨੂੰ ਅਸਲ ਦੇ ਵਿੱਚ ਇਹਦੇ ਵਿੱਚ ਮੈਂ ਇਹ ਸੱਚੀ ਗੱਲ ਆਉ ਮੈਨੂੰ ਸਾਰੇ ਜਾਂਦੇ ਆ ਵੀ ਮੈਂ ਸੱਚੀ ਆ ਨਾ ਵੀ ਜੇ ਮੈਂ YouTube ਨੂੰ ਟਾਈਮ ਨਾ ਦਿੱਤਾ ਹੁੰਦਾ ਨਾ ਮੈਂ ਅੱਗੇ ਵੀ ਮੇਬੀ ਇੱਕ ਥਾਂ ਗੱਲ ਕਰ ਚੁੱਕਾ ਜਿੰਨਾ ਵੀ ਮੈਂ ਮੰਨ ਲਓ ਅਜੇ ਤੱਕ ਜਿੰਨੇ ਵੀ ਆਵਰਸ YouTube ਦੇ ਉੱਤੇ ਖਰਚੇ ਆ ਨਾ ਜੇ ਮੈਂ ਨਾ ਖਰਚੇ ਹੁੰਦੇ ਜਿਹੋ ਜਿਹੇ ਸਾਡੀ ਟੀਮ ਸੀ ਤੇ ਜਿਹੋ ਜਿਹੇ ਸਾਡਾ ਕੰਮ ਵਧੀਆ ਤੁਰਿਆ ਸੀ ਤੇ ਮੈਂ ਜਿੰਨੇ ਵੀ ਸਾਡੇ ਰੈਸਟੋਰੈਂਟ ਆ ਉਸ ਤੋਂ ਮੈਂ ਡਬਲ ਕਰ ਸਕਦਾ ਸੀ ਹੂੰ ਉਸ ਤੋਂ ਡਬਲ ਹੋਣੇ ਸੀ ਹਾਂ ਤੇ ਇਹ ਸ਼ੌਂਕ ਹੋ ਗਿਆ ਬੇਬੀ ਮੈਂ YouTube ਸ਼ੌਂਕ ਕਰਕੇ ਹਾਂ ਬਸ ਐਵੇਂ ਇਹ ਚ ਸ਼ੌਂਕ ਆ ਐਵੇਂ ਸ਼ਾਇਦ ਗਲਾਂ ਗੁਲਾਂ ਖਾਣ ਦਾ ਮਜ਼ਾ ਤੇ ਉਹ ਮੈਨੂੰ ਰਾਹੀ ਹੁਣ ਇਸੇ ਕਰਕੇ ਕਰਦੇ ਹੁੰਦੇ ਕਹਿੰਦੇ ਯਾਰ ਤੂੰ ਕਿਹੜੇ ਕੰਮ ਹੀ ਪਿਆ ਤੂੰ ਆਹ ਕਰ ਕਹਿੰਦਾ ਐਵੇਂ ਕਹਿੰਦਾ ਕਿੰਨੇ ਹਣਾ ਵੀ ਆਪਾਂ ਤੋਂ ਵੀ ਬੀ ਉਹਦਾ ਮੈਨੂੰ ਆਂਦੇ ਵੀ ਤੂੰ ਹਨਾ ਵੀ ਕੰਮ ਨਹੀਂ ਕਰਨਾ ਤੂੰ ਜਾ ਨਵੀਆਂ ਥਾਵਾਂ ਤੇ ਤੂੰ ਹਨਾ ਕੋਈ ਜਗ੍ਹਾ ਦੇਖ ਲਾ ਹਨਾ ਵੀ ਆਪਣੇ ਹੋਰ ਰੈਸਟੋਰੈਂਟ ਖੋਲਣ ਦੀ ਤੇ ਉਹਨਾਂ ਨੂੰ ਪਤਾ ਵੀ ਇਹ ਕਈ ਕੋਸ਼ਿਸ਼ ਕਰ ਸਕਦਾ ਹਨਾ ਉਹਦੇ ਮੈਨੂੰ ਕਰਦੇ ਰਹਿੰਦੇ ਜਿਹੜੀਆਂ ਚੀਜ਼ਾਂ ਲਪੁਛ ਪਰ ਮੇਰਾ ਯਾਰ ਮੈਂ ਕਿਹਨਾਂ ਨਾ ਮੈਂ ਨਹੀਂ ਹੋਰ ਕਰਨਾ ਹਨਾ ਹੁਣ ਤਾਂ ਕੋਈ ਰੈਸਟੋਰੈਂਟ ਵੀ ਕੋਈ ਦੇਖੂਗਾ ਤਾਂ ਮੈਂ ਕਹਿ ਦਨਾਂ ਨਾ ਭਰਾਵਾ ਮੈਂ ਨਹੀਂ ਹਿੱਸਾ ਪਾਉਣਾ ਤੁਸੀਂ ਮੈਂ ਨਹੀਂ ਤੁਸੀਂ ਖੋਲਣਾ ਖੋਲੋ ਮੈਂ ਨਹੀਂ ਖੋਲਣਾ ਹਵਾ ਤੇ ਫੈਮਿਲੀ ਲਈ ਕਿੰਨਾ ਕਿ ਟਾਈਮ ਡਿਵੋਟ ਹੁੰਦਾ ਘਰ ਪਾਉਂਦੇ ਫੈਮਿਲੀ ਲਈ ਯਾਰ ਬੋਕ ਬਹੁ ਘਟ ਨਿਕਲਦਾ ਸੱਚ ਪੁੱਛੇ ਉਹਦਾ ਮੈਨੂੰ ਬੜਾ ਕਈ ਵਾਰੀ ਗਿਲਟ ਹੁੰਦਾ ਫਿਰ ਮੈਂ ਕਈ ਵਾਰੀ ਇਦਾਂ ਹੀ ਕਰਦਾ ਹੁੰਨਾ ਜਦੋਂ ਗਿਲਟ ਜਾ ਫੀਲ ਹੋਵੇ ਉਦੋਂ ਫਿਰ ਕਾਫੀ ਟਾਈਮ ਦੇ ਦਿੰਨਾ ਉਦੋਂ ਕਰਦੇ ਬੜੇ ਖੁਸ਼ ਹੋ ਜਾਂਦੇ ਆ ਹਨਾ ਵੀ ਲੈ ਲੈ ਤੇ ਬਾਅਦ ਚ ਫਿਰ ਗਾਇਬ ਜੇ ਹੋ ਜਾਈਦਾ ਫਿਰ ਨਹੀਂ ਕਿਤੇ ਕਿਤੇ ਲੱਭੀਦਾ ਹੋਏ ਫਿਰ ਜਦੋਂ ਕਿਤੇ ਕੰਮੜ ਚੱਲ ਜੀ ਗਿਆ ਹੁਣ ਮੈਂ ਭਰਾਵਾ ਤਾਈਆਂ ਵੀ ਤੇ ਇੱਥੇ ਕਰਦੇ ਆ ਨਾਰੀਨਾ ਆਉਂਦਿਆਂ ਨੂੰ ਮੈਂ ਕਰਦੇ ਆ ਨਾਰੀਨਾ ਯਾਰ ਮੈਂ ਬਾਹਰ ਅੰਦਰ ਜਿਆਦਾ ਰੀਨਾ ਵਾ ਵੀ ਹੁਣ ਸੱਚ ਪੁੱਛੇ ਮੈਂ ਜਦੋਂ ਸਪੇਨ ਵਾਪਸ ਚਲਾ ਗਿਆ ਮੈਨੂੰ 2-4 ਮੈਂ ਫਿਰ ਮੇਬੀ ਮੈਂ ਵੀ ਮੇ ਬੀ ਫੇਰ ਸ਼ਾਇਦ ਕੈਨੇਡਾ ਜਾਵਾਂ ਜਾਂ ਕਿਤੇ ਹੋਰ ਮੈਂ ਇੱਕ ਦੋ ਥਾਵਾਂ ਸੋਚੀਆਂ ਮੈਂ ਹਣਾ ਵੀ ਜਾਣਾ ਵਾ ਵੀ ਘੁੰਮਣ ਫਿਰਨੀ ਜਾਣਾ ਤੇ ਮੈਨੂੰ ਹੁੰਦਾ ਯਾਰ ਵੀ ਮੈਂ ਜਦੋਂ ਚੱਲ ਜਾਂਦਾ ਮੈਂ ਪਿੱਛੇ ਘਰ ਦੇ ਇਕੱਲੇ ਹੁੰਦੇ ਮੈਂ ਉਹਨਾਂ ਨੂੰ ਕਨਵਿੰਸ ਕਰਦਾ ਰਹਿੰਦਾ ਵੀ ਵੇਖ ਲਓ ਤੁਸੀਂ ਵੀ ਇੰਡੀਆ ਰਹਿਣਾ ਵੀ ਤੁਸੀਂ ਇੰਡੀਆ ਘਰੇ ਰਹਿ ਲਓ ਉੱਥੇ ਵੀ ਘੱਟੋ ਘੱਟ ਇੱਕ ਫੈਮਿਲੀ ਤਾਂ ਹੈਗੀ ਆ ਵੀ ਕਦੀ ਤੁਸੀਂ ਆਗੇ ਸਪੇਨ ਕਦੀ ਮੈਂ ਇੰਡੀਆ ਆ ਗਿਆ ਵੀ ਐਦਾਂ ਕਰ ਲੈਨੇ ਆ ਵੀ ਤੁਹਾਨੂੰ ਚੱਲ ਘੱਟੋ ਘੱਟ ਲੋਨ ਨਹੀਂ ਦਤਨਾ ਫੀਲ ਹੋਵੇ ਜਦੋਂ ਮੈਂ ਨਹੀਂ ਹੁੰਦਾ ਤੇ ਤੇ ਆਪਣੇ ਪਾਰਟਨਰ ਨੂੰ ਇਨਵੋਲ ਕਰਦੇ ਹੋ ਇਨੇ ਬਿਜ਼ਨਸ ਦੇ ਵਿੱਚ ਜਾਂ ਸਿਰਫ ਨਹੀਂ ਉਹ ਹੀ ਕੰਟਰੋਲ ਕਰਦਾ ਨਹੀਂ 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 ਉਹਨੂੰ ਕੁਝ ਨਹੀਂ ਪਤਾ ਯਾਰ ਹਾਂ ਮੈਨੂੰ ਕਿਸੇ ਨੂੰ ਨਹੀਂ ਪਤਾ ਮੇਰੇ ਤਾਂ ਘਰਦਿਆਂ ਨੂੰ ਨਹੀਂ ਪਤਾ ਮੇਰੇ ਤਾਂ ਘਰਦਿਆਂ ਨੂੰ ਨਹੀਂ ਪਤਾ ਹੋਣਾ ਕਈ ਮੇਰੇ ਭਰਾ ਨੂੰ ਵੀ ਨਹੀਂ ਪਤਾ ਹੋਣਾ ਇਹ ਤਾਂ ਹਨਾ ਉੱਥੇ ਨਾਲ ਰਹਿੰਦਾ ਵੀ ਇਹਦਾ ਕਿੰਨੇ ਰੈਸਟੋਰੈਂਟ ਆ ਜਾਂ ਕਿੱਥੇ ਕਿੱਥੇ ਦਾ ਹਿੱਸਾ ਵਾ ਹਮ ਇੱਕ ਦਿਨ ਮੈਂ ਇੱਕੋ ਇੱਕੋ ਦਿਨ ਇੱਕ ਦਿਨ ਮੈਂ ਮੈਂ ਨਾ ਕਿਤੇ ਜਾਂਦਾ ਪਿਆ ਸੀ ਤੇ ਫਲਾਈਟ ਨੇ ਨਾ ਬੜਾ ਬੈਡ ਲਈ ਹਨਾ ਟਰਬੂਲੈਂਸ ਆਈ ਬਾਲੀ ਗੰਦੀ ਸੀ ਹਨਾ ਵੀ ਲੋਕਾਂ ਦੇ ਚੀਕਾਂ ਕਢਾਉਂਦੇ ਆ ਤੇ ਫਿਰ ਮੈਨੂੰ ਉਦੋਂ ਲੱਗਾ ਮੈਂ ਕਿਹਾ ਯਾਰ ਵੀ ਆਹ ਕੰਮ ਹੋ ਸਕਦਾ ਹਨਾ ਵੀ ਮੈਂ ਜਿੱਦਾਂ ਟਰੈਵਲ ਕਰਦਾ ਜਾਂ ਉਦਾਂ ਵੀ ਮੈਂ ਕਿਹਾ ਯਾਰ ਕਿਤੇ ਰੋਡ ਤੇ ਵੀ ਐਕਸੀਡੈਂਟ ਹੋ ਸਕਦਾ ਮੈਂ ਕਿਹਾ ਮਰ ਸਕਦਾ ਹਨਾ ਮੈਂ ਕਿਤੇ ਵੀ ਤੇ ਮੈਂ ਕਿਹਾ ਇਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂਗਾ ਮੈਂ ਫਿਰ ਭਰਾਵਾ ਉੱਥੇ ਪਹੁੰਚ ਕੇ ਤੇ ਮੈਂ ਇੱਕ ਕੰਪਿਊਟਰ ਤੇ ਆਪਣੇ ਤੇ ਪੂਰਾ ਨੋਟ ਕ੍ਰੀਏਟ ਕੀਤਾ ਸਾਰਾ ਮੈਂ ਆਪਣੇ ਬੈਂਕ ਦੇ ਪਾਸਵਰਡ ਕੀ ਜੋ ਕਿਤੇ ਕੋਈ ਇਨਵੈਸਟਮੈਂਟ ਆ ਕੋਈ ਹਨਾ ਸਟਾਕਸ ਦੇ ਵਿੱਚ ਜਾਂ ਕਿੱਥੇ ਹਿੱਸੇਦਾਰੀ ਆ ਵਾਟ ਐਵਰ ਮੈਂ ਸਾਰਾ ਲੰਬਾ ਇੱਕ ਨੋਟ ਬਣਾਇਆ ਤੇ ਫਿਰ ਮੈਂ ਵਾਪਸ ਆ ਕੇ ਉਹਦੀਆਂ ਦੋ ਪ੍ਰਿੰਟ ਆਊਟ ਕੱਢੇ ਇੱਕ ਮੈਂ ਆਪਣੀ ਵਾਈਫ ਨੂੰ ਦਿੱਤਾ ਇੱਕ ਮੈਂ ਆਪਣੇ ਭਰਾ ਨੂੰ ਦਿੱਤਾ ਉਹ ਕਹਿੰਦੇ ਇਹ ਕੀ ਮੈਂ ਕਹਿੰਦਾ ਭਰਾਵਾ ਇਹ ਪਤਾ ਨਹੀਂ ਹੁੰਦਾ ਮੈਂ ਕਿਹੜੇ ਟਾਈਮ ਕੀ ਹੋਇਆ ਹਨਾ ਮੈਂ ਕਹਾ ਸਾਹਮਣੇ ਰੱਖੋ ਸੋ ਉਹਨਾਂ ਨੂੰ ਨਹੀਂ ਕਿਸੇ ਨੂੰ ਨਹੀਂ ਪਤਾ ਮੇਰੇ ਘਰਦਿਆਂ ਨੂੰ ਨਹੀਂ ਪਤਾ ਇੱਥੇ ਵੀ ਮੈਂ ਕੀ ਆ ਕਰਦਾ ਜਾਂ ਕੀ ਨਹੀਂ ਹੂੰ ਤੇ ਚਲੋ ਇਹ ਤੇ ਰਈ ਬਿਜ਼ਨਸ ਦੀ ਗੱਲ ਫਿਰ ਇਹਦੀ ਮੈਨੇਜਮੈਂਟ ਕਿਉਂਕਿ ਮੈਂ ਇੱਕ ਆਮਲ ਚ ਨਾ ਬੜਾ ਲੇਜੀ ਹਾਂ ਕਿ ਕਿਸੇ ਵੀ ਚੀਜ਼ ਦਾ ਐਕਸਕਿਊਜ਼ ਮੈਂ ਬਣਾਉਣਾ ਹੋਵੇ ਨਾ ਮੈਂ ਕਹਿੰਦਾ ਕਿ ਯਾਰ ਮੇਰੇ ਕੋਲ ਟਾਈਮ ਹੈ ਨਹੀਂ ਹਾਂ ਕੋਈ ਟਾਈਮ ਹੈ ਨਹੀਂ ਸਾਰਾ ਦਿਨ ਭਾਵੇਂ ਮੈਂ ਟੀਵੀ ਦੇਖੀ ਆ ਮੈਂ ਟਾਈਮ ਹੈ ਨਹੀਂ ਅਗਰ ਮੈਨੂੰ ਲਿਖਣਾ ਵੀ ਹੈ ਟਾਈਮ ਹੈ ਨਹੀਂ ਯਾਰ ਅੱਜ ਮੈਂ ਟੀਵੀ ਦੇਖ ਲਵਾਂ ਕਿੱਦਾਂ ਸਾਰਾ ਮੈਨੇਜ ਕਰ ਦਊ ਜਾਂ ਕੋਈ ਮੈਨੇਜਰ ਹੈਗਾ ਤੁਹਾਡਾ ਜੋ ਸਾਰੀਆਂ ਚੀਜ਼ਾਂ ਦੇਖਦਾ ਨਹੀਂ ਨਹੀਂ ਮੈਂ ਸਾਡਾ ਨਾ ਇਹ ਦੱਸਦਾ ਵੀ ਉਹ ਨਾ ਇੱਕ ਇਹ ਤਨ ਇਹ ਨੂੰ ਮੈਂ ਤੁਹਾਨੂੰ ਇੱਕ ਇਦਾਂ ਐਕਸਪਲੇਨ ਕਰਦਾ ਉਹ ਕਹਿੰਦੇ ਆ ਨਾ ਵੀ ਇੱਕ ਲੰਗੜਾ ਸੀ ਤੇ ਕ ਕਹਾਣੀ ਸੁਣੀ ਹੈ ਨਾ ਨਹੀਂ ਸੁ ਕੰਟੀਨਿਊ ਕਰੋ ਉਹ ਲੰਗੜ ਆਹੋ ਵੀ ਇੱਕ ਲੰਗੜੇ ਦੇ ਅੰਨੇ ਦੀ ਇਦਾਂ ਕਹਾਣੀ ਆ ਵੀ ਉਹ ਦੋਵੇਂ ਮਿਲ ਜਾਂਦੇ ਆ ਤੇ ਉਹ ਲੰਗੜੇ ਕੋ ਅੱਖਾਂ ਹੈਗੀਆਂ ਸੀ ਤੇ ਅੰਨੇ ਕੋ ਲੱਤਾਂ ਹੈਗੀਆਂ ਸੀ ਉਹ ਕਹਿੰਦਾ ਵੀ ਆਪਾਂ ਜਾਣਾ ਉਹਨਾਂ ਨੇ ਕਿਤੇ ਜਾਣਾ ਸੀ ਤੇ ਅੰਨੇ ਕੋ ਇਸ ਕਰਕੇ ਨਹੀਂ ਪਹੁੰਚਿਆ ਜਾਂਦਾ ਕਿਉਂਕਿ ਉਹ ਦੇਖ ਨਹੀਂ ਸਕਦਾ ਤੇ ਲੰਗੜੇ ਕੋ ਇਸ ਕਰਕੇ ਨਹੀਂ ਕਿਤੇ ਪਹੁੰਚਿਆ ਜਾਂਦਾ ਤੇ ਉਹ ਉਹਨੂੰ ਕਹਿੰਦਾ ਵੀ ਉਹ ਉਹ ਲੰਗੜਾ ਉਹਨੂੰ ਕਹਿੰਦਾ ਅੰਨੇ ਨੂੰ ਵੀ ਤੂੰ ਮੈਨੂੰ ਚੱਕ ਲੈ ਮੋਢਿਆਂ ਤੇ ਮੈਂ ਤੈਨੂੰ ਰਾਹ ਦੱਸੀ ਜਾਊਂਗਾ ਸੋ ਸਾਡੀ ਇਦਾਂ ਜੋੜੀ ਬਣੀ ਪਈ ਆ ਵੀ ਅਸੀਂ ਲਗੜੇ ਜੰਨੇ ਇਕੱਠੇ ਹੋਏ ਪਏ ਆ ਵੀ ਸਾਡੇ ਵਿੱਚੋਂ ਅ ਜਿੱਦਾਂ ਸਾਹਬ ਰਾਏ ਆ ਸਾਹਬ ਰਾਏ ਇਦਾਂ ਦਾ ਵਾ ਕਿ ਸਾਹਬ ਰਾਏ ਉਹ ਵੀ ਮਿਹਨਤੀ ਬੜਾ ਵਾ ਤੇ ਇੱਕ ਉਹ ਗੱਲਬਾਤ ਜੀ ਵਧੀਆ ਕਰ ਲਿੰਦਾ ਵਾ ਤੇ ਉਹਨੂੰ ਵੀ ਕਹਿ ਦਈਏ ਕਿ ਤੂੰ ਆਹ ਕੰਮ ਕਰਨਾ ਕਰਨਾ ਹਨਾ ਉਹਨੂੰ ਕਹਿ ਦਈਏ ਤੂੰ 20 ਘੰਟੇ ਤੂੰ ਅੱਜ ਕਿਤੇ ਜਾਣੇ ਆ ਕਿਤੇ 20 ਘੰਟੇ ਕੰਮ ਤੇ ਲਾਉਣੇ ਆ ਤੇ ਉਹਨੇ ਕਹਨਾ ਠੀਕ ਆ ਇਹ ਜਿਹੜਾ ਤੀਸਰਾ ਪੜਨਾਰਾ ਉਹ ਮੁੰਡਾ ਸਾਹਿਬ ਆ ਉਹ ਵੀ ਤੇ ਉਹ ਵੀ ਉਹ ਸਮਾਰਟ ਵੀ ਆ ਹਨਾ ਤੇ ਲੋਕਾਂ ਨਾਲ ਗੱਲਬਾਤ ਵੀ ਵਧੀਆ ਕਰ ਲੈਂਦਾ ਡੀਲ ਤੇ ਉਹਨੂੰ ਉਹਨੂੰ ਵੀ ਕੁਝ ਮੈਂ ਏਦਾਂ ਮੈਂ ਕੰਮ ਦੱਸ ਦਿੰਨਾ ਹੁਣ ਨਾ ਮੈਂ ਇਹਨਾਂ ਨੂੰ ਹਨਾ ਜੇ ਤੇ ਮੈਂ ਕਰਨ ਯੋਗ ਆ ਹੋਇਆ ਮੈਂ ਕਰ ਲੈਣੇ ਆ ਜਦੋਂ ਮੈਂ ਉੱਥੇ ਹੋਵਾਂ ਮੈਂ ਆਪਣੀ ਉਹ ਹੀ ਟੂ-ਡੂ ਲਿਸਟ ਜੀ ਕ੍ਰੀਏਟ ਕਰ ਲੈਣਾ ਹੁੰਨਾ ਵਾ ਕਿ ਮੈਨੂੰ ਗੱਡੀ ਚਲਾਉਂਦਿਆਂ ਕੰਮ ਚੇਤੇ ਆ ਗਿਆ ਮੈਂ ਉਸੇ ਵਾਲੇ ਨੋਟ ਕਰ ਲੈਣਾ ਵਾ ਫਿਰ ਜਦੋਂ ਬੈਠਾ ਫਿਰ ਉਹ ਲਿਸਟ ਖੋਲ ਕੇ ਕੰਮ ਕਰੀ ਜਾਣੇ ਆਪਣੇ ਤੇ ਜਦੋਂ ਮੈਂ ਅ ਨਹੀਂ ਕਰ ਸਕਦਾ ਫਿਰ ਇਹਨਾਂ ਨੂੰ ਮੈਨੂੰ ਪਤਾ ਹੁੰਦਾ ਆਹ ਕੰਮ ਇਹਨੇ ਕਰ ਲੈਣਾ ਉਹ ਉਹਨੇ ਕਰ ਲੈਣਾ ਫਿਰ ਮੇਰਾ ਕੰਮ ਬਸ ਦੱਸਣਾ ਹੀ ਹੁੰਦਾ ਬਈ ਯਾਰ ਸਾਬ ਤੋਂ ਉੱਥੇ ਕਾਊਂਟਰਡ ਕੋ ਚਲ ਜੀ ਆਹ ਕਰ ਲਈ ਅੱਜ ਫਲਾਣੇ ਮੁੰਡੇ ਨੇ ਆਉਣਾ ਕੰਮ ਤੇ ਉਹਨੂੰ 에ਰਪੋਰਟ ਤੋਂ ਲੈ ਲਈ ਜਾਂ ਅੱਜ ਆਪਾਂ ਫਲਾਣਾ ਰੈਸਟੋਰੈਂਟ ਉਹ ਖੋਲ ਰਹੇ ਆ ਉਹਦਾ ਆਹ ਕੰਮ ਕਰਨਾ ਸੋ ਇਦਾਂ ਫਿਰ ਵੰਡ ਲਈ ਦੇ ਇੱਕ ਦੂਜੇ ਨੂੰ ਕੰਮ ਹਾਂ ਤੇ ਇਹ ਦੋਸਤ ਨਹੀਂ ਆ ਇਹ ਅ ਅਲੋਂਗ ਦਾ ਵੇ ਤੁਹਾਨੂੰ ਉਦਾਂ ਹੀ ਮਿਲੇ ਤੁਹਾਡੇ ਪਾਰਟਨਰ ਹੀ ਬਣੇ ਸਿੱਧਾਈ ਜਾਂ ਪਹਿਲਾਂ ਦੋਸਤ ਦੋਸਤ ਹੀ ਰਹੀ ਐ ਇਸ ਤਰ੍ਹਾਂ ਜਿਹਾ ਨਾਲ ਦੋਸਤੀ ਹੀ ਦੋਸਤੀ ਹੀ ਇੱਕ ਦੂਜੇ ਨੂੰ ਜਾਣਦੇ ਹੀ ਸੀ ਆਹੋ ਹਾਂ ਤੇ ਦੋਸਤਾਂ ਦੇ ਨਾਲ ਬਿਜ਼ਨਸ ਕਰਨਾ ਇਜ਼ ਇਟ ਵਾਈਜ਼ ਹਾਂ ਯਾਰ ਸਾਡੇ ਵਿੱਚ ਸਾਡੇ ਚ ਸਾਡਾ ਪਤਾ ਕੀ ਚੱਕਰ ਆ ਸਾਡਾ ਸਾਡੀ ਇੱਕ ਸਾਡੀ ਵਾਈਬ ਜੀ ਤਾਂ ਨਾਲ ਕੀ ਨਹੀਂ ਤੇ ਅਕਸਰ ਨਾ ਮੈਂ ਬੜੀਆਂ ਉਸੇ ਪਾਰਟਨਰਸ਼ਿਪ ਬਣਦੀਆਂ ਦੇਖਦਾ ਹੁੰਨਾ ਵਾ ਵੀ ਜਿਹੜੀਆਂ ਉਹਦੇ ਵਿੱਚ ਟੁੱਟ ਟੱਜ ਜਾਂਦੀਆਂ ਤੇ ਉਹਦੇ ਵਿੱਚ ਪ੍ਰੋਬਲਮ ਇਹੋ ਹੀ ਆਉਂਦੀ ਹੁੰਦੀ ਆ ਕਿ ਇੱਕ ਸਾਈਡ ਕੋਈ ਨਾ ਪੈਸੇ ਦੀ ਲਾਲਚੀ ਬੜੀ ਹੁੰਦੀ ਆ ਇੱਕ ਇੱਕ ਸੈਂਟੀ ਦੇ ਮਰਨ ਵਾਲੀ ਹੈ ਇੱਕ ਯੂਰੋ ਤੇ ਮਰਨ ਵਾਲੀ ਹੈ ਹਨਾ ਤੇ ਸਾਡੇ ਤਿੰਨਾਂ ਆਸਤੇ ਕੋਈ ਪੈਸਾ ਨਾ ਵੀ ਸਾਡੀਆਂ ਲੋੜਾਂ ਤੋਂ ਜਿਹੜਾ ਵੱਧ ਜਾਂਦਾ ਸਾਨੂੰ ਸਾਡੇ ਆਸੇ ਏਡਾ ਇੰਪੋਰਟੈਂਟ ਨਹੀਂ ਹੁੰਦਾ ਹੈਨਾ ਵੀ ਅਸੀਂ ਕਈ ਵਾਰੀ ਇਹੋ ਜੇ ਕੰਮ ਸਾਂਝੇ ਖਾਤਿਆਂ ਕਰ ਦਿੰਨੇ ਆ ਵੀ ਵੀ ਕਈ ਕੰਮ ਹੁੰਦੇ ਆ ਜਿਹਦੇ ਵਿੱਚ ਅਸੀਂ ਸਾਨੂੰ ਕੋਈ ਨਹੀਂ ਬਜਣਾ ਬਚਾਉਣਾ ਹੁੰਦਾ ਸਾਨੂੰ ਪਤਾ ਵੀ ਹੁੰਦਾ ਸਾਨੂੰ ਇਹਦੇ ਵਿੱਚ ਸਾਨੂੰ ਪਤਾ ਹੁੰਦਾ ਵੀ ਓਕੇ ਯਾਰ ਆਪਾਂ ਆਹ ਕੰਮ ਕਰਨਾ ਵਾ ਵੀ ਇਹਦੇ ਨਾਲ ਸਾਡੀ ਕੋਈ ਗਰੋਥ ਨਹੀਂ ਹੋਣੀ ਜਾਂ ਸਮਥਿੰਗ ਨਹੀਂ ਹੋਣੀ ਵੀ ਇਹਦੇ ਵਿੱਚ ਸਾਨੂੰ ਵੀ 8000 ਯੂਰੋ ਦਾ ਘਾਟਾ ਵੀ ਪੈਣਾ ਵਾ ਹਣਾ ਤੇ ਫੇਰ ਅਸੀਂ ਉਹ ਤਿੰਨੇ ਹੀ ਐਗਰੀ ਹੋ ਜਾਂਦੇ ਚੱਲ ਕੋਈ ਨਾ ਆਪਾਂ ਵੰਡ ਲਾਂਗੇ ਕੁਝ ਨਹੀਂ ਹੁੰਦਾ ਹਨਾ ਵੀ ਉਤੋਂ ਸਾਨੂੰ ਇਹ ਜ ਸਾਡੇ ਵਾਸਤੇ ਵੀ ਸਾਡੀ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਉੱਪਰਲਾ ਪੈਸਾ ਸਾਡੇ ਵਾਸਤੇ ਮੈਟਰ ਨਹੀਂ ਕਰਦਾ ਸੋ ਇਸੇ ਕਰਕੇ ਵੀ ਵੀ ਸਾਡੀ ਨਿਭੀ ਜਾਂਦੀ ਹੈ ਹਾਂ ਹੁਣ ਤੱਕ ਹਾਂ ਸੋ ਫਾਰ ਕਹਿ ਲਾ ਚੱਲ ਜੋ ਵੀ ਹਾਂ ਹਾਂ ਹੁਣ ਤੱਕ ਆਹੋ ਚਲੋ ਆਪਾਂ ਦੇਹੀ ਚਾਹੁੰਦੇ ਆ ਵੀ ਵੀ ਕਦੀ ਇਹ ਵਿਗਾੜ ਨਾ ਆਵੇ ਹਨਾ ਪਰ ਆਫ ਕੋਰਸ ਕਿਤੇ ਨਾ ਕਿਤੇ ਜਾ ਕੇ ਆ ਵੀ ਜਾਂਦਾ ਹੈ ਅਲਟੀਮੇਟ ਗੋਲ ਕੀ ਦੇਖਦੇ ਹੋ ਆਪਣੀ ਲਾਈਫ ਦਾ ਕੀ ਬਿਜ਼ਨਸ ਕ੍ਰੀਏਟ ਕਰੀ ਜਾਣਾ ਜਾਂ ਇਹਦੇ ਵਿੱਚ ਹਾਂਜੀ ਨਹੀਂ 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 ਉਹ ਨਹੀਂ ਗਾ ਯਾਰ ਆਪਣਾ ਮੈਨੂੰ ਨਹੀਂ ਗਾ ਕਦੀ ਕਦੀ ਹੁੰਦਾ ਹੀ ਹੁਣ ਥੋੜੀ ਬਹੁਤ ਕਈਆਂ ਦੀ ਸੰਗਤ ਸੰਗਤ ਕਰਕੇ ਇਹ ਸਿੱਖਿਆ ਵਾ ਉਹ ਜਿਵੇਂ ਅੱਜ ਹੀ ਮੈਂ ਇੱਕ ਇਦਾਂ ਹੀ ਤੈਨੂੰ ਹੰਡਾ ਚਲੋ ਚੰਗੀ ਵੀਡੀਓ ਵੇਖ ਲਈਦੀ ਆ ਕਹਿੰਦੇ ਵੀ ਦੋ ਫਰੈਂਡ ਸੀ ਉਹ ਦੋਵੇਂ ਫਰੈਂਡ ਨਾ ਵੀ ਇੱਕ ਤਾਂ ਕਹਿੰਦੇ ਸਾਥ ਬਣ ਗਿਆ ਤੇ ਦੂਜਾ ਕਿਤੇ ਕਿਸੇ ਕਹਿੰਦੇ ਵੀ ਵੱਡੇ ਉਹ ਕੰਪਨੀ ਚ ਲੱਗ ਗਿਆ ਹਨਾ ਜਾਂ ਕਹਿਲਾ ਰਾਜੇ ਨਾਲ ਲੱਗ ਗਿਆ ਵੀ ਕਿਸੇ ਰਾਜੇ ਨਾਲ ਉਹ ਵੀ ਚਲਾ ਗਿਆ ਤੇ ਉਹ ਕੁਝ ਸਾਲਾਂ ਬਾਅਦ ਮਿਲੇ ਤੇ ਉਹ ਜਿਹੜਾ ਰਾਜੇ ਨਾਲ ਲੱਗਾ ਸੀ ਉਹ ਸਾਧ ਨੂੰ ਤਾਂ ਕਹਿੰਦਾ ਲੈ ਕਹਿੰਦਾ ਜੇ ਤੂੰ ਵੀ ਕਹਿੰਦਾ ਕੁਝ ਕਰ ਲੈਂਦਾ ਕਹਿੰਦਾ ਕਿਤੇ ਰਾਜੇ ਰੂਜੇ ਨਾਲ ਲੱਗਾ ਹੁੰਦਾ ਤਾਂ ਕਹਿੰਦਾ ਮੇਰੇ ਵਾਂਗੂ ਯਾਸ਼ੀ ਮਾਰਦੇ ਹੋਣਾ ਸੀ ਤੇ ਉਹ ਜਿਹੜਾ ਸਾਧ ਸੀ ਉਹ ਕਹਿੰਦਾ ਵੀ ਤੈਨੂੰ ਕਹਿੰਦਾ ਵੀ ਜੇ ਕਿਤੇ ਤੂੰ ਸਾਧ ਬਣ ਜਾਂਦਾ ਮੇਰੇ ਵਾਂਗੂ ਕਹਿੰਦਾ ਮੈਂ ਖੁਦ ਦਾ ਆਪ ਹੀ ਰਾਜਾ ਵਾਂ ਮੈਨੂੰ ਕਹਿੰਦਾ ਕਿਸੇ ਰਾਜੇ ਦੀਆਂ ਤਲਵੇ ਚੱਟਣ ਦੀ ਲੋੜ ਨਹੀਂ ਹੈਗੀ ਵੀ ਵੀ ਜੇ ਤੂੰ ਸ਼ਾਇਦ ਜੇ ਤੂੰ ਸਾਧ ਆਲਾ ਜੀਵਨ ਆਪਣਾ ਲੈਂਦਾ ਤਾਂ ਤੈਨੂੰ ਸ਼ਾਇਦ ਰਾਜਾ ਮਹਿਸੂਸ ਕਰਨ ਵਾਸਤੇ ਕਿਸੇ ਦੇ ਤਲਵੇ ਚੱਟਣ ਦੀ ਲੋੜ ਨਹੀਂ ਸੀ ਹੁਣੀ ਸੋ ਮੈਂ ਵੀ ਇਹੀ ਕਨਕਲੂਜਨ ਜਾਂ ਕੱਢਿਆ ਵਾ ਇਹਦਾ ਐਂਡ ਹੁੰਦਾ ਹੈ ਨਹੀਂ ਕਿ ਕਿਤੇ ਹਨਾ ਵੀ ਜਿਹੜਾ ਪੈਸੇ ਵਾਲੀ ਦੌੜ ਆਖੀ ਦਾ ਨਾ ਆਂਡ ਗਵਾਂਡ ਆਪਾਂ ਵੇਖ ਕੇ ਜਾਂ ਆਪਣੇ ਪਿੰਡ ਜਾਂ ਉੱਥੇ ਸ਼ਹਿਰ ਵੇਖ ਕੇ ਵੀ ਫਲਾਣੇ ਨੇ ਆਹ ਕਰਤਾ ਵੀ ਮੈਂ ਵੀ ਉਹ ਝੰਡਾ ਕੱਢਦਾ ਉਹ ਨਹੀਂ ਕੰਮ ਹੋਣਾ ਉਹ ਨਵੀਨ ਨੇ ਇੱਕਦਰੀ ਬੜੀ ਦੀ ਗੱਲ ਕੀਤੀ ਸੀ ਉਹਨੇ ਵੀ ਕਹਿੰਦਾ ਵੀ ਕਹਿੰਦਾ ਭਰਾਵਾ ਵੀ ਮੈਂ ਅੱਜ ਕਿਸ ਹਾਲ ਵੇਖ ਕੇ ਕਹਿੰਦਾ ਆਪਣੀ ਕਰੋਲਾ ਵੇਚ ਕੇ ਕਿ ਵੀ ਫੋਰਡ ਦਾ ਟਰੱਕ ਲੈ ਆਉਂਗਾ ਹਨਾ ਕਹਿੰਦਾ ਫਿਰ ਕਿਸੇ ਦਾ ਕਹਿੰਦਾ ਉਹ ਲੈ ਆਉਂਗਾ ਕਹਿੰਦਾ ਉਹ ਚਲਾਉਂਦਾ ਕਹਿੰਦਾ ਕਿਸੇ ਦੀ ਫਰਾਰੀ ਵੇਖ ਲੂੰਗਾ ਤੇ ਕਹਿੰਦਾ ਫਰਾਰੀ ਲੈਣ ਤਰਪੂਗਾ ਕਹਿੰਦਾ ਫਰਾਰੀ ਤੋਂ ਕਹਿੰਦਾ ਜਦ ਮੈਂ ਫਰਾਰੀ ਤੇ ਬੈਠਾ ਹਾਂ ਕਿਸੇ ਦੀ ਰਾਇਲ ਰਾਇਸ ਦੇਖ ਲਈ ਤੇ ਕਹਿੰਦਾ ਹੁਣ ਮੈਂ ਰਾਇਲ ਰਾਇਸ ਥੋੜੀ ਉਹਦੇ ਪਿੱਛੇ ਭੱਜਣ ਲਾਪੂਗਾ ਵੀ ਹੁਣ ਉਹਦੇ ਆਸਤੇ ਮਿਹਨਤ ਕਰ ਲਾਂ ਪਾ ਵੀ ਹੁਣ ਮੈਂ ਰਾਇਲ ਰਾਇਸ ਲੈਣੀ ਆ ਤੇ ਆਪਣਾ ਵੀ ਇਹੋ ਹੀ ਆ ਯਾਰ ਮੈਂ ਤੂੰ ਸੱਚ ਪੁੱਛੇ ਮੈਂ ਨਾ ਇਹ ਮੇਰੀ ਟੂ-ਡੂ ਲਿਸਟ ਦੇ ਵਿੱਚ ਇਹ ਚੀਜ਼ ਲਿਖੀ ਪਈ ਆ ਕਿ ਮੈਂ ਕਿਸੇ ਦਿਨ ਬੈ ਕੇ ਕੈਲਕੂਲੇਸ਼ਨ ਲਾਉਣੀ ਆ ਕਿ ਮੈਨੂੰ ਰਿਟਾਇਰ ਹੋਣ ਵਾਸਤੇ ਕਿੰਨੇ ਪੈਸੇ ਮੇਰੇ ਕੋਲ ਹੋਣੇ ਚਾਹੀਦੇ ਆ ਤੇ ਮੈਂ ਕਿੰਨੇ ਉਹਨਾਂ ਨੂੰ ਇਨਵੈਸਟ ਕਰਦਾ ਉਹ ਜਿੱਦਣ ਵੀ ਬਸ ਉਹ ਬੈਠ ਕੇ ਕਿਸੇ ਦਿਨ ਬਣਾਉਣੀ ਆ ਭਰਾਵਾ ਉਹ ਜਿੱਦਣ ਬਣ ਗਈ ਵੀ ਮੈਨੂੰ ਪਤਾ ਲੱਗ ਗਿਆ ਵੀ ਮੇਰਾ ਸਾਲ ਦਾ ਖਰਚਾ ਇੰਨਾ ਵਾ ਤੇ ਮੇਰੇ ਕਿੰਨੇ ਪੈਸੇ ਕਿੱਦਾਂ ਇਨਵੈਸਟ ਹੋਣ ਵੀ ਜਿਹੜਾ ਮੈਨੂੰ ਇੰਨਾ ਕ ਆਈ ਜਾਵੇ ਉਹ ਟਾਰਗੇਟ ਅਚੀਵ ਕਰਨਾ ਭਰਾਵਾ ਉਹ ਟਾਰਗੇਟ ਜਿੱਦਣ ਅਚੀਵ ਹੋ ਗਿਆ ਤੇ ਬਿਜ਼ਨਸ ਮੇ ਵੀ ਭਾਵੇਂ ਆਈ ਡੋਟ ਨੋ ਵੀ ਜੇ ਤਾਂ ਆਟੋਮੈਟਿਕਲੀ ਚੱਲਣ ਵਾਲੇ ਹੋਏ ਵੀ ਜਿਨ੍ਹਾਂ ਦੇ ਵਿੱਚ ਮੇਰੀ ਬਹੁਤੀ ਐਫਰਟ ਦੀ ਲੋਡ ਨਾ ਹੋ ਤੇ ਉਹ ਆਪਾਂ ਕਰੀ ਜਾਵਾਂਗੇ ਵਿਧਾਇ ਵਿਧਾਈ ਵੀ ਜਾਵਾਂਗੇ ਪਰ ਜਿਹਦੇ ਵਿੱਚ ਸਟ੍ਰੈਸ ਲੈ ਕੇ ਜਾਂ ਖੁਦ ਨੂੰ ਇਨਵੋਲਵ ਹੋਣਾ ਪਿਆ ਉਦੋਂ ਦਾ ਬਿਜ਼ਨਸ ਨਹੀਂ ਕਰਨਾ ਯਾਰ ਤੇ ਅਲਟੀਮਟ ਗੋਲ ਹੈ ਕਿ ਸਿਰਫ ਡੇਲੀ ਕੰਮ ਕਰਦੇ ਰਹਿਣਾ ਜਿੱਦਾਂ ਤੁਸੀਂ ਅਲਟੀਮੇਟ ਯਾਰ ਖੁਦ ਬਸ ਇਹੋ ਹੀ ਯਾਰ ਵੀ ਆਪਣਾ ਨਹੀਂ ਅਲਟੀ ਯਾਰ ਮੇਰਾ ਅਲਟੀਮੇਟ ਗੋਲ ਤੇ ਮジョਰਟੀ ਇਹੋ ਹੀ ਆ ਕਿ ਯਾਰ ਵੀ ਵੀ ਆਪਣੇ ਘਰ ਪਰਿਵਾਰ ਦੇ ਨਾਲ ਰਹਿਣਾ ਹਨਾ ਆਪਣੀ ਮਾਤਾ ਦੇ ਨਾਲ ਮੋਸਟ ਆਫ ਟਾਈਮ ਸਪੈਂਡ ਕਰਨਾ ਹਨਾ ਤੇ ਮੈਂ ਮੈਨੂੰ ਲੱਗਦਾ ਹੁੰਦਾ ਯਾਰ ਵੀ ਘਰਦਿਆਂ ਦੇ ਨਾਲ ਵੀ ਟਾਈਮ ਸਪੈਂਡ ਕੀਤਾ ਜਾਵੇ ਉਹਨਾਂ ਨਾਲ ਕੋ ਮੈਂ ਫਿਰਿਆ ਜਾਵੇ ਹਾਂ ਜਾਂ ਦੁਨੀਆ ਘੁੰਮੀ ਜਾਵੇ ਭਾਵੇਂ ਕੱਲੇ ਵੀ ਵੈਨਚੂਰ ਪਰ ਹਾਂ ਇਵੈਂਚੁਅਲੀ ਕੀ ਸੈਟਲ ਹੋਗੇ ਇੰਡੀਆ ਦੇ ਵਿੱਚ ਯਾਰ ਮਨ ਤੇ ਇਹੋ ਹੀ ਆ ਮਨ ਤੇ ਇਹੋ ਹੀ ਆ ਮੈਂ ਤੈਹੀਓ ਚਾਹਉਣਾ ਯਾਰ ਵੀ ਮੇਰੇ ਨਿਆਣੇ ਹਨਾ ਵੀ ਇੱਥੇ ਜੇ ਪੜ-ਪੜ ਲੈਣਗੇ ਤੇ ਉਹ ਥੋੜਾ ਜਿਹਾ ਮੈਂ ਈਜ਼ੀ ਹੋ ਜਾਊਗਾ ਵੀ ਉਹ ਬਾਅਦ ਦੇ ਵਿੱਚ ਅਸੀਂ ਇੱਥੇ ਰਹਿਣਾ ਜੇ ਡਿਸਾਈਡ ਵੀ ਕਰਦੇ ਹਾਂ ਕੱਲ ਨੂੰ ਤੇ ਥੋੜਾ ਜਿਹਾ ਈਜ਼ੀ ਹੋ ਜਾਊਗਾ ਕਿਉਂਕਿ ਜੇ ਉੱਥੇ ਪੜ-ਪੜ ਗਏ ਫੇਰ ਉਹਨਾਂ ਨੇ ਨਹੀਂ ਮੁੜਨਾ ਹਨਾ ਮੰਤੇ ਇਥੋਂ ਦਾ ਹੀ ਕਰਦਾ ਆਂ ਇੰਡੀਆ ਦਾ ਹੀ ਇੰਡੀਆ ਹੀ ਰਹਿਣ ਨੂੰ ਤੇ ਕਦੀ ਪੋਲਿਟਿਕਸ ਵੱਲ ਹੋਇਆ ਕਿ ਮੈਂ ਪੋਲਿਟਿਕਸ ਜੁਆਇਨ ਕਰਾਂ ਪਹਿਲਾਂ ਆਉਂਦਾ ਹੁੰਦਾ ਜੀ ਹੁਣ ਨਹੀਂ ਹੁਣ ਛੱਡਦਾ ਯਾਰ ਕਾ ਤੂੰ ਕਿ ਡਰਟੀ ਆ ਪੋਲਿਟਿਕਸ ਦਾ ਯਾਰ ਮੈਂ ਨਹੀਂ ਉਹਦਿਆਂ ਦੋ ਤਿੰਨ ਰੀਜ਼ਨ ਹੋ ਗਏ ਯਾਰ ਪਹਿਲਾਂ ਮੈਂ ਮੈਂ ਬਾਹਰ ਦੀ ਨੈਸ਼ਨੈਲਿਟੀ ਇਸੇ ਕਰਕੇ ਨਹੀਂ ਲੈਂਦਾ ਕਿਉਂਕਿ ਮੈਂ ਕਦੀ ਸੋਚਦਾ ਹੁੰਨਾ ਹਾਂ ਵੀ ਮੈਂ ਯਾਰ ਇਹ ਇਹੜੇ ਚੱਕਰ ਇਧਰਲੀ ਸਾਈਡ ਆਉਣਾ ਵਾ ਤੇ ਮੈਂ ਆਪਣੇ ਪਿੰਡ ਤੋਂ ਹੀ ਸਟਾਰਟ ਕਰਨਾ ਵਾ ਹਨਾ ਵੀ ਮੈਂ ਆਪਣੇ ਪਿੰਡ ਦੇ ਮਹੱਲੇ ਤੋਂ ਵੀ ਮੈਂ ਪਹਿਲਾਂ ਯਾਰ ਆਪਣੇ ਪਿੰਡ ਦੇ ਮਹੱਲੇ ਤੋਂ ਆਪਣਾ ਪਿੰਡ ਮਹੱਲਾ ਸਵਾਰੂਗਾ ਮਨ ਲੇ ਤਾਂ ਬਾਅਦ ਫਿਰ ਮੈਂ ਪਿੰਡ ਆ ਲਾਉਂਗਾ ਹਨਾ ਗਾਂ ਚੱਲ ਜਿੱਥੇ ਵੀ ਪਹੁੰਚ ਸਕੇ ਵੀ ਆਪਣਾ ਕੋਈ ਟਾਰਗੇਟ ਨਹੀਂ ਸੀ ਕਿ ਵੀ ਆਪਾਂ ਕੋਈ ਪੋਸਟ ਹਾਸਲ ਕਰਨੀ ਹੈ ਟਾਰਗੇਟ ਇਹ ਸੀ ਕਿ ਯਾਰ ਵੀ ਚੀਜ਼ਾਂ ਸਹੀ ਕਰਨੀਆਂ ਹਨਾ ਤੇ ਉਹ ਹੁੰਦਾ ਸੀ ਤੇ ਉਹ ਯਾਰ ਵੀ ਕੁਝ ਇੱਕ ਚੀਜ਼ਾਂ ਹੁਣ ਇੱਕ ਜਦਾਂ ਕਹਿੰਦਾ ਹੈ ਨਾ ਇੰਡੀਆ ਦੋ ਦੋ ਇੰਡੀਆ ਦੇਖਦੇ ਆ ਇੱਕ ਸਾਈਡ ਤਰੱਕੀ ਕਰਦਾ ਵੀ ਦੇਖਦਾ ਤੇ ਇੱਕ ਸਾਈਡ ਜਿਹੜੇ ਆ ਰੋਲੇ ਬਣਦੇ ਆ ਉਹ ਵੀ ਦੇਖਦਾ ਤੇ ਉਹਦੇ ਵਿੱਚੋਂ ਹੁਣ ਜਿਹੜਾ ਮੈਂ ਬੈਸਟ ਤਾਤ ਕੱਢਿਆ ਉਹ ਚੇਹੇ ਹੀ ਕੱਢਿਆ ਕਿ ਓਕੇ ਮਾਈਨਸ ਪੋਲਿਟਿਕਸ ਕਰਦੇ ਮਾਈਨਸ ਪੋਲਿਟਿਕਸ ਕਰਦੇ ਨੈਸ਼ਨੈਲਿਟੀ ਬਾਹਰ ਦੀ ਰੱਖ ਲੈ ਤੇ ਇੰਡੀਆ ਰਹੀ ਚੱਲ ਵੀ ਪੋਲਿਟਿਕਸ ਤੋਂ ਬਗੈਰ ਹਨਾ ਵੀ ਵੀ ਕੱਲ ਨੂੰ ਜੇ ਇੰਡੀਆ ਦੇ ਵਿੱਚ ਹਾਲਾਤ ਖਰਾਬ ਹੁੰਦੇ ਵੀ ਆ ਵੀ ਇੱਥੇ ਕੋਈ ਕਿਸੇ ਤਰੀਕੇ ਇਦਾਂ ਦੇ ਹਨਾ ਤੁਹਾਨੂੰ ਲੱਗਦਾ ਹੈ ਕਿ ਇਦਾਂ ਦਾ ਕੁਝ ਚਾਂਸ ਹੀ ਹੋਵੇ ਹੈਗੇ ਨੇ ਤੁਹਾਨੂੰ ਲੱਗਦਾ ਖਰਾਬ ਹੋਣ ਦੇ ਚਾਂਸ ਹੈ ਯਾਰ ਇਦਾਂ ਦਾ ਪਤਾ ਨਹੀਂ ਯਾਰ ਇਹਦਾ ਕੁਝ ਨਹੀਂ ਪਤਾ ਯਾਰ ਹਨਾ ਉਹ ਕੀ ਕਹਿੰਦੇ ਹੁੰਦੇ ਸਾਰੇ ਪਾਣੀ ਨੂੰ ਗੰਦਾ ਕਰਨ ਵਾਸਤੇ ਇੱਕ ਦੋ ਬੂੰਦਾਂ ਹੀ ਕਾਫੀ ਹੁੰਦੀਆਂ ਹਨਾ ਵੀ ਵੀ ਬਸ ਉਹ ਉਹ ਹਿਸਾਬੋਂ ਆਿੰਦਾ ਹਨਾ ਹਾਂ ਤੁਹਾਡਾ ਜਿਹੜਾ ਗਾੜਿਆ ਹੁਣ ਉੱਥੇ ਹੀ ਰਹਿਣਾ ਜਾਂ ਕਦੀ ਤੁਸੀਂ ਸੋਚਦੇ ਹੋ ਕਿ ਮੈਂ ਯੂ ਐਸ ਮੂਵ ਹੋਵਾਂ ਜਾਂ ਕੈਨੇਡਾ ਮੂਵ ਹੋਵਾਂ ਕਿ ਇਦਾਂ ਦਾ ਪਲਾਨ ਹੈ ਤੁਹਾਡਾ ਦੋ ਤਿੰਨ ਚੀਜ਼ਾਂ ਮੈਂ ਘੁੰਮ ਫਿਰ ਕੇ ਦੇਖੀਆਂ ਮੈਂ ਘੁੰਮ ਫਿਰ ਕੇ ਇਹ ਚੀਜ਼ਾਂ ਦੇਖੀਆਂ ਕਿ ਵੀ ਵੈਦਰ ਬੂਦਰ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੁੰਦੀਆਂ ਹਨਾ ਤੇ ਉਹ ਜੇ ਉਹਦੇ ਕਰਕੇ ਤੇ ਮੈਨੂੰ ਆਪਣਾ ਹਨਾ ਵੀ ਆਇਲੈਂਡ ਸਪੇਨ ਬੈਸਟ ਲੱਗਦਾ ਹਨਾ ਤੇ ਇੱਕ ਉਥੋਂ ਦੇ ਲੋਕਾਂ ਦਾ ਲਾਈਫ ਸਟਾਈਲ ਮੈਨੂੰ ਬਹੁਤ ਘੈਂਟ ਲੱਗਦਾ ਵੀ ਉਹਨਾਂ ਦਾ ਚਾਹੇ ਜਿਹੜੀ ਮਰਜ਼ੀ ਮੈਂ ਸੋ ਫਾਰ ਕੰਟਰੀ ਗਿਆ ਹਾਂ ਲੋਕੀ ਜਿਆਦਾ ਮਟੀਰੀਅਲਿਸਟਿਕ ਆ ਵੀ ਜਿੱਥੇ-ਜਿੱਥੇ ਵੀ ਤਰੱਕੀ ਜਿਆਦੀ ਹੈ ਜਾਂ ਕਹਿ ਲਾ ਹਨਾ ਤੇ ਇੱਥੇ ਲੋਕੀ ਜਿਆਦਾ ਫਨ ਛੰਨ ਜੇ ਕਰਦੇ ਆ ਜਿਆਦਾ ਤੇ ਏਡਿੰਗ ਵਜਾ ਕਰਕੇ ਮੈਨੂੰ ਸਪੇਨ ਪਸੰਦ ਆ ਤੇ ਇਨਾਂ ਵਜਾ ਕਰਕੇ ਮੈਂ ਇੱਥੇ ਰਹਿਣਾ ਚਾਹੁੰਨਾ ਪਰ ਮੈਂ ਜਿੱਦਾਂ ਕਿਹਾ ਜਿੱਦਾਂ ਮੈਂ ਇੰਡੀਆ ਦੇ ਵਿੱਚ ਸੇਫ ਸਾਈਡ ਰਹਿਣਾ ਚਾਹੁੰਨਾ ਮੈਂ ਜਮੇ ਵੀ ਜਿਆਦਾ ਸੋਚਦਾ ਮੈਂ ਕਈ ਰੇ ਵੀ ਸੋਚਦਾ ਹਾਂ ਵੀ ਮੈਂ ਇੱਕ ਅੱਧੀ ਹੋਰ ਵੀ ਚਾਹੇ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਦੀ ਮੈਂ ਪੀਆਰ ਵੀ ਲੈ ਕੇ ਰੱਖ ਲਾਂ ਵੀ ਕੱਲ ਨੂੰ ਕਿਤੇ ਮੇਬੀ ਮੈਨੂੰ ਕੁਝ ਚੇਂਜ ਕਰਨਾ ਪਿਆ ਤਾਂ ਆਪਣੇ ਕੋਈ ਆਪਸ਼ਨ ਹੋਵੇ ਜਿਆਦਾ ਜਣੀ ਕਿ ਮੇਬੀ ਜਿਆਦਾ ਸੋਚਦਾ ਮੈਂ ਜਿਆਦਾ ਵੈਰੀ ਡਾ ਮੇਬੀ ਕਈ ਵਾਰ ਕਈ ਚੀਜ਼ਾਂ ਨੂੰ ਲੈ ਕੇ ਤੇ ਸਪੇਨ ਤੋਂ ਬਾਹਰ ਅਗਰ ਸੈਕਿੰਡ ਆਪਸ਼ਨ ਲੈਣੀ ਹੋਵੇ ਤਾਂ ਕਿਹੜੀ ਕੰਟਰੀ ਦੇਖਦੇ ਹੋ ਕਿਹੜੀ ਬੈਸਟ ਲੱਗਦੀ ਤੁਹਾਨੂੰ ਕੰਟਰੀ ਯਾਰ ਸਪੇਨ ਤੋਂ ਬਾਅਦ ਯਾਰ ਮੈਂ ਸੋ ਫਾਰ ਮੈਂ ਅੱਖਾਂ ਮੈਂ ਵੀ ਉਹ ਯੂਰਪ ਨੂੰ ਹੀ ਕੱਟਦੇ ਫਿਰ ਹਨਾ ਕਿਉਂਕਿ ਯੂਰਪ ਦੇ ਵਿੱਚ ਬਹੁਤ ਸਾਰੀਆਂ ਆਪਸ਼ਨ ਆ ਹਨਾ ਨਿੱਕੀਆਂ ਨਿੱਕੀਆਂ ਕੰਟਰੀਆਂ ਆ ਨੇ ਯੂਰਪ ਦਾ ਕਲਚਰ ਵੀ ਆਈ ਥਿੰਕ ਥੋੜਾ ਸਿਮਿਲਰ ਹੀ ਹੋਏਗਾ ਨਾ ਹਾਂ ਹਾਂ ਉਹਨਾਂ ਦਾ ਮੋਰਲ ਐਸ ਸਿਮਿਲਰ ਹੀ ਹਾਂ ਮੈਨੂੰ ਯਾਰ ਇੱਕ ਫਿਰ ਆਸਟ੍ਰੇਲੀਆ ਮੈਨੂੰ ਆਸਟ੍ਰੇਲੀਆ ਯਾਰ ਜਿਆਦਾ ਬੈਟਰ ਲੱਗਦੀ ਹੈ ਆਸਟ੍ਰੇਲੀਆ ਜਿਆਦਾ ਬੈਲੈਂਸਡ ਆ ਹਮ ਆਸਟ੍ਰੇਲੀਆ ਇਦਾਂ ਜਿਆਦਾ ਬੈਲੈਂਸਡ ਆ ਕੈਨੇਡਾ ਦੇ ਵਿੱਚ ਜਿਹਦਾ ਬੀਇੰਗ ਪੰਜਾਬੀ ਜਿਆਦਾ ਫਨ ਹਨਾ ਹਰੇਕ ਤਿਹਾਰ ਵਗੈਰਾ ਚੱਲ ਹੁਣ ਤੇ ਆਸਟ੍ਰੇਲੀਆ 'ਚ ਵੀ ਮਨਾਉਂਦੇ ਆ ਪਰ ਕੈਨੇਡਾ ਇਹ ਗੱਲੋਂ ਵੀ ਮਹਿੰਗਾ ਬੜਾ ਯਾਰ ਤੇ ਕਮਾਈ ਹਨਾ ਕਮਾਈ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਜ਼ਿਆਦੀ ਹੈ ਤੇ ਕੈਨੇਡਾ ਨਾਲੋਂ ਮੈਂ ਜਿਹੜਾ ਮੈਂ ਤਤ ਕੱਢਿਆ ਹਨਾ ਤੇ ਇੱਕ ਮੌਸਮ ਵੈਦਰ ਹਨਾ ਉੱਥੇ ਜ਼ਿਆਦਾ ਖਰਾਬ ਆ ਅਗਰ ਤੀ ਮੌਸਮ ਹੋਰ ਵੀ ਵਧੀਆ ਭਾਲਦੇ ਹੋ ਫਿਰ ਨਿਊਜ਼ੀਲੈਂਡ ਆਈ ਥਿੰਕ ਬੈਸਟ ਆਪਸ਼ਨ ਹੈ ਅਗਰ ਮੌਸਮ ਤਾਂ ਹੀ ਤੁਹਾਨੂੰ ਹੈ ਹਾਂ ਨਿਊਜ਼ੀਲੈਂਡ ਦਾ ਵੀ ਹਾਂ ਨਿਊਜ਼ੀਲੈਂਡ ਜਿੱਦਾਂ ਨਿਊਜ਼ੀਲੈਂਡ ਛੋਟਾ ਹੋਣ ਕਰਕੇ ਥੋੜਾ ਜਿਹਾ ਲੱਗਦਾ ਹੁੰਦਾ ਕਈ ਵਾਰੀ ਹਨਾ ਵੀ 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 ਸ਼ਾਇਦ ਉੱਥੇ ਲੋਕੀ ਆਈਸੋਲੇਟਿਡ ਜਿਹਾ ਫੀਲ ਕਰਦੇ ਹੋਣ ਪਰ ਨਿਊਜ਼ੀਲੈਂਡ ਦੇ ਵਿੱਚ ਹੀ ਮਹਿੰਗਾਈ ਬਹੁਤ ਆ ਯਾਰ ਨਿਊਜ਼ੀਲੈਂਡ 'ਚ ਮੈਂ ਵੇਖਿਆ ਨਹੀਂ ਇੱਥੇ ਮਹਿੰਗਾਈ ਦੇ ਬਹੁਤ ਜ਼ਿਆਦੀ ਹੈ ਭਾਜੀ ਕਾਸਟ ਆਫ ਲਿਵਿੰਗ ਬਹੁਤ ਜ਼ਿਆਦੀ ਇੱਥੇ ਹੁਣ ਯਾਰ ਇੱਥੇ ਖਾਸ ਕਰ ਘਰਾਂ ਦੇ ਜਿਹੜੇ ਰੈਂਟ ਹੁਣ ਅਸੀਂ ਯਾਰ ਉਹ ਬਹੁਤ ਮਾਰਦੇ ਆ ਮੈਂ ਤੁਹਾਨੂੰ ਦੱਸਣ ਦਿਆਂ ਮੈਂ ਸਾਰਿਆਂ ਨੂੰ ਨਾ ਨਾ ਭਾਈ ਜੀ ਦੇਖੋ ਵੀ 4-5 ਲੱਖ ਡਾਲਰ ਇਕੱਠਾ ਕਰ ਸਕਦਾ ਨਾ ਵੀ ਬਾਹਰ ਲਿਆਂ ਕਦੇ ਹੁੰਦਾ ਹੀ ਹੈ ਕਿਉਂਕਿ ਉਹਨਾਂ ਦੀਆਂ ਕਈਆਂ ਕੋ ਪ੍ਰਾਪਰਟੀਆਂ ਹੁੰਦੀਆਂ ਸਪੇਨ ਦੇ ਵਿੱਚ ਅਲੀਕਾਂਤੇ ਏਰੀਆ ਜਾ ਕੇ ਕਰ ਐਕਸਪਲੋਰ ਕਰ ਲ 4-5 ਲੱਖ ਦੇ ਵਿੱਚ ਤੁਸੀਂ ਰਿਟਾਇਰ ਹੋ ਸਕਦੇ ਆ ਵੀ ਵੀ ਜੰਨਤ ਆ ਯਾਰ ਉੱਥੇ ਲੱਖ ਡੇਢ ਲੱਖ ਚ ਵਧੀਆ ਹਨਾ ਘਰ ਆ ਜਾਂਦਾ ਵਾ ਖਾਣ ਪੀਣ ਸਸਤਾ ਮੈਂ ਥੋੜੇ ਸਾਡੇ ਨੂੰ ਸਾਨੂੰ ਹੀ ਬੜਾ ਸਸਤਾ ਲੱਗਦਾ ਹੁੰਦਾ ਮੈਂ ਇੱਕ ਦਿਨ ਥੋੜੇ ਦਿਨ ਪਹਿਲਾਂ ਉੱਥੇ ਗਿਆ ਹਾਂ ਤੇ ਉੱਥੇ ਜਾ ਕੇ ਮੈਂ ਇੱਕ ਬਾਰ ਜੀ ਤੋਂ ਜਾ ਕੇ ਕਾਫੀ ਪੀਤੀ ਤੇ ਨਾਲ ਉਹਨੂੰ ਮੈਂ ਕ੍ਰੋਇਸੈਂਟ ਜਾਂ ਕਹਿ ਤਾ ਕੁਝ ਖਾਣ ਨੂੰ ਹਨਾ ਤੇ ਮੈਂ ਪੈਸੇ ਪੇ ਕੀਤੇ 1.80 ਸੈਂਟ ਉਹਨੇ ਲੈ ਹਨਾ ਤੇ 1 ਯੂਰੋ ਕਾਫੀ ਦਾ ਹੀ 80 ਸੈਂਟ ਕ੍ਰੋਇਸੈਂਟ ਦੇ ਹਨਾ ਤੇ ਵੀ ਬਹੁਤ ਚੀਜ਼ ਹਨਾ ਕਾਫੀ ਵਿਦ ਮਿਲਕ ਨਾਰਮਲੀ ਪ੍ਰਾਈਸ ਇਸ ਵੀ ਜੇ ਮੈਂ ਨਿਊਜ਼ੀਲੈਂਡ ਦੇ ਵਿੱਚ ਲਾਵਾਂ ਮੈਨੂੰ ਲੱਗਦਾ ਤੁਹਾਡੇ 4 ਡਾਲਰ ਦੀ ਹੋਗੀ ਔਨ ਐਵਰੇਜ ਕਾਫੀ ਹਾਂ ਹੁਣ ਤੇ ਲਗਭਗ 5 ਤੋਂ 6 ਡਾਲਰ ਕਿਆ ਲੋ ਭਾਈ ਹਾਂ ਕਿਉਂਕਿ ਮੈਨੂੰ ਉਹੀ ਮੈਂ ਸੰਭਲ ਕੇ ਬੋਲਿਆ ਵੀ ਇੰਨੇ ਕੁ ਦੇ ਲੱਗੇ ਹੋਗੀ ਕ੍ਰੋਸ ਮੇਰੇ ਆਮ ਨਾ ਇਹ ਚੀਜ਼ਾਂ 10 ਡਾਲਰ ਦੀਆਂ ਬਣ ਜਾਂਦੀਆਂ ਹਨਾ ਮੈਨੂੰ ਤਾਂ ਹੀ ਜਿੱਤੇ ਆ ਕਿਉਂਕਿ ਮੈਂ ਮੇਰੇ ਖਿਆਲ ਨਾਲ ਮੈਂ ਯੂਰਪ ਤੋਂ ਬਾਹਰ ਕਿਤੇ ਪਹਿਲੀ ਜਗ੍ਹਾ ਗਿਆ ਸੀ ਨਾ ਸ਼ਾਇਦ ਉਹ ਨਿਊਜ਼ੀਲੈਂਡ ਹੀ ਸੀ ਹੂੰ ਇਹ ਤਾਂ ਮੈਂ ਪਹਿਲੀ ਵਾਰ ਗਿਆ ਸੀ ਤੇ ਮੇਰੇ ਆਸਤੇ ਨਾ ਮੈਨੂੰ ਨਹੀਂ ਸੀ ਉਦੋਂ ਪਤਾ ਮੈਨੂੰ ਇਹ ਹੁਣ ਮੇਰੀ ਸਮਝ ਜੀ ਥੋੜੀ ਡਿਵੈਲਪ ਹੋਣ ਢਈ ਆ ਵੀ ਕਲਚਰ ਵੀ ਓਕੇ ਯੂਰਪ ਚਾਹ ਕਲਚਰ ਆ ਉੱਥੇ ਆ ਕਲਚਰ ਹਨਾ ਵੀ ਉਹ ਲੋਕਾਂ ਦਾ ਰਹਿਣ ਸਹਿਣ ਕਿਦਾਂ ਹੁਣ ਮੈਨੂੰ ਸਮਝ ਆਉਣ ਲੱਗ ਪਿਆ ਵਾ ਹਨਾ ਘੁੰਮ ਫਿਰ ਕੇ ਪਹਿਲਾਂ ਨਹੀਂ ਮੈਨੂੰ ਪਹਿਲਾਂ ਤੇ ਇਦਾਂ ਹੁੰਦਾ ਸੀ ਵੀ ਸ਼ਾਇਦ ਜਿਹੜੀਆਂ ਬਾਹਰਲੀ ਕੰਟਰੀਆਂ ਉਹ ਇੱਕੋ ਜਿਹੀਆਂ ਆਈਆਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮੈਂ ਨਿਊਜ਼ੀਲੈਂਡ ਗਿਆ ਆਹੋ ਮੈਂ ਉੱਥੇ ਹਾਂ ਮੈਨੂੰ ਭਰਾਵਾ ਲੈ ਗਿਆ ਘਰੇ ਮੇਰੇ ਮਾਮੇ ਦਾ ਮੁੰਡਾ ਤੇ ਉਹ ਸਵੇਰੇ ਮੈਂ ਕਹਿੰਦਾ ਉਹ ਕਹਿੰਦਾ ਮੈਂ ਕੰਮ ਤੇ ਜਾਣਾ ਮੈਂ ਕਹਿੰਦਾ ਕੁਛ ਚਾਹ ਚੂ ਮੈਂ ਕਹਿੰਦਾ ਨਹੀਂ ਨਹੀਂ ਮੈਂ ਬਾਹਰੋਂ ਪੀ ਲੂੰਗਾ ਹਨ ਤੇ ਸਾਡੇ ਦੇ ਹੁੰਦਾ ਵੀ ਘਰੋਂ ਨਾਲ ਉਤਰੋ ਘਰੋਂ ਤੁਸੀਂ ਥੱਲੇ ਉਤਰੇ ਆ ਤੇ ਸੱਜੇ ਜਾਂ ਖੱਬੇ ਕੋਈ ਨਾ ਕੋਈ ਬਾਰ ਹੋਣੀ ਆ ਕਾਫੇ ਤੇਰੀ ਆ ਤੇ ਉੱਥੋਂ ਬੈ ਕੇ ਤੁਸੀਂ ਬ੍ਰੇਕਫਾਸਟ ਕਰ ਲਓ ਕਾਫੀ ਪੀ ਲਓ ਹਨ ਤੇ ਕਿਉਂਕਿ ਬਰਵਾ ਯੂਰਪ ਦੇ ਵਿੱਚ ਤੇ ਸ਼ਾਇਦ ਸ਼ਾਇਦ ਕੋਈ ਗਲੀ ਹੁੰਦੀ ਹੋਊਗੀ ਸ਼ਾਇਦ ਸ਼ਾਇਦ ਦੀ ਜਿਹਦੇ ਵਿੱਚ ਤੁਹਾਨੂੰ ਕਾਫੇ ਤੇਰੀਆ ਜਾਂ ਹਨਾ ਨਹੀਂ ਬਾਰ ਇਹੋ ਜਿਹੀ ਨਹੀਂ ਮਿਲਨੀ ਹਨਾ ਵੀ ਉੱਥੇ ਤੇ ਇੰਨਾ ਰਵਾਜ ਹੈ ਹਨਾ ਵੀ ਲੋਕੀ ਬਾਹਰ ਕਾਫੀ ਵਗੈਰਾ ਪੀਂਦੇ ਇਦਾਂ ਕੁਛ ਤੇ ਮੈਂ ਦੋਸੇ ਹਿਸਾਬ ਨਾਲ ਭਰਾਵਾ ਮੈਂ ਮੈਨੂੰ ਕੀ ਪਤਾ ਸੀ ਉਦੋਂ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਵੀ ਇਹ ਸਾਲਾ ਸਬਰਬ ਸਿਸਟਮ ਹੁੰਦਾ ਵਾ ਵੀ ਇਹ ਇਹ ਰਿਹਾਈ ਸ਼ੀ ਰੈਜ਼ੀਡੈਂਸ਼ੀਅਲ ਏਰੀਆ ਹੀ ਹੁੰਦੇ ਆ ਫਿਰ ਮਾਰਕੀਟ ਆਉਂਦੀਆਂ ਮੈਂ ਜੋਨ ਲੱਗਾ ਭਰਾਵਾ ਮੈਂ ਪਾਈਆਂ ਵੀ ਚੱਪਲ ਆ ਫਾਇ ਤੁਰਿਆ ਆ ਜਾਵਾਂ ਉਧਰ ਕਿੰਨੇ ਕਿਲੋਮੀਟਰ ਜਾ ਕੇ ਭਰਾਵਾ ਉਹੀ ਮਾਰਕੀਟ ਜੀ ਆਈ ਦਾ ਸਬਰਬ ਜੀ ਉੱਥੇ ਬਹਿ ਕੇ ਭਰਾਵਾ ਕਾਫੀ ਕੋਈ ਪੀਤੀ ਕਦੋਂ ਦੀ ਗੱਲ ਹੈ ਕਿਹੜੇ ਸਾਲ ਦੀ ਸੈਂਡਵਿਚ ਆ ਖਾ ਇਹ ਯਾਰ ਆਈ ਥਿੰਕ 2018 ਕੇ 19 ਦੀ ਆ ਆਹੋ ਠੀਕ ਆ ਆਹੋ ਫੇਰ ਭਰਾਵਾ ਉੱਥੋਂ ਕਾਫੀ ਡਿਸੈਂਟ ਵੇਜ ਹੈ ਹੈ ਹੁਣ ਉਸ ਟਾਈਮ ਆਈ ਥਿੰਕ ਕਾਫੀ ਚੀਜ਼ਾਂ ਹੈ ਬੰਦੀਆਂ ਸੀ ਹੁਣ ਕਾਫੀ ਚੇਂਜ ਆਇਆ ਹੁਣ ਪ੍ਰੋਬਬਲੀ 5 ਮਿੰਟ ਜਾਂ 10 ਮਿੰਟ ਦੀ ਵੌਕ ਤੇ ਤੁਹਾਨੂੰ ਕੁਛ ਨਾ ਕੁਛ ਮਿਲ ਜੇ ਚਰ ਪਰ ਇਹ ਵੀ ਡਿਪੈਂਡ ਕਰਦਾ ਨਾ ਕਿ ਤੁਸੀਂ ਆਕਲੈਂਡ ਸੀ ਆਕਲੈਂਡ ਤੋਂ ਬਾਹਰ ਸੀ ਏਰੀਆ ਕੜ ਜੇ ਉਹ ਕਿਉਂਕਿ ਉਹ ਇਹ ਆ ਆਕਲੈਂਡ ਦੇ ਬਾਹਰ ਜਿਹਾ ਵਾਰ ਜੇ ਸੀ ਉਹਨਾਂ ਦਾ ਘਰ ਹਣਾ ਜਨੇ ਕੇ ਵੀ ਸ਼ਹਿਰ ਦੇ ਆਈ ਥਿੰਕ ਐਗਜ਼ੈਕਟਲੀ ਬਾਹਰ ਜਈ ਸੀ ਘਰ ਹਨਾ ਉਹ ਸਬਰਬ ਜੀ ਜੜੀ ਤੇ ਇਸੇ ਕਰਕੇ ਹਨਾ ਉਹ ਹੀ ਕੋ ਮਾੜਾ ਨਹੀਂ ਗਾ ਗੱਲ ਇਹ ਵੀ ਕੰਟਰੀਆਂ ਦੇ ਸਿਸਟਮ ਆ ਆਪਣੇ ਹਨਾ ਤੁਹਾਡੇ ਇਦਾਂ ਦਾ ਕੈਨੇਡਾ ਵੀ ਇਦਾਂ ਦਾ ਸਿਸਟਮ ਆ ਆਸਟ੍ਰੇਲੀਆ ਵੀ ਇਦਾਂ ਦਾ ਸਬਰਬ ਟਾਈਪ ਸਿਸਟਮ ਜੇ ਹਨਾ ਉਹ ਸੋਹਣਾ ਵੀ ਲੱਗਦਾ ਠੀਕ ਵੀ ਲੱਗਦਾ ਯੂਰਪ ਦੇ ਵਿੱਚ ਇਸੇ ਕਰਕੇ ਹਲਚਲ ਜੀ ਜ਼ਿਆਦਾ ਹੀ ਲੱਗਦੀ ਆ ਉਹ ਵਿੱਚ ਹੀ ਘਰ ਆ ਵਿੱਚ ਹੀ ਦੁਕਾਨਾਂ ਆ ਵਿੱਚ ਹੀ ਕਾਫੀ ਸ਼ਾਪਾਂ ਵਿੱਚ ਹੀ ਸੁਪਰਮਾਰਕਟਾਂ ਆ ਹਨਾ ਸਾਰਾ ਕੁਝ ਇਦਾਂ ਕਾਲਾ ਮਾਲਾ ਜਾਂ ਕਾਚਾ ਮਾਚਾ ਜਿਹਾ ਹੋਇਆ ਵਾ ਉਹ ਲੋਕੀ ਵਾਸ ਤੁਹਾਨੂੰ ਤੁਰਦੇ ਫਿਰਦੇ ਗਲੀਆਂ ਦੇਹੀ ਜਾਂਦੇ ਔਰ ਰੌਣਕ ਜੀ ਰਹਿੰਦੀ ਹਨ ਇਹ ਚੱਕਰ ਆ ਬਸ ਆਹ ਠੀਕ ਹੈ ਹੁਣ ਚਲੋ ਇਹ ਰਹੀ ਬਿਜ਼ਨਸ ਦੀ ਗੱਲ ਤੁਸੀਂ ਨਾ ਬੁਕਸ ਦੀ ਗੱਲ ਕੀਤੀ ਕਿਹੜੀਆਂ ਆਡੀਬਲ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਮਰਾਠਾ ਵਾਲੇ ਨੇ ਬੜੇ ਤੇ ਸ਼ਾਇਦ ਕਿਹੜੀਆਂ ਬੁਕਸ ਤੁਸੀਂ ਰეკਮੈਂਡ ਕਰੋਗੇ ਹੁਣ ਜਿਹੜਾ ਵੀ ਇਹ ਵੀਡੀਓ ਦੇਖਦਾ ਪਿਆ ਕਿਉਂਕਿ ਮੈਂ ਵੀ ਬੁਕਸ ਬਹੁਤ ਜਾਣਨ ਦਾ ਪੁੱਛਦਾ ਕਿ ਤੁਸੀਂ ਮੈਨੂੰ ਰეკਮੈਂਡ ਕਰੋ ਕੋਈ ਨਾ ਕੋਈ ਮੈਨੂੰ ਕੋਈ ਵਧੀਆ-ਵਧੀਆ ਬੁੱਕ ਦੱਸਦਾ ਜੇ ਮੈਨੂੰ ਰეკਮੈਂਡ ਕਰਨੀ ਹੋਵੇ ਤੁਹਾਡੀ ਕੋਈ ਫੇਵਰਿਟ ਬੁੱਕ ਸੁਣਨ ਵਾਲੇ ਯਾਰ ਮੈਨੂੰ ਨਾ ਮੈਂ ਵੀ ਜਿੱਦਾਂ ਦੇ ਲੋਕੀ ਪੜਦੇ ਬਹੁਤ ਭਾਰੀਆਂ ਭਾਰੀਆਂ ਹਨਾ ਵੀ ਉਹੋ ਜਿਹੇ ਸਾਈਕੋਲੋਜੀਕਲ ਜੀਆਂ ਕਿਤਾਬਾਂ ਮੈਨੂੰ ਉਦਾਂ ਦਾ ਨਹੀਂ ਮੈਨੂੰ ਕੀ ਹੁੰਦਾ ਮੈਨੂੰ ਵੀ ਕੋਈ ਵੀ ਹਨਾ ਵੀ ਕਿਸੇ ਵੀ ਕੋਈ ਵੀ ਗੱਲ ਕਰੇ ਮਾੜੀ-ਮੋੜੀ ਕਿਤਾਬ ਦੀ ਮੈਂ ਆਹ ਕਿਤਾਬ ਪੜੀਏ ਮੈਂ ਨੋਟ ਜੀ ਕਰ ਲਈਦਾ ਹਾਂ ਨਾ ਤੇ ਮੈਂ ਫਿਰ ਉਹ ਲੱਭ-ਲੁੱਭ ਕੇ ਮੈਨੂੰ ਹੁੰਦਾ ਵੀ ਚੱਲ ਯਾਰ ਆਪਾਂ ਸੁਣਦੇ ਹਾਂ ਕੀ ਹੈ ਹਨਾ ਐਦਾਂ ਹੀ ਮੈਂ ਤਾਂ ਯਾਰ ਕੁਕੂ ਐਫ ਐਮ ਜੇ ਤੇ ਪਤਾ ਨਹੀਂ ਕਿੰਨੀਆਂ ਘਾਣਾ ਵੀ ਮੈਂ ਮਕਾਈਆਂ ਹੀ ਕੁਕੂ ਐਫ ਐਮ ਹੈਗਾ ਮੇਰੇ ਕੋਲ ਕੋਕੂ ਐਫ ਐਮ ਤੇ ਸਰਚ ਕਰ ਲਈ ਵੀ ਆ ਤੇ ਕੋਕੂ ਐਫ ਐਮ ਤੇ ਲੱਗੀ ਜਾਈਦਾ ਕਾਫੀ ਚੀਜ਼ਾਂ ਨੇ ਮੈਂ ਆ ਪਿੱਛੇ ਜੇ ਹੁੰਦੀਆਂ ਵੀ ਸਿੰਪਲੀਆਂ ਹੁੰਦੀਆਂ ਵਾ ਮੈਂ ਤਾਂ ਯਾਰ ਗਰੋ ਕਰਨ ਬਾਰੇ ਪੜਦਾ ਰਹੀ ਨਾ ਉਹਨਾਂ ਖੁਦ ਨੂੰ ਗਰੋ ਕਰਨ ਵਾਲੀਆਂ ਹਨ ਜਿਆਦੀਆਂ ਇਹੋ ਜੀਆਂ ਠੀਕ ਹੈ ਤੇ ਉਹਦੇ ਵਿੱਚ ਤੇ ਬਹੁਤ ਘੈਂਟ ਆ ਹੁਣ ਮੈਨੂੰ ਕਈਆਂ ਦੇ ਟਾਈਟਲ ਨਹੀਂ ਚੇਤੇ ਹੋਣੇ ਜਿੱਦਾਂ ਮੈਂ ਲੇਟਸਟ ਇੱਕ ਪੜੀ ਰਿਚ ਹੈਬਿਟਸ ਤੇ ਉਹ ਸੀ ਉੱਤੇ ਕੋਕੂ ਐਫ ਐਮ ਤੇ ਬੜੀ ਵਧੀਆ ਸੀ ਉਹ ਮੈਨੂੰ ਬੜੀ ਵਧੀਆ ਲੱਗੀ ਲੇਟਲੀ ਮੈਂ ਉਹ ਹੀ ਪੜੀ ਬਾਕੀ ਆ ਆ habits habits ਬਾਰੇ ਪਤਾ ਨਹੀਂ ਕਿੰਨੇ ਕਿਦਾਂ ਦੇ ਟਾਈਟਲ ਆ ਲੀਆਂ ਮੈਂ ਪੜੀਆਂ ਹੋਣੀਆਂ ਵਾ ਤੇ ਮੈਨੂੰ ਭਰਾ ਮੈਂ ਐਗਜ਼ੈਕਟਲੀ ਦਿੰਨ ਹੁਣ ਮੈਨੂੰ ਟਾਈਟਲ ਨਹੀਂ ਦਿੱਤੇ ਤੇ ਜੇ ਤੂੰ ਕਾਵੇਂਗਾ ਭਰਾ ਮੈਂ ਤੈਨੂੰ ਉਹਨਾਂ 'ਚ ਫਾਰਵਰਡ ਕਰ ਦੂੰਗਾ ਮੈਨੂੰ ਕਿਹੜੀਆਂ ਚੰਗੀਆਂ ਕਿਉਂਕਿ ਉਹਦੇ ਵਿੱਚ ਨਾ ਵੀ ਇਨਸਾਨ ਸਮਝ ਆਇਆ ਗਿਆ ਵਾ ਕਿ ਅਸਲ ਦੇ ਵਿੱਚ ਇਹੋ ਹੀ ਚੀਜ਼ਾਂ ਹਨਾ ਵੀ ਉਹ ਜਿਵੇਂ ਕਹਿੰਦੇ ਨਾ ਵੀ ਵੀ ਸਕਸੈਸ ਉਹ ਹੀ ਹੈ ਜੋ ਤੁਸੀਂ ਡੇਲੀ ਕਰਦੇ ਆ ਹਨਾ ਜੇ ਤੁਹਾਨੂੰ ਵੀ ਵੀ ਉਹ ਜੋ ਤੁਸੀਂ ਡੇਲੀ ਕਰਦੇ ਆ ਉਹ ਫਿਰ ਤੁਹਾਡੀ ਹੈਬਿਟ ਵੀ ਬਣ ਜਾਂਦੀ ਆ ਤੇ ਸਬਕੌਂਸ਼ੀਅਸ ਮਾਈਂਡ ਕਿਦਾਂ ਵਰਕ ਕਰਦਾ ਹਨਾ ਆ ਇੱਕ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਵੀ ਪੜ੍ਹੀ ਸੀ ਸੱਚਾ ਪਿੱਛੇ ਜਾੜੀ ਬੁੱਕੇਤੀ ਹੈਗੀ ਆ ਉਹ ਵੀ ਤੇ ਇਹ ਜਦੋਂ ਤੁਸੀਂ ਉਹਦੀ ਪਾਵਰ ਨੂੰ ਤੁਸੀਂ ਸਮਝਦੇ ਆ ਵੀ ਯਾਰ ਮੇਰੀ ਸਬਕੌਂਸ਼ੀਅਸ ਮਾਈਂਡ ਵੀ ਵੀ ਕਿੱਡੀ ਵੱਡੀ ਪਾਵਰ ਆ ਵੀ ਉਹ ਵੀ ਆਪਾਂ ਆਪੇ ਕਿਦਾਂ ਵਰਕ ਕਰਦਾ ਰਿਹਿੰਦਾ ਪਰ ਉਹਨੂੰ ਮੈਂ ਹੁਣ ਸਹੀ ਬੰਨੇ ਕਿਦਾਂ ਉਹਦੀ ਪਾਵਰ ਨੂੰ ਯੂਜ਼ ਕਰਾਂ ਹਨਾ ਵੀ ਜੇ ਤੇ ਮੈਂ ਉਹਨੂੰ ਸਬਕੌਂਸ਼ੀਅਸ ਮਾਈਂਡ ਨੂੰ ਆਪਣੇ ਨੂੰ ਵੀਰ ਟਾਈਮ ਵੇਸਟ ਦਾ ਹੀ ਲਾਉਣਾ ਮਤੋਂ ਨੇ ਉਹ ਵੀ ਕਰੀ ਜਾਣਾ ਵਾ ਜੇ ਮੈਂ ਉਹ ਬੜੇ ਸਬਕੌਂਸ਼ੀਅਸ ਮਾਈਂਡ ਤੋਂ ਕੁਝ ਪ੍ਰੋਡਕਟਿਵ ਕਰਾਉਣਾ ਵਾ ਤੇ ਉਹ ਮੈਂ ਕੋ ਕਿੱਦਾਂ ਕਰਾਉਣਾ ਹਨਾ ਐਦਾਂ ਦੀਆਂ ਬੜੀਆਂ ਇੰਟਰਸਟਿੰਗ ਜੇ ਫੈਕਟ ਆ ਆਪਣੀ ਬਾਡੀ ਬਾਰੇ ਮੈਨੂੰ ਸੋ ਇਹੋ ਜੇ ਪੜਦਾ ਰਹਿਣਾ ਵਾ ਤੇ ਉਹ ਉਹਦੇ ਨਾਲ ਪਤਾ ਕੀ ਚੱਕਰ ਜਦੋਂ ਤੂੰ ਕਿਹਾ ਨਾ ਕਿ ਮੈਂ ਲਈ ਦੀਆਂ ਮੇਰੇ ਕੋ ਉਹ ਨਹੀਂ ਕਰਨ ਨੂੰ ਜੀ ਕਰਦਾ ਉਹ ਨਹੀਂ ਕਰਦਾ ਉਹ ਸਾਰਿਆਂ ਨੂੰ ਹੁੰਦਾ ਵਾ ਇਹ ਇਹ ਜੀਆਂ ਚੰਗੀਆਂ ਕਿਤਾਬਾਂ ਚਪੇੜਾ ਹੁੰਦੀਆਂ ਮੂੰਹ ਤੇ ਉਹ ਉਹ ਚੀਪੜਾਂ ਇਦਾਂ ਹੁੰਦੀਆਂ ਵਾ ਕਿ ਉਹ ਆਪਾਂ ਨੂੰ ਚੇਤਾਜਾ ਕਰਾਉਂਦੀਆਂ ਰਹਿੰਦੀਆਂ ਹੁਣ ਮੈਂ ਕਈ ਇਦਾਂ ਦੀਆਂ ਕਿਤਾਬਾਂ ਜਿਹੜੀਆਂ ਮੈਂ ਕਈ ਵਾਰੀ ਪੜ੍ਹ ਲਈਆਂ ਵਾ ਤਾਂ ਉਹ ਮੈਂ ਆਪਣੇ ਸੇਵ ਕਰਕੇ ਰੱਖੀਆਂ ਵਾ ਉਹ ਮੈਂ ਦੁਬਾਰਾ ਫੇਰ ਸੁਣ ਲੈਣਾ ਹੁਣ ਉਹ ਇਸੇ ਕਰਕੇ ਉਹ ਮੈਨੂੰ ਫੇਰ ਉਹ ਯਾਦ ਕਰਾਉਂਦੀ ਇੱਕ ਵਾਰੀ ਤੁਸੀਂ ਇੱਕ ਵਾਰੀ ਹੀ ਰੀਟੇਨ ਕਰਨਾ ਬੁੱਕ ਨਾਲ ਬੜੀ ਟਫ ਚੀਜ਼ ਆ ਹੁਣ ਅਗਰ ਕੋਈ ਬੋਲੀ ਜਾ ਰਿਹਾ ਆ ਆਡੀਓ ਬੁੱਕ ਤੇ ਸੁਣਦੇ ਪਏ ਆ ਕਦੇ ਕਦੇ ਧਿਆਨ ਇੱਧਰ ਤੁਰ ਹੋ ਜਾਂਦਾ ਤੇ ਮੈਂ ਕਾਫੀ ਬੁੱਕਸ ਨੇ ਜੇ ਮੈਂ ਦੁਬਾਰਾ ਸੁਣਨਾ ਦੂਜੀ ਵਾਰੀ ਕੋਈ ਹੋਰ ਚੀਜ਼ ਹੁੰਦੀ ਆ ਤੀਜੀ ਆ ਰਿ ਕੁਛ ਮੈਂ ਹੋਰ ਕੱਢਦਾ ਹਾਂ ਉਹਦੇ ਵਿੱਚੋਂ ਤੇ ਇੱਕ ਤੁਹਾਡੀ ਮਾਤ ਦੇਖੀ ਤੁਹਾਨੂੰ ਲਿਖਣ ਦੀ ਬੜੀ ਆਤ ਹੈ ਜੋ ਬੜੀ ਸੋਹਣੀ ਆਤ ਲੱਗਦੀ ਮੈਨੂੰ ਕਿ ਪੈਨ ਬੰਦ ਦੇ ਨਾਲ ਹੋਵੇ ਨਾਲੇ ਉਸੇ ਟਾਈਮ ਨੋਟ ਕਰ ਲਿਆ ਉਹ 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 ਯਾਰ ਹਾਂ ਇਹ ਇਹ ਕੰਮ ਬਹੁਤ ਵਧੀਆ ਵਾ ਸੱਚੀ ਗੱਲ ਹੈ ਜਦੋਂ ਤੁਸੀਂ ਆ ਪੈਨ ਹਾਂ ਇਹ 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 ਚੀਜ਼ ਵੀ ਮੈਂ ਇਨ੍ਹਾਂ ਕਿਤਾਬਾਂ ਕਤੂਬਾਂ ਤੋਂ ਹੀ ਸਿੱਖੀ ਆ ਵੀ ਇਹ ਇਹ ਕੰਮ ਬਹੁਤ ਵਧੀਆ ਤੁਹਾਨੂੰ ਚੰਗਾ ਲੱਗਦਾ ਤੁਹਾਨੂੰ ਲਿਖਣਾ ਤੁਹਾਨੂੰ ਕੁਝ ਤੁਹਾਨੂੰ ਜਦੋਂ ਤੁਸੀਂ ਲਿਖਦੇ ਆ ਉਹ ਜਿਵੇਂ ਕਹਿੰਦੇ ਨਾ ਇਹ ਵੀ ਇੱਕ ਕਿਤਾਬ ਜਿਹਦੇ ਸੁਣਿਆ ਸੀ ਵੀ ਜਿਹੜੀ ਚੈਕਲਿਸਟ ਆ ਜੇ ਤੁਸੀਂ ਹੱਥੀਂ ਕ੍ਰੀਏਟ ਕਰੋ ਫੋਨਾਂ ਦੇ ਵੀ ਹੈਗੀ ਆ ਪਰ ਜੇ ਜੇ ਤੁਸੀਂ ਹੱਥੀਂ ਕ੍ਰੀਏਟ ਕਰਦੇ ਹੋ ਤੇ ਜਦੋਂ ਕਾਟਾ ਮਾਰਦੇ ਆ ਉਹ ਤੁਸੀਂ ਤੁਹਾਨੂੰ ਇੱਕ ਫੀਲਿੰਗ ਆਉਂਦੀ ਉਹ ਚੀਜ਼ ਨੂੰ ਅਕੰਪਲਿਸ਼ ਕਰਨ ਦੀ ਹਨਾ ਸੋ ਆਹੇ ਜਿਵੇਂ ਤੋਂ ਚੈਕਲਿਸਟ ਦੀ ਵੀ ਗੱਲ ਕਰਕੇ ਹਟਿਆ ਵੀ ਇਹ ਜਿਹੇ ਨਿੱਕੀਆਂ ਨਿੱਕੀਆਂ ਚੀਜ਼ਾਂ ਆ ਜੜੀਆਂ ਤੁਹਾਡੇ ਚੇਂਜ ਲਿਆਉਂਦੀਆਂ ਮੈਂ ਲਿਖਣ ਚ ਵੀ ਸਾਰਿਆਂ ਨੂੰ ਆਖੂਗਾ ਭਾਈ ਹਾਂਜੀ ਲਿਖਣ ਦਾ ਲਿਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਕਿਉਂਕਿ ਇਧਰਲੇ ਜਦੋਂ ਮੈਂ ਦੇਖਦਾ ਨਾ ਹੁਣ ਨਵੇਂ ਨਿਆਣੇ ਉੱਠਦੇ ਆ ਮੈਂ ਉਹ ਮੈਂ ਕਿਸੇ ਦਾ ਕੌਂਟਰੈਕਟ ਬਣਾਵਾ ਕਿ ਇਹਨੂੰ ਹਾਇਰ ਕਰਨਾ ਹੋਵੇ ਤੇ ਐਂਡ ਤੇ ਸਾਈਨ ਮਾਰਦੇ ਤੇ ਇਦਾਂ ਸਾਈਨ ਉਹ ਕਰਦੇ ਜਿੱਦਾਂ ਕੋਈ ਕੇਜੀ ਦਾ ਬੱਚਾ ਨਹੀਂ ਨਰਸਰੀ ਦਾ ਕਿਉਂਕਿ ਉਹ ਉਹ ਗਿੱਜੇ ਆ ਟਾਈਪ ਕਰਨਾ ਅੱਛਾ 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 ਟਾਈਪ ਹੁਣ ਮੀਰ ਸਰ ਅਹੀ ਕੰਪਿਊਟਰਾਂ ਤੇ ਨਹੀਂ ਪੜੇ ਆਪਾਂ ਲਿਖਦੇ ਹੀ ਆ ਤੇ ਜਦੋਂ ਮੈਂ ਕਦੇ-ਕਦੇ ਲਿਖਾਂ ਨਾ ਤੇ ਮੈਨੂੰ ਸਪੈਲਿੰਗ ਨਹੀਂ ਪਤਾ ਹੁੰਦੇ ਕਿਸ ਚੀਜ਼ ਤੇ ਉਥੱਲੇ ਰੈੱਡ ਆਈ ਜਾਊਗਾ ਨਾ ਕਿ ਸਪੈਲਿੰਗ ਗਲਤ ਆ ਜੋ ਕੀਬੋਰਡ ਤੇ ਮੈਂ ਲਿਖਦਾ ਤੇ ਹੱਥ ਨੂੰ ਮੇਰੇ ਨੂੰ ਪਤਾ ਹੁੰਦਾ ਜਦੋਂ ਮੈਂ ਲਿਖਦਾ ਪੈਨ ਨਾਲ ਮਸਲ ਮੈਮਰੀ ਹੂੰ ਲਿਖਣਾ ਬੜਾ ਇੰਪੋਰਟੈਂਟ ਆ ਤੇ ਮੈਂ ਤੇ ਹਮੇਸ਼ਾ ਇੱਕ ਪੈਨ ਆਪਣੇ ਨਾਲ ਕੈਰੀ ਕਰਕੇ ਰੱਖਦਾ ਚਲੋ ਭਾ ਯੂਜ਼ ਕਰਾਂ ਜਾਂ ਨਾ ਕਰਾਂ ਪਰ ਤੁਹਾਡੀ ਇਹ ਆਤਮੇ ਨੂੰ ਬੜੀ ਵਧੀਆ ਲੱਗੀ ਹੁਣ ਤੁਸੀਂ ਮੈਂ ਬੁੱਕ ਦਾ ਨਾਮ ਵੀ ਲਿਆਣਾ ਤੁਸੀਂ ਨਾਲੇ ਨੋਟ ਕਰ ਲਿਆ ਮੈਂ ਕਿਹਾ ਯਾਰ ਮੈਂ ਹੋਂਦ ਨੂੰ ਉਹ ਹੀ ਆਦਾ ਬੰਦਾ ਬੰਦਾ ਪਹਿਲਾਂ ਹੀ ਆ ਸਾਰਿਆਂ ਕੋਲ ਲਿਖ ਕੇ ਟਿਆ ਹਾਂ ਤੇ ਉਹ ਉਹਨੇ ਨਹੀਂ ਇਹ ਵਧੀਆ ਆਤਾ ਹਨਾ ਮੈਂ ਤੇ ਦੋ ਤਿੰਨ ਚੀਜ਼ਾਂ ਵੇਖ ਮੈਂ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਸਿੱਖਿਆ ਹਨਾ ਇੱਕ ਤੇ ਆਲਵੇਜ਼ ਹਨਾ ਵੀ ਵੱਡਾ ਹੀ ਸੋਚੋ ਹਨਾ ਆ ਇਹ ਨਾ ਸੋਚੋ ਕਿ ਮੈਂ ਇੰਨਾ ਹੀ ਕਰ ਸਕਦਾ ਜਾਂ ਹਨਾ ਥੋੜਾ ਜਿਹਾ ਵੱਡਾ ਸੋਚ ਲੋ ਵੀ ਹਾਂ ਯਾਰ ਚੀਜ਼ਾਂ ਪੋਸੀਬਲ ਤੇ ਇੱਕ ਜ਼ਿੰਦਗੀ ਦੇ ਵਿੱਚ ਮੈਂ ਇੱਕ ਆ ਬੜੀ ਵਧੀਆ ਚੀਜ਼ ਆ ਟੂ-डू ਲਿਸਟ ਮੈਂ ਕਦੀ ਕਦੀ ਕੁਝ ਟਾਈਮ ਲਈ ਮੈਂ ਵੀ ਇਗਨੋਰ ਕਰ ਜਾਂਦਾ ਹੁੰਨਾ ਹੂੰ ਵੀ ਕਦੀ ਕਦੀ ਮੈਂ ਯੂਜ਼ ਕਰਨੀ ਛੱਡ ਜਾਂਦਾ ਪਰ ਜਦੋਂ ਤੁਸੀਂ ਆ ਡੇਲੀ ਲਾਈਫ ਦੇ ਵਿੱਚ ਟੂ-डू ਲਿਸਟ ਬਣਾਉਣੀ ਸਟਾਰਟ ਕਰ ਦੋਗੇ ਨਾ ਤਾਂ ਤੁਸੀਂ ਮੇਰੇ ਖਿਆਲ ਨਾਲ ਕਈ ਗੁਣਾ ਪ੍ਰੋਡਕਟਿਵ ਹੋ ਜਾਂਦੇ ਆ ਹੂੰ ਬਹੁਤ ਜ਼ਿਆਦਾ ਕਿਉਂਕਿ ਆਈ ਥਿੰਕ ਤੁਹਾਡੀ ਬਹੁਤ ਸਾਰੀ એનર્ਜੀ ਵੀ ਇੱਕ ਤਾਂ ਤੁਸੀਂ ਉਦਾਂ ਹੀ ਭਟਕਦੇ ਰਹਿੰਨੇ ਆ ਹਨਾ ਇਦਾਂ ਹੀ ਤੇ ਜਿਹੜੀ ਟੂ-ਡੂ ਲਿਸਟ ਆ ਉਹ ਇਦਾਂ ਭਟਕਣਾ ਹਟਾ ਆਂਦੀ ਆ ਹਨਾ ਬੰਦੇ ਨੂੰ ਉਹ ਰਸਤਾ ਉਹਨ ਪਤਾ ਹੁੰਦਾ ਮੈਂ ਕੀ ਕਰਨਾ ਇਹ ਇੱਕ ਜਦੋਂ ਬੰਦੇ ਹਾਂ ਇੱਕ ਇੱਕ ਫਿਰ ਜਦੋਂ ਬੰਦੇ ਦਾ ਕਈ ਕੁਝ ਕਰਨ ਨੂੰ ਵੀ ਜੀ ਕਰਦਾ ਵਾ ਤੇ ਜੇ ਉਹ ਲਿਸਟ ਨਹੀਂ ਹੁੰਦੀ ਤਾਂ ਉਹ ਤਾਂ ਕਿੰਨਾ ਟਾਈਮ ਇਹੀ ਸੋਚਣ ਚ ਗਵਾ ਜਾਂਦਾ ਮੈਂ ਕਰਨਾ ਕੀ ਆ ਕੀ ਕਰਾਂ ਕਰਾਂ ਕੀ ਆ ਹਨਾ ਵੀ ਮੈਂ ਕਿੱਥੋਂ ਸਟਾਰਟ ਕਰਾਂ ਹਾਂ ਤੇ ਇਹ ਉਹ ਬੜਾ ਵਧੀਆ ਕੰਮ ਹਾਂ ਮੇਰੇ ਖਿਆਲ ਨਾਲ ਜਿਹੜਾ ਵੀ ਚਾਹੇ ਜੋ ਮਰਜ਼ੀ ਕਰਦਾ ਨਾ ਕੁਝ ਹੋਰ ਆਦਤ ਅਪਣਾਵੇ ਨਾ ਅਪਣਾਵੇ ਟੂ-ਡੂ ਲਿਸਟ ਵਾਲੀ ਆਦਤ ਬਣਾ ਲੈ ਨਾ ਉਹ ਬਹੁਤ ਬੀ ਬਹੁਤ ਪ੍ਰੋਡਕਟਿਵ ਹੈ ਉਹ ਕੰਮ ਠੀਕ ਨਹੀਂ ਮੈਂ ਵੀ Google ਤੇ ਕੋਸ਼ਿਸ਼ ਮੇਰੀ ਹੁੰਦੀ Google ਤੇ ਮੈਂ ਬਣਾਈ ਟੂ-ਡੂ ਲਿਸਟ ਆ ਵੀ ਕਰਨਾ ਆ ਵੀ ਕਰਨਾ ਆ ਵੀ ਕਰਨਾ ਆਈ ਥਿੰਕ ਡਾਇਰੀ ਲਾਉਣਾ ਹਮ ਆਈ ਥਿੰਕ ਮੈਨੂੰ ਪਹਿਲਾਂ ਡਾਇਰੀ ਬਾਈ ਕਰਨੀ ਚਾਹੀਦੀ ਲਿਖਣਾ ਬਹੁਤ ਜ਼ਰੂਰੀ ਹੈ ਇੱਕ ਨਾ ਮੈਂ ਇੱਥੇ ਹੀ ਥੋੜਾ ਇਰ ਯਾਰ ਹੁਣ ਹੁਣ ਮੈਂ ਹਾਂਜੀ ਸੌਰੀ ਮੈਂ ਨਾ ਇਹਨੂੰ ਆਪਣੇ ਇਹਨੂੰ ਮੈਂ ਕੰਪਲੀਟ ਕਰਦਾ ਸੌਰੀ ਜਿੱਦਾਂ ਮੈਂ ਕਹਾ ਸੋਚਨ ਨੂੰ ਮੈਂ ਹੁਣ ਵੀ ਮੈਨੂੰ ਕਈ ਜਣੇ ਸਟਾਰਟਿੰਗ ਦੇ ਵਿੱਚ ਆਂਦੇ ਸੀ ਮੈਂ ਨਾ ਉੱਥੇ ਆਫਿਸ ਲੈ ਕੇ ਰੈਂਟ ਤੇ ਰੱਖਿਆ ਉੱਥੇ ਆਫਿਸ ਆ ਤੇ ਆਫਿਸ ਨੂੰ ਮੈਂ ਆਪਣਾ ਪਰਸਨਲੀ ਯੂਜ਼ ਕਰਦਾ ਆਪਣੇ ਕੰਮਾਂ ਲਈ ਜਾਂ YouTube ਲਈ ਤੇ ਕਈ ਵਾਰੀ ਮੈਂ ਮਹੀਨਾ ਮੈਂ ਹੁਣ ਮੈਂ ਇੱਥੇ ਮਹੀਨਾ ਇੰਡੀਆ 'ਵਾਂ ਮੰਨ ਲਾ ਤੇ ਮੈਂ ਉਹਦਾ ਰੈਂਟ ਦੇਣਾ ਮੈਂ ਹਨਾ ਤੇ ਮੈਨੂੰ ਕੋਈ ਉਹਦੇ ਕਈ ਉਹ ਆਖਣਗੇ ਵੀ ਇਹ ਵੇਸਟ ਆਫ ਮਨੀ ਹੈ ਹਨਾ ਵੀ ਤੂੰ ਉਹਨੂੰ ਕਈ ਵਾਰੀ ਤੂੰ ਆਉਂਦਾ ਹੀ ਨਹੀਂ ਮਹੀਨਾ ਮਹੀਨਾ ਲੌਕ ਰਹਿੰਦਾ ਹਨਾ ਉਥੇ ਜਾਂਦਾ ਹੀ ਨਹੀਂਗਾ ਤੇ ਇਵਨ ਜਦੋਂ ਮੈਂ ਲਿਆ ਵੀ ਸੀ ਮੈਨੂੰ ਕਈ ਜਾਣੇ ਆਖਣ ਲੈ ਦੂੰ ਰੈਂਟ ਕੱਲ ਹੀ ਦੇਣਾ ਬੇਵਕੂਫਾ ਤੂੰ ਆਪਣੇ ਰੈਸਟੋਰੈਂਟ ਦੇ ਪਿੱਛੇ ਸਟੋਰ ਹੈਗਾ ਜਿੱਦੋਂ ਕੰਮ ਕਰਨਾ ਉੱਥੇ ਹੀ ਕਰਕੇ ਬਹਿ ਕੇ ਕਰ ਸਕਦਾ ਤੂੰ ਮੰਨ ਲਾ ਕੋਈ ਕਾਗਜ਼ੀ ਕੰਮ ਹੀ ਕਰਨਾ ਤੇ ਮੈਂ ਉਹਨਾਂ ਨੂੰ ਮੈਨੂੰ ਪਹਿਲਾਂ ਤੇ ਗੱਲ ਬੜੀ ਬੁਰੀ ਲੱਗਦੀ ਹੁੰਦੀ ਸੀ ਵੀ ਯਾਰ ਪਹਿਲਾਂ ਮੈਂ ਮੰਨ ਲਓ ਵੀ ਉਹ ਰੈਸਟੋਰੈਂਟ ਤੇ ਬੈਠਾ ਮੈਂ ਮੇਨ ਡਾਈਨਿੰਗ ਏਰੀਆ 'ਚ ਕੁਝ ਕਰਨ ਦੇ ਆ ਗਾਹ ਕੌਣੇ ਸ਼ੁਰੂ ਹੋ ਗਏ ਫਿਰ ਮੈਂ ਆਪਣਾ ਚੱਕ ਕੇ ਸਾਰਾ ਜੁੱਲੀ ਬਿਸਤਰਾ ਪਿੱਛੇ ਜਾਵਾਂ ਪਿੱਛੇ ਫਿਰ ਭਾਂਡਿਆਂ ਦਾ ਖੜਾਕਾ ਹੋਣ ਡਿਆ ਕੋਈ ਕੁਸ਼ ਹੋਣ ਡ ਵੀ ਨਹੀਂ ਯਾਰ ਵੀ ਮੈਨੂੰ ਪਰ ਵਧੀਆ ਸਪੇਸ ਚਾਹੀਦੀ ਕੰਮ ਕਰਨ ਨੂੰ ਹਨਾ ਵੀ ਜਿਹੜੇ ਮੈਂ ਕੰਮ ਕਰਨੇ ਆ ਤੇ ਪਰ ਚੱਕਰ ਇਹ ਹੁੰਦਾ ਵੀ ਉਹ ਜਿਹੜਾ ਕਿਰਾਇਆ ਜਿੱਦਾਂ ਤੂੰ ਕਿਹਾ ਸੀ ਉਹ ਇੱਥੇ ਉਹ ਤੇਰੇ ਵਾਲੀ ਥੇਰੀ ਆ ਜਾਂਦੀ ਹੈ ਵੀ ਤੁਸੀਂ ਮੰਨ ਲਾ ਵੀ ਡਾਂਗ ਤੇ ਪੈਸੇ ਖਰਚ ਲਏ ਆ ਹੁਣ ਤੁਹਾਨੂੰ ਪਤਾ ਮੈਨੂੰ ਕੋਈ ਕੰਮ ਕਰਨਾ ਪੈਣਾ ਇਹ ਡਾਂਗ ਤੇ ਪੈਸੇ ਕਵਰ ਕਰਨ ਵਾਸਤੇ ਸੋ ਮੈਂ ਉਸੇ ਤਰੀਕੇ ਨਾਲ ਆਫਿਸ ਤੇ ਖਰਚੇ ਜਦੋਂ ਮੈਂ ਉੱਥੇ ਹੁੰਨਾ ਮੈਨੂੰ ਪਤਾ ਹੁੰਦਾ ਯਾਰ ਵੀ ਇਹ ਇਹ ਆਫਿਸ ਆ ਆਫਿਸ ਇੱਥੇ ਹੁਣ ਮੈਨੂੰ ਕੁਝ ਆਫਿਸ ਵਾਲਾ ਹੀ ਕੁਝ ਨਾ ਕੁਝ ਕਰਨਾ ਪੈਣਾ ਵੱਡਾ ਹੀ ਕੁਝ ਕਰਨਾ ਪੈਣਾ ਹਨਾ ਉੱਥੇ ਮੈਂ ਬੈਠਾ ਬਸ ਆਈਡੀਆ ਕੁਛ ਨਾ ਕੁਛ ਲੜਾਉਣਾ ਰਹਿਣਾ ਮੈਂ ਉੱਥੇ ਮੈਂ ਆਪਣਾ ਇੱਕ ਸਾਹਮਣੇ ਇੱਕ ਚਾਕਬੋਰਡ ਜਿਹਾ ਰੱਖਿਆ ਵਾ ਹੂੰ ਉੱਥੇ ਟੰਗਿਆ ਵਾ ਉਹ ਚਾਕਬੋਰਡ ਤੇ ਮੈਂ ਲਿਖਿਆ ਵੀ ਮੈਂ ਆੜੇ ਸਾਲ ਦੇ ਵਿੱਚ ਕੜੇ-ਕੜੇ ਕੰਮ ਕਰਨੇ ਆ ਉਹ ਲਿਖਿਆ ਤੇ ਇੱਕ ਦੋ ਮੈਂ ਚੰਗੀਆਂ-ਚੰਗੀਆਂ ਕੋਰਸ ਲਾਇਏ ਆ ਨਾ ਵੀ ਵੀ ਆ ਲਿਖਿਆ ਤੇ ਉਹ ਕੰਮ-ਕੁਮ ਕਰਦੇ ਉਹਨਾਂ ਦਾ ਧਿਆਨ ਪੈ ਜਾਂਦਾ ਵਾ ਤੇ ਉਹ ਫੇਰ ਉਹ ਮਾੜੀ ਜੀ ਉਹ ਪੋਛ ਦੇਣ ਦੀਆਂ ਔੜੀਆਂ ਚੀਜ਼ਾਂ ਹਨ ਨਹੀਂ ਸਹੀ ਹੈ ਭਾਜੀ ਮੈਂ ਵੀ ਪਹਿਲਾਂ ਹੁਣ ਡਾਇਰੀ ਨਵੇਂ ਸਾਲ ਤੋਂ ਮੈਂ ਵੀ ਇਹ ਕਰਦਾ ਵਾਂ ਇੱਕ ਡਾਇਰੀ ਲਿਆਉਂਦਾ ਵਾਂ ਤੇ ਇੱਕ ਵਾਈਟ ਬੋਰਡ ਲਿਆਉਂਦਾ ਵਾਂ ਕਮਰੇ ਵਾਸਤੇ ਬੜਾ ਇੰਪੋਰਟੈਂਟ ਹੈ ਸਾਹਮਣੇ ਟੂ-ਡੂ ਹੈ ਨਾ ਛੋਟੇ ਛੋਟੇ ਚੀਜ਼ਾਂ ਕੰਪਲੀਟ ਨਾਲੇ ਕਰਦੇ ਰਹੋ ਹਾਂ ਹਾਂ ਆਈ ਥਿੰਕ ਆਪਾਂ ਜੈਨੇਟਿਕਲੀ ਇਦਾਂ ਹੀ ਆ ਸਾਰੇ ਸੁਸਤੀ ਹੁੰਦੇ ਬੰਦੇ ਹਨਾ ਇਨਸਾਨ ਹੁੰਦਾ ਇਦਾਂ ਦਾ ਹੀ ਆ ਬਸ ਇਹੋ ਹੀ ਹੈ ਵੀ ਕੌਣ ਕਿੰਨੂੰ ਹਨਾ ਕਿਦਾਂ ਆਪਣੇ ਆਪ ਨੂੰ ਲਾਈਨ ਤੇ ਰੱਖਦਾ ਟਰੈਕ ਤੇ ਰੱਖਦਾ ਹਨਾ ਇਹੋ ਹੀਆਂ ਚੀਜ਼ਾਂ ਆਪਾਂ ਨੂੰ ਟਰੈਕ ਤੇ ਰੱਖਦੀਆਂ ਬਸ ਇਹ ਹੀ ਫਰਕ ਆ ਹੂੰ ਨਹੀਂ ਉਹ ਗੱਲ ਤੇ ਜਿੱਦਾਂ ਆਫਿਸ ਦੀ ਗੱਲ ਕੀਤੀ ਨਾ ਪੈੰਡੂ ਕੈਨੇਡੀਅਨ ਦੀ ਵੀ ਮੈਂ ਦੇਖਣ ਦਾ ਹੈ ਵੀਡੀਓ ਕਿ ਦੱਸਦਾ ਹੈ ਕਿ ਖਰਚੇ ਤੇ ਰਹਿਣੇ ਉਹ ਨਹੀਂ ਬਟ ਆਮਦਨੀ ਜ਼ਿਆਦਾ ਕਰਨ ਦੇ ਸਰੋਤ ਲੱਭੋ ਠੀਕ ਹੈ ਤੇ ਇੱਕ ਪੁਸ਼ ਹੋ ਗਿਆ ਇੱਕ ਇਹ ਚੀਜ਼ ਹੋ ਗਈ ਤੇ ਇੱਕ ਬੰਦੇ ਨੇ ਮੈਨੂੰ ਸੋੰਦਾ ਪਿਆ ਹੈ ਕਹਿੰਦਾ ਕਿ ਅਗਰ ਤੁਸੀਂ ਟੋヨタ ਲੈਣੀ ਹੈ ਟੋヨタ ਦੀ ਜਗ੍ਹਾ ਤੁਸੀਂ ਆਡੀ ਲਓ ਮਰਸੀਜ਼ ਲਓ ਮਹਿੰਗੀਆਂ ਚੀਜ਼ਾਂ ਲਓ ਤਾਂ ਕਿ ਉਹਦੇ ਪੈਸੇ ਪੂਰੇ ਕਰਨ ਵਾਸਤੇ ਤੁਹਾਡੇ ਉੱਤੇ ਡਰਾਈ ਵੀ ਹੋਵੇ ਨਾ ਕਿ ਇਹਦੇ ਹੁਣ ਪੈਸੇ ਤੇ ਪੂਰੇ ਕਰਨੇ ਹੀ ਪੈਣੇ ਆ ਫਿਰ ਤੁਸੀਂ ਹੋਰ ਲੱਭੋਗੇ ਤੁਸੀਂ ਜਿੰਨ ਚਿਰ ਬੰਦਾ ਡੈਸਪਰੇਟ ਨਹੀਂ ਹੁੰਦਾ ਨਾ ਉਹਨਾਂ ਜੇ ਕੋਈ ਵੀ ਬੰਦਾ ਕੰਮ ਕਰਕੇ ਨਹੀਂ ਰਾਜੀ ਹੈਗਾ ਜਾਂ ਦੇ ਡਾਂਗ ਚਾਹੀਦੀ ਪਿੱਛੇ ਜਾਂ ਅੱਗੇ ਕੈਰਟ ਚਾਹੀਦੀ ਆਹ ਨਹੀਂ ਨਹੀਂ ਮੈਂ ਚੱਲ ਮੈਂ ਹਾਂ ਤਾਂ ਮੈਂ ਇਹ ਨਹੀਂ ਚਾਹੁੰਦਾ ਮੇਰੀ ਇਦਾਂ ਦੀ ਨਹੀਂ ਹੈਗੀ ਵੀ ਹਣਾ ਵੀ ਆਪਾਂ ਮਹਿੰਗੀਆਂ ਚੀਜ਼ਾਂ ਲੈ ਕੇ ਤੇ ਬਾਅਦ ਉਹਦੇ ਖਰਚੇ ਉਹ ਮਹਿੰਗੀ ਚੀਜ਼ ਇਦਾਂ ਦੀ ਹੋਵੇ ਵੀ ਜੜੀ ਤੁਹਾਡੇ ਆਸਤੇ ਪੈਸੇ ਲਿਆ ਸਕੇ ਹਣਾ ਤੇ ਹੁਣ ਪਿੰਡੂ ਕੈਨੇਡੀਅਨ ਦੀ ਤੂੰ ਕਿੱਡੀ ਵਧੀਆ ਐਗਜ਼ਾਮਪਲ ਦਿੱਤੀ ਹੁਣ ਉਹ ਵੀ ਬੰਦਾ ਕੋਈ ਬਹੁਤਾ ਬਹੁਤੇ ਕੰਮ ਖੋਲਣ ਲੱਗਿਆ ਸੋਚਦਾ ਨਹੀਂਗਾ ਉਹਨੂੰ ਕੋਈ ਕਹਦੇ ਨਾ ਆਪਾਂ ਫਲਾਣਾ ਚੈਨਲ ਖੋਲਣਾ ਆਪਾਂ ਟੀਵੀ ਚੈਨਲ ਖੋਲਦੀ ਉਹਨਾਂ ਕਹਿੰਦਾ ਚਲੋ ਚਲੋ ਉਹਨਾਂ ਦੇ ਅੱਜ ਕਹਿਣ ਨੂੰ ਕਮੇਗਾ ਕੀ ਉਹ ਅਗਲੇ ਨੂੰ ਕਹਣਾ ਕੋਈ ਨਾਲ ਦਾ ਪੁੱਛੂਗਾ ਉਹ ਭਰਾਵਾ ਟੀਵੀ ਚੈਨਲ ਆ ਬੂਆ ਨਹੀਂ ਖੋਲਣਾ ਕਿਸੇ ਕਮਰੇ ਦਾ ਹਾਂ ਨਹੀਂ ਉਹ ਕਿ ਇੰਦੇ ਨਾ ਕਿ ਜਿਹੜਾ ਬਹੁਤ ਜ਼ਿਆਦਾ ਸਿਆਣਾ ਬੰਦਾ ਹੁੰਦਾ ਨਾ ਬਹੁਤ ਜ਼ਿਆਦਾ ਪੜਿਆ ਲਿਖਿਆ ਬੰਦਾ ਹੁੰਦਾ ਉਹ ਇੰਨਾ ਦਾ ਸਕਸੈਸਫੁਲ ਨਹੀਂ ਹੁੰਦਾ ਹਾਂ ਕਿਉਂ ਨੂੰ ਕਿਉਂਕਿ ਉਹਨੂੰ ਹਰ ਇੱਕ ਚੀਜ਼ ਦੇ ਫਾਇਦੇ ਤੇ ਨੁਕਸਾਨ ਵੀ ਪਤਾ ਆ ਉਹਨੇ ਕੰਮ ਕਰਨ ਤੋਂ ਪਹਿਲਾਂ ਉਹ ਨੁਕਸਾਨ ਪਹਿਲਾਂ ਗਿਣ ਲੈਣਾ ਕਿ ਇਹਦੇ ਕੀ ਕੀ ਨੁਕਸਾਨ ਆ ਪਰ ਜਿਹੜਾ ਬੰਦਾ ਪੈਸ਼ਨ ਰੱਖਦਾ ਨਾ ਕਿਸੇ ਚੀਜ਼ ਦਾ ਉਹਨੂੰ ਨੁਕਸਾਨ ਨਹੀਂ ਦੇਖਣਾ ਉਹਨੇ ਕਰਨਾ ਹੀ ਕਰਨਾ ਹਾਂ ਉਹਦੇ ਚਾਂਸਸ ਸਕਸੈਸਫੁਲ ਹੋਣ ਦੇ ਬਹੁਤ ਜ਼ਿਆਦਾ ਆ ਨਹੀਂ ਨਹੀਂ ਇਦਾਂ ਹੀ ਇਦਾਂ ਹੀ ਐਗਜ਼ੈਕਟਲੀ ਉਹ ਹੀ ਤੈਨੂੰ ਕਹਾਂ ਨਾ ਵੀ ਇਹਦੇ ਵਿੱਚ ਥੋੜਾ ਜਿਹਾ ਸਨਕੀ ਹੋਣਾ ਬਿਜ਼ਨਸ ਦੇ ਵਿੱਚ ਤੁਹਾਨੂੰ ਰਿਸਕ ਲੈਣਾ ਆਉਣਾ ਚਾਹੀਦਾ ਹਾਂ ਚਲੋ ਪਾਜੀ ਆਲਮੋਸਟ 1 ਘੰਟਾ ਹੋ ਗਿਆ ਤੇ ਆਪਾਂ ਹਾਂ ਹਾਂ ਠੀਕ ਆ ਥੈਂਕ ਯੂ ਹਾਂ ਮੈਨੂੰ ਵੀ ਵਿੱਚ ਕਿੰਨੇ ਹੀ ਫੋਨ ਆਈ ਜਾਂਦੇ ਆ ਤੇ ਬੈਟਰੀ ਵੀ ਸਵੇਰ ਮੋਕੀ ਚੱਲੀ ਸੀ ਹਾਂ ਠੀਕ ਤੇ ਇਹਨੂੰ ਆਪਾਂ ਕੰਕਲੂਡ ਕਰੀਏ ਤੇ ਮੈਂ ਇਹੀ ਕਹਾਂਗਾ ਕਿ ਇਫ ਪੋਸੀਬਲ ਤੁਸੀਂ ਆਪਣੇ ਚੈਨਲ ਦੇ ਉੱਤੇ ਨਾ ਥੋੜੀ-ਥੋੜੀ ਬਿਜ਼ਨਸ ਟਿਪ ਜਰੂਰ ਦਿਆ ਕਰੋ ਠੀਕ ਹੈ ਅਗਰ ਤੁਸੀਂ ਕਿਸੇ ਨੂੰ ਲਿਆਉਂਦੇ ਜਿੱਦਾਂ ਪੈੰਡੂ ਕੈਨੇਡੀਅਨ ਨੂੰ ਵੀ ਲਿਆਂਦਾ ਤੁਸੀਂ ਜਾਂ ਹੋਰ ਵੀ ਤਗੜੇ ਬਿਜ਼ਨਸਮੈਨ ਨੂੰ ਲਿਆਉਂਦੇ ਹੋ ਤੇ ਉਹ ਕਿਤੇ ਨਾ ਕਿਤੇ ਮਾਰੀ ਟਿਪ ਛੱਡ ਦਿਆ ਕਰਨ ਕਿ ਆ ਇੱਕ ਆਪਸ਼ਨ ਹੋ ਸਕਦਾ ਆ ਹਾਂ ਯਾਰ ਪਤਾ ਨਹੀਂ ਹੁਣ ਕੀ ਹਨਾ ਵੀ ਇਹਦੇ ਵਿੱਚ ਹੋ ਸਕੇ ਇੱਕ ਦਿਨ ਕਿਸੇ ਦਾ ਪਤਾ ਹੋਵੇ ਨਾ ਫਿਰ ਥੋੜਾ ਜਿਹਾ ਗਾਈਡ ਮੈਂ ਇੱਥੇ ਵੀ ਯਾਰ ਆਪਣਾ ਕੋਈ ਹੁੰਦਾ ਵਾ ਕੋਈ ਯਾਰ ਦੋਸਤ ਹਨਾ ਜਾਂ ਕੋਈ ਆ ਉਹਦੇ ਲੇਖ ਕੇ ਹੁੰਦਾ ਵੀ ਮੈਨੂੰ ਦਿਖਦਾ ਹੁੰਦਾ ਵੀ ਯਾਰ ਇਹ ਬੰਦਾ ਚੀਜ਼ ਕਰ ਸਕਦਾ ਉਹਨੂੰ ਕਰੀਦਾ ਉਹਨੂੰ ਸਲਾਹ ਦੇਈਦੀ ਯਾਰ ਤੂੰ ਆਹ ਕਰ ਲਾ ਹਨਾ ਜੇ ਤੂੰ ਕੰਮੇ ਥੋੜੀ ਜਿਹੀ ਹੈਲਪ ਮੈਂ ਕਰ ਦੂੰਗਾ ਤੂੰ ਆਹ ਕਰ ਲਾ ਜਾਂ ਇਦਾਂ ਕਰ ਲਾ ਜਿਦਾਂ ਫੋਰ ਐਗਜ਼ਾਮਪਲ ਉਹ ਮੁੰਡਾ ਹੀ ਸੀ ਜਿਹੜਾ ਮੈਂ ਕਿਹਾ ਸੀ ਵੀ ਜਿਹਨੂੰ ਮੈਂ ਕਿਹਾ ਸੀ ਵੀ ਯਾਰ ਤੂੰ ਰੋਡ ਤੇ ਲਾਉਣਾ ਵੀ ਅੱਜ ਕੱਲ ਜਨਤਾ ਹੂੰ ਉਹ ਇੰਸਟਾਗ੍ਰam ਵਾਲੀ ਜ਼ਿਆਦੀ ਆ ਵੀ ਜਿਦਾਂ ਹੁਣ ਯਾਰ ਕੁੱਲੜ ਪੀਜ਼ਾ ਕੋਈ ਸਾਲਾ ਉਹ ਵੀ ਹੁਣ ਉਹ ਹੈ ਤੇ ਉਹ ਬਿਜ਼ਨਸ ਹਾਈ ਡੇ ਆ ਕੁੱਲੜ ਦੇ ਵਿੱਚ ਵੀ ਪੀਜ਼ਾ ਬਣਦਾ ਹਨਾ ਉਹਨਾਂ ਨੇ ਵੇਖਿਆ ਵੀ ਦੁਨੀਆ ਪੁੱਠੇ ਕੰਮ ਕਰਦੀ ਆ ਦੁਨੀਆ ਚਾਉਂਦੀ ਆ ਕੁਝ ਡਿਫਰੈਂਟ ਹੋਵੇ ਉਹਨਾਂ ਨੇ ਉਹ ਕੁੱਲੜ ਬੀਜਾ ਕ੍ਰੀਏਟ ਕਰਤਾ ਹਨਾ ਤੇ ਉਹ ਉਹਨਾਂ ਨੇ ਕੁੱਲੜ ਪੀਜ ਦੇ ਨਾਲ ਉਹਨਾਂ ਨੇ ਕੀ ਕਹਿੰਦੇ ਹੁੰਦੇ ਆ ਇਹਨੂੰ ਇਹਨੂੰ ਯਰਮਨ ਹੋਣੀ ਇੰਗਲਿਸ਼ ਵੱਢ ਨਹੀਂ ਆਉਣ ਡਿਆ ਵੀ ਥੋੜੀ ਜਿਹੀ ਉਹਨਾਂ ਨੇ ਉਹ ਪ੍ਰੋਸਤੀ ਹਨਾ ਵੀ ਕੁੜੀ ਪ੍ਰੋਸਤੀ ਨਾਲ ਸੰਗਾ ਪਾਇਆ ਇੱਕ ਕੱਪੜਾ ਹਨਾ ਉਹ ਇੱਕ ਇੱਕ ਹਾਂ ਉਹ ਪੈਕੇਜ ਆ ਬਣਾ ਕੇ ਉਹਨਾਂ ਨੇ ਵੇਚਤਾ ਤੇ ਉਹ ਮੈਂ ਜਿਵੇਂ ਉਹ ਮੁੰਡੇ ਨੂੰ ਕਿਹਾ ਸੀ ਮੈਂ ਕਿਹਾ ਵੀ ਤੂੰ ਵੀ ਲੋਕੀ ਹੈਰਾਨ ਹੋਣਗੇ ਵੀ ਛੰਨ ਥੱਲੇ ਮੁਖੀਤੋ ਵਿਗੰਡੀ ਹਨਾ ਪੰਜਾਬ ਦੇ ਵਿੱਚ ਮੈਂ ਤਾਂ ਮੁਖੀਤੋ ਬਣਾਉਣੀ ਸਿੱਖਣਾ ਸੌਖਾ ਜਿਹਾ ਕੰਮ ਆ ਮੈਂ ਕਹਾ ਇੱਕ ਦੀਆਂ ਹੋਰ ਫੈਂਸੀ ਡਰਿੰਕਾਂਆਂ ਰੱਖ ਲਾ ਤਾਂ ਮੈਂ ਕਹਾ ਵੀ ਲੋਕਾਂ ਨੇ ਕਹਿਣਾ ਬੱਲੇ ਅੱਛਾ ਸ਼ਾਨਾ ਥੱਲੇ ਮੈਂ ਕੀਤਾ ਵੀ ਗੰਢੀ ਰੁਕੋ ਹਣਾ ਪੀਣੇ ਆ ਉਹਨੂੰ ਜਦਾਂ ਕਿਹਾ ਉਹ ਤੇ ਚੱਲ ਮੁੰਡੇ ਨੇ ਬਾਅਦ ਚ ਉਹ ਬੰਦੀ ਕਰਦਾ ਇਹੋ ਆਈਟੀਆਈ ਪੜ੍ਹਨ ਲੱਪਿਆ ਸੀ ਮੈਂ ਜਾਣਾ ਓਕੋ ਹੁਣ ਉਹਨੂੰ ਮੈਂ ਇੱਕ ਦੋ ਨਾ ਗੱਲਾਂ ਸਾਈਡ ਤੇ ਕੀਤੀਆਂ ਸੀ ਤੇ ਉਹਨੇ ਉਹ ਛੱਡਤਾ ਹੀ ਕੰਮ ਉਹਨੇ ਉਦੋਂ ਕੀ ਹਣਾ ਉਹਨੇ ਉਹਨੂੰ ਬੋਰਡ ਬਾੜ ਦਿਆ ਸੀ ਪਰ ਉਹ ਕਹਿੰਦਾ ਮੈਂ ਆਈਟੀਆਈ ਪਰ ਮੈਂ ਕਹਾ ਵਧੀਆ ਭਰਾਵਾ ਤੂੰ ਇਹ ਪੜ੍ਹਾਈ ਕਰ ਹਣਾ ਪਹਿਲੀ ਗੱਲ ਤੇਰੇ ਵਾਸਤੇ ਇੰਪੋਰਟੈਂਟ ਆ ਥੋੜਾ ਜਿਹਾ ਪਤਾ ਹੋਵੇ ਨਾ ਅਗਲਾ ਕੀ ਕਰਨ ੜਿਆ ਵਾ ਤੇ ਉੱਚ ਕੀ ਐਡ ਕੀਤਾ ਜਾਦਾ ਆਪਾਂ ਇੰਨਾ ਕੁ ਆਈਡੀਆ ਦੇਣ ਜੋਗੇ ਹੈਗੇ ਆ ਹਨਾ ਇਨਕਰਜ ਕਰਨ ਜੋਗੇ ਹੈਗੇ ਆ ਕੋਈ ਨਾ ਤਿਰਕਾ ਆਉਣੇ ਆ ਉੱਥੇ ਆ ਕੇ ਦੇਖਦੇ ਜੀ ਦੂਜਾ ਬੰਦਾ ਹੀ ਨਹੀਂ ਦੂਜੇ ਬੰਦੇ ਦੇ ਇੰਟਰਸਟ ਦੇ ਹਿਸਾਬ ਨਾਲ ਨਹੀਂ ਕਿ ਤੁਸੀਂ ਆਪਣੇ ਪਰਸਨਲ ਐਕਸਪੀਰੀਅੰਸ ਚੋ ਵੀ ਕੁਛ ਨਾ ਕੁਛ ਦਿੰਦੇ ਰਹੋ ਨਾ ਉਹ ਤੋਂ ਵੀ ਬੰਦਾ ਬਹੁਤ ਸਿੱਖਦਾ ਹਾਂ 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 ਨਹੀਂ ਨਹੀਂ ਮੈਂ ਕੀਤੀ ਆ ਤਕਰੀਬਨ ਤਕਰੀਬਨ ਤੇ ਯਾਰ ਆਪਣੀ ਜਰਨੀ ਵੀ ਸ਼ੇਅਰ ਹਨਾ ਵੀ ਉਹ ਤੋਂ ਠੀਕ ਆ ਇਹੋ ਹੀ ਆ ਯਾਰ ਬੱਸ ਹਨਾ ਵੀ ਬਿਜ਼ਨਸ ਦਾ ਕੋਈ ਤੁਹਾਨੂੰ ਉਹ ਇੱਕ ਬੜੀ ਵਿਧਿਆ ਕਿਸੇ ਨੇ ਗੱਲ ਕਹੀ ਹੈ ਵੀ ਤੁਹਾਨੂੰ ਕੋਈ ਕਹਿੰਦਾ ਨਾ ਵੀ ਮੇਰੇ ਨਾਲ ਬਿਜ਼ਨਸ ਨਾਲ ਜਾ ਆਹ ਕਰ ਲਾ ਤੇ ਇਹ ਨਾ ਕਹੋ ਵੀ ਮੈਨੂੰ ਆਉਂਦਾ ਨਹੀਂਗਾ ਕਹਿੰਦੇ ਉਹ ਓਪਰਚੁਨਿਟੀ ਨੂੰ ਲੈ ਲਓ ਤੇ ਬਾਅਦ ਦੇ ਵਿੱਚ ਉਹਨੂੰ ਸਿੱਖ ਲੋੜੇ ਕੰਮ ਨੂੰ ਉਹ ਇੱਕ ਏਦਾਂ ਦੀ ਬੜੀ ਵਿਧਿਆ ਇੱਕ ਹੋਰ ਘਾਹ ਪਤਾ ਨਾ ਉਹ ਕਿਸੇ ਨੇ ਕਹਿੰਦੇ ਵੀ ਪਤਾ ਨਹੀਂ ਸੱਚ ਆ ਕਿ ਝੂਠ ਕਹਿੰਦੇ ਕਿਸੇ ਨੇ ਬਿਲਗੇਟਸ ਨੂੰ ਕਿਹਾ ਵੀ ਤੂੰ ਇੰਨਾ ਅਮੀਰ ਕਿੱਦਾਂ ਬਣਿਆ ਵਾ ਤੇ ਉਹ ਬਿਲਗੇਟਸ ਨੇ ਕਦੇ ਕਹਿੰਦੇ ਕਿਸੇ ਪੱਤਰਕਾਰ ਨੂੰ ਪੁੱਛਿਆ ਸੀ ਉਹ ਕਹਿੰਦਾ ਮੈਂ ਤੈਨੂੰ ਗੱਲ ਤਾਂ ਦੱਸੂਗਾ ਕਹਿੰਦਾ ਵੀ ਤੂੰ ਆ ਚੈੱਕ ਕਹਿੰਦਾ ਚੈੱਕ ਭਰ ਲਾ ਕਹਿੰਦਾ ਬਲੈਂਕ ਚੈੱਕ ਆ ਜਿੰਨੇ ਦਾ ਮਰਜ਼ੀ ਭਰ ਲਾ ਹੂੰ ਹਾਂ ਤਾਂ ਨਹੀਂ 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 ਕਹਿੰਦਾ ਕਹਿੰਦਾ ਤੈਨੂੰ ਕਹਿਣ ਡਿਆ ਭਰ ਲਾ ਹਣਾ ਜਿੰਨੇ ਦਾ ਭਰਨਾ ਉਹ ਕਹਿੰਦਾ ਨਹੀਂ ਨਹੀਂ ਪੱਤਰ ਕਹਿੰਦਾ ਨਹੀਂ 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 ਇਦਾਂ ਵੀ ਕਰਦਾ ਰਿਹਾ ਉਹ ਬਸ ਉਹਨੇ ਬਿਲ ਗੇਟਸ ਨੇ ਉਹ ਦੋ ਘਰੀ ਨੇ ਕਿਹਾ ਜਿਵੇਂ ਕਹਿੰਦਾ ਕਹਿੰਦਾ ਬਸ ਮੈਂ ਇਦਾਂ ਅਮੀਰ ਬਣਿਆ ਕਹਿੰਦਾ ਕਦੀ ਮੈਂ ਕੋਈ ਜ਼ਿੰਦਗੀ ਚ ਓਪਰਚੁਨਿਟੀ ਨਹੀਂ ਛੱਡੀ ਜਿੱਦਾਂ ਤੂੰ ਛੱਡਤੀ ਕਹਿੰਦਾ ਆਹ ਹੂੰ ਮੈਂ ਸਹੀ ਇਹ ਗੱਲ ਬਹੁਤ ਹੀ ਕਹੀ ਸੀ ਆ ਨਹੀਂ ਆਪਾਂ ਡਰ ਜ਼ਿਆਦਾ ਜਾਣਦੇ ਆ ਆਈਡੀਆਜ਼ ਆਈਡੀਆਜ਼ ਹਰੇਕ ਬੰਦੇ ਕੋਲ ਹੁੰਦੇ ਆ ਬਟ ਉਹਨੂੰ ਇੰਪਲੀਮੈਂਟ ਕਰਨ ਦੀ ਪਾਵਰ ਬਹੁਤ ਘੱਟ ਜਾਣਿਆ ਕੋ ਹੁੰਦੀ ਆ ਉਹ ਬਰੇਵਰੀ ਜਿੱਦਾਂ ਕਿਹਾ ਨਾ ਤੁਸੀਂ ਯਾਰ ਦੇਖ ਮੈਂ ਹਾਂ ਬਰੇਵਰੀ ਤੁਹਾਨੂੰ ਤੁਸੀਂ ਤੁਹਾਨੂੰ ਯੂ ਹੈਵ ਟੂ ਬੀ ਫਰਸਟ ਹੁਣ ਅੱਜ ਕੁਲੜ ਪੀਜ਼ਾ ਉਹਨਾਂ ਨੇ ਕਰਤਾ ਹਨਾ ਉਹ ਚੱਲ ਗਿਆ ਅੱਜ ਕੋਈ ਹੋਰ ਕਰੂਗਾ ਨਹੀਂ ਚੱਲਣਾ WhatsApp ਇੱਕ ਇੱਕ ਛੋਟੀ ਜੀ ਐਪ ਆ ਅੱਜਕੱਲ ਇਹਡੀਆਂ ਗੁੰਝਲਦਾਰ ਐਪ ਬਣਾਉਣੀਆਂ ਸੌਖੀਆਂ ਹੋ ਗਈਆਂ ਵਾ ਵੀ ਹਨਾ ਵੀ AI ਯੂਜ਼ ਹੋ ਰਹੀ ਆ ਆਪੇ ਐਪਾਂ ਕ੍ਰੀਏਟ ਹੋ ਰਹੀਆਂ ਵਾ ਕੋਈ WhatsApp ਐਪ ਬਣਾਉਣੀ ਹੁਣ ਕੋਈ ਬਹੁਤ ਵੱਡਾ ਕੋਈ ਸਿਨੈਰੀਓ ਨਹੀਂ ਹੈਗਾ ਇੰਡੀਆ ਦੇ ਵਿੱਚ ਜਿੱਦੂ ਕਿਸੇ ਨੂੰ 10 ਲੱਖ ਰੁਪਈਆ ਦੇ ਦੇਂਗਾ ਨਾ ਜਿਹੜੇ ਬਣਾਉਣ ਵਾਲੇ ਐ ਪ੍ਰੋਗਰਾਮਿੰਗ ਕਰਨ ਵਾਲੇ ਆ ਆਪਾਂ ਦੀ ਉਹਨਾਂ ਨੇ ਤੈਨੂੰ 10 ਲੱਖ ਚ ਬਣਾ ਕੇ ਦੇ ਦੇਣੀ ਆ ਪਰ ਉਹ ਹੁਣ ਚੱਲਣੀ ਨਹੀਂ ਕਿਉਂਕਿ ਆਲਰੇਡੀ ਬਣ ਗਈ ਆ ਉਹਦਾ ਇੱਕ ਨਾ ਬਣ ਚੁੱਕਾ WhatsApp ਦਾ ਹੁਣ ਨਹੀਂ ਚੱਲਣੀ ਹੁਣ ਆਈਡੀਆਜ਼ ਦੁਨੀਆ ਦੇ ਵਿੱਚ ਬੜੇ ਫਲੋਟ ਕਰਦੇ ਫਿਰਦੇ ਆ ਬਸ ਇਹੋ ਹੀ ਆ ਕਿ ਉਹਨੂੰ ਇੰਪਲੀਮੈਂਟ ਪਹਿਲਾਂ ਕੌਣ ਕਰ ਦਿੰਦਾ ਬਸ ਵੀ ਆਪਣ ਨੂੰ ਯੂ ਹੈਵ ਟੂ ਬੀ ਹਨਾ ਵੀ ਬਰੇਵ ਇਨਾਫ ਹਨਾ ਟੂ ਸਟਾਰਟ अर्ली ਬਸ ਇਹੋ ਹੀ ਚੀਜ਼ ਆ ਹਾਂ ਹਮ ਨਾਈਸ ਵਨ ਬਾਜੀ ਚਲੋ ਇਹ ਕਰਦੇ ਆ ਜੀ ਆਪਣਾ ਕੱਲੇ ਮਾਰਕ ਚੱਕ ਕੇ ਅਸਤੀਫਾ ਦਫ਼ਤਰ ਦੇ ਵਿੱਚ ਜਾ ਕੇ ਛਾਲ ਦੇ ਅਸਤੀਫਾ ਹੈ ਚੱਲਾ ਜੀ ਮੈਂ ਚੱਲਾ ਜੀ ਓ ਮਾਈ ਗਾਡ ਨਹੀਂ ਸਹੀ ਗੱਲ ਹੈ ਬਹੁਤ ਬਰੇਵੀ ਚਾਹੀਦੀ ਹੈ ਕੋਈ ਬੜੀਆ ਹੀ ਮੈ ਸੋਚਦਾ ਫਿਰ ਮੇਰੇ ਨਾ ਕਹਿੰਦੇ ਨਾ ਕਿ ਕੰਫਰਟੇਬਲ ਮੈਂ ਇੱਕ ਹੋ ਗਿਆ ਜੌਬ ਤੇ ਤੇ ਫਿਰ ਕਿ ਇਹ ਵੀ ਡਰ ਹੁੰਦਾ ਹੈ ਕਿ ਯਾਰ ਇਹ ਜਿਹੜੇ ਮਾੜੇ ਮੋਟੇ ਹੁੰਦੇ ਆ ਇਹ ਤੋਂ ਵੀ ਨਾ ਜਾਂਦਾ ਰਹਾ ਬਸ ਇਹੀ ਡਰ ਬੰਦੇ ਨੂੰ ਹਾਂ ਨਹੀਂ ਨਹੀਂ ਬਸ ਇਹ ਇਹ ਡਰ ਲੋਕੀ ਨਾ ਉਹ ਕਹਿੰਦੇ ਨਾ ਵੀ ਤੁਹਾਡੇ ਸਿਰ ਡੈਟ ਨਾ ਹੋਵੇ ਵੀ ਜਦੋਂ ਕਰਜ਼ਾ ਹੁੰਦਾ ਨਾ ਉਹ ਵੀ ਬੰਦੇ ਨੂੰ ਮੂਵ ਨਹੀਂ ਹਰ ਦਿੰਦਾ ਉਹਨੂੰ ਇਹਦਾ ਯਾਰ ਮੇਰੇ ਜਿਵੇਂ ਇਹ ਜੌਬ ਮੇਰਾ ਬਿਜ਼ਨਸ ਨਾ ਚੱਲਿਆ ਤਾਂ ਮੇਰਾ ਇਹ ਕਿੱਥੋਂ ਚੱਲੂਗਾ ਮੇਰੇ ਖਰਚੇ ਇਹਨੇ ਕਿੱਥੋਂ ਚੱਲਣਗੇ ਹਨਾ ਉਹ ਖਰਚੇ ਬੰਦੇ ਨੂੰ ਡਰਾਈ ਰੱਖਦੇ ਉਹ ਖਰਚੇ ਨਹੀਂ ਬੰਦੇ ਨੂੰ ਬਿਜ਼ਨਸ ਕਰਨ ਦਿੰਦੇ ਤੁਹਾਡੇ ਖਰਚੇ ਘੱਟ ਹੋਣ ਕਰਜ਼ਾ ਨਾ ਹੋਵੇ ਤਾਂ ਫਿਰ ਬੰਦੇ ਆਸਤੇ ਉਹੜੇ ਬਿジネス ਕਰਨਾ ਉਹਦੇ ਆਸਤੇ ਥੋੜਾ ਜਿਹਾ ਸੌਖਾ ਹੋ ਜਾਂਦਾ ਹੂੰ ਚਲੋ ਚਲੋ ਇਹ ਸੀ ਆਈ ਦਾ ਐਪੀਸੋਡ ਆ థాంਕ ਯੂ ਭਾਜੀ ਆਉਣ ਵਾਸਤੇ ਚੈਨਲ ਤੇ ਫੇਰ ਆਪਾਂ ਇਹ ਵੀਡੀਓ ਉਦੋਂ ਹੀ ਬਣਾਈਏ ਕਿ ਪਹਿਲਾ ਪਾੜ ਭਾਜੀ ਦੇ ਚੈਨਲ ਤੇ ਤੇ ਦੂਜਾ ਪਾੜ ਮੇਰੇ ਚੈਨਲ ਤੇ ਠੀਕ ਹੈ ਓਕੇ ਭਾਜੀ ਥੈਂਕ ਯੂ ਤੇ ਇਹ ਸੀ ਆਈ ਦਾ ਐਪੀਸੋਡ ਤੇ ਹੋਣ ਮਿਲਦੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਆਪਣਾ ਕਾਕਾ ਬਲੀ ਨਾਮ ਰੱਖ ਗਿੰਦੀਪ ਸਿੰਘ ਸਤਿ ਸ਼੍ਰੀ ਅਕਾਲ ਭਾਜੀ